ਫੋਨ ਕਰਕੇ ਕੰਮ ਵਾਲੀ ਨੂੰ ਬੁਲਾਇਆ ਜੀ, ਤੁਸੀਂ ਚਾਹ ਪਾਣੀ ਪੀਓ, ਤਦ ਤੱਕ ਕਾਕਾ ਜੀ ਵੀ ਆ ਜਾਂਦੇ ਨੇ ਜੀ। ਮੁੰਡੇ ਨੂੰ ਆਉਣ ਵਿੱਚ ਹੋਰ ਕਿੰਨੀ ਕੁ ਦੇਰ ਲੱਗੂਗੀ? ਬਸ ਜੀ ਮਸਾਂ 5 ਮਿੰਟ। ਆਫਿਸ ਚੋਂ ਨਿਕਲਿਆ ਸੀ, ਦਰਅਸਲ ਉਹਦਾ ਬੌਸ ਡਿੱਗ ਪਿਆ। ਲੋ ਭੈਣ ਜੀ, ਉਹ ਆ ਗਈ ਤੁਹਾਡੀ ਕੰਮ ਵਾਲੀ। ਹਾਂ ਦੱਸੋ, ਕੀ ਐਮਰਜੈਂਸੀ ਪੈ ਗਈ ਸੀ? ਭੈਣ ਜੀ, ਬੜੀ ਮੂੰਹ ਫੱਟ ਹੈ ਤੁਹਾਡੀ ਕੰਮ ਵਾਲੀ। ਕੰਮ ਵਾਲੀ ਨੀ ਜੀ, ਦਰਅਸਲ ਇਹੀ ਕਾਕਾ ਜੀ ਨੇ। ਹੈ? ਇਹ ਕਾਕਾ ਜੀ? ਹਾਂ ਜੀ। ਚਲੋ ਚਲੋ ਜੀ, ਆਪਾਂ ਕੁੜੀ ਵਾਸਤੇ ਮੁੰਡਾ ਦੇਖਣ ਆਏ ਸੀ, ਕੁੜੀ ਦੇਖਣ ਨਹੀਂ ਸੀ ਆਏ। ਚਲੋ ਇੱਕ ਮਿੰਟ ਸਰਦਾਰ ਸਾਹਿਬ। ਭੈਣ ਜੀ, ਮੈਨੂੰ ਇਹ ਦੱਸੋ ਕਿ ਇਹੋ ਜੀ ਕਿਹੜੇ ਸਟੇਟ ਦੀ ਪੁਲਿਸ ਹੈ ਜਿਹੜੀ ਆਪਣੇ ਜਵਾਨਾਂ ਨੂੰ ਸਾੜੀਆਂ ਲਾ ਕੇ ਟ੍ਰੇਨਿੰਗ ਦਿੰਦੀ ਹੈ? ਚਲੋ ਚਲੋ ਇੱਕ ਮਿੰਟ ਭਾਜੀ, ਇਹਦੇ ਵਾਸਤੇ ਮੁੰਡਾ ਲੱਭੋ। ਹਾਂ ਦੱਸੋ, ਕਿਉਂ ਬੁਲਾਇਆ ਸੀ? ਉਧਰ ਮੈਂ ਨੱਕ ਵਢਾਉਣ ਵਾਲਾ ਸੀਨ ਵਿਚਾਲੇ ਛੱਡ ਕੇ ਆਇਆ। ਇੱਥੇ ਮੇਰਾ ਨੱਕ ਵਢਾਤਾ ਤੂੰ, ਉਹ ਤੈਨੂੰ ਵੇਖਣ ਆਏ ਸੀ। ਉਧਰ ਸਾਰਾ ਪਿੰਡ ਹੀ ਦੇਖਣ ਆਏ ਸੀ, ਉੱਥੇ ਹੀ ਲੈਣਾ ਸੀ ਇਹਨਾਂ ਨੂੰ। ਓਏ ਡਰਾਮੇ ਬਾਜਾ, ਉਹ ਤੇਰੇ ਰਿਸ਼ਤੇ ਲਈ ਆਏ ਸੀ। ਆ ਸਾੜੀ ਲਾ ਕੇ ਨਹੀਂ ਸੀ ਆਇਆ, ਮਰਿਆ ਜਾਂਦਾ ਤੈਥੋਂ। ਆਪੀ ਤਾਂ ਤਰਥੱਲੀ ਮਚਾਈ ਪਈ ਸੀ ਵੀ ਛੇਤੀ ਆ ਜਾ। ਤੁਹਾਨੂੰ ਤਾਂ ਪਤਾ ਹੈ ਸਾੜੀ ਲਾਉਣ ਨੂੰ ਕਿੰਨਾ ਟਾਈਮ ਲੱਗਦਾ। ਸਾਲਿਆ ਮੈਂ ਸਾੜੀਆਂ ਲਾਉਂਦਾ ਰਹਿਣਾ ਨਾ, ਫੇਰ ਵੀ ਟਾਈਮ ਦਾ ਤਾਂ ਪਤਾ ਯੋਗ ਵੀ ਕਿੰਨਾ ਲੱਗਦਾ। ਮੈਂ ਇੱਕ ਮਾਰਨੀ ਕੰਤੇ ਘੁਕਾ ਕੇ ਸਾਰੇ ਪਿੰਡ 'ਚ ਮੇਰੀ ਥੂ ਥੂ ਕਰਾਈ ਹੋਈ ਹੈ ਨਾ। ਮੈਨੂੰ ਇਹ ਗੱਲ ਦੱਸ ਓਏ, ਰਾਮਲੀਲਾ 'ਚ ਤੈਨੂੰ ਸਿਰਫ ਇੱਕ ਇਹੀ ਰੋਲ ਮਿਲਦਾ ਕਰਨ ਨੂੰ? ਸਾਰਾ ਪਿੰਡ ਪਤਾ ਕੀ ਕਹਿੰਦਾ, ਮੇਰੇ ਨੈਣਾਂ 'ਚ ਸਰੂਪ ਨਖਾ ਨਾਲ ਮਿਲਦੇ ਨੇ। ਹਾਂ, ਮਾਂ ਤੇਰੀ ਡੈਣ ਆ ਜਾਂ ਮੈਂ ਤੈਨੂੰ ਰਾਕਸ਼ਸ਼ ਲੱਗਦਾ। ਪਹਿਲਾਂ ਪਿੰਡ ਸਾਰੀ ਜਾਂਦਾ ਸਾਂ, ਲੋਕੀ ਕਹਿੰਦੇ ਸੀ ਗੁਰਜੀਤ ਸਿੰਘ ਸੰਧੂ ਜਾ ਰਿਹਾ, ਹੁਣ ਕਹਿੰਦੇ ਸਰੂਪ ਨਖਾ ਦਾ ਡੈਡੀ ਜਾ ਰਿਹਾ। ਗੱਲ ਸੁਣ ਲੈ ਮੇਰੀ, ਅੱਜ ਤੋਂ ਬਾਅਦ ਜੇ ਤੂੰ ਮੈਨੂੰ ਸਰੂਪ ਨਖਾ ਬਣਿਆ ਦਿਸ ਗਿਆ ਨਾ, ਲਕਸ਼ਮਣ ਨੇ ਤੇਰਾ ਨੱਕ ਬਾਅਦ 'ਚ ਵੱਢਣਾ, ਮੈਂ ਤੇਰਾ ਗੱਟਾ ਲਾ ਦੇਣਾ ਤੇਰਾ। ਸ਼ਾਬਾਸ਼ ਡੈਡੀ, ਤੂੰ ਨਾ ਹਿੰਦੂ ਸਿੱਖਾਂ ਨੂੰ ਇੱਕ ਹੋਣ ਦੇਈਂ। ਮੱਕ ਮਰੂ ਕੰਤੇ ਵਿਚਾਰਾ, ਤੇਰੇ ਦੂਜੇ ਦੋਸਤ ਨਾਲ ਕੀ ਕੁੱਤਖਾਨੀ ਹੁੰਦੀ ਹੈ? ਜਿੰਨੀ ਕੁੱਤਖਾਨੀ ਉਹਨਾਂ ਹੁੰਦੀ ਹੈ ਜੀ, ਰੱਬ ਕਿਸੇ ਨਾਲ ਨਾ ਕਰੇ। ਚੰਗਾ ਭਲਾ ਇੱਕ ਚੰਗੀ ਕੁੜੀ ਨਾਲ ਇਸ਼ਕ ਵੀ ਹੋ ਗਿਆ ਫੇਰ, ਪਰ ਵਿਆਹ ਨਹੀਂ ਹੋ ਸਕਿਆ। ਕਿਉਂ? ਜਵਾਕਾਂ ਕਰਕੇ ਮਾਂ ਪਿਓ ਨੂੰ ਲਾਂਤਾ ਪੈਂਦੇ ਤਾਂ ਸੁਣਿਆ ਸੀਗਾ। ਮੇਰੇ ਖਿਆਲ 'ਚ ਦੁਨੀਆ ਦਾ ਪਹਿਲਾ ਜਵਾਕ ਹੋਊ ਜਿਹਨੂੰ ਪਿਓ ਕਰਕੇ ਲਾਂਤਾ ਪੈਂਦੀਆਂ। ਚੜਾਈ ਕਰ ਗਿਆ, ਅਸੀਂ ਸੰਸਕਾਰ ਦਾ ਸਮਾਨ ਲੈ ਗਏ। ਹੁਣ ਆਪਣਾ ਸੰਸਕਾਰ ਦਾ ਸਮਾਨ ਲਾਓ ਤੇ ਸਾਡਾ 1,000 ਰੁਪਇਆ ਮੋੜੋ। ਜੇ ਤੁਹਾਡਾ ਬੁੜਾ ਨੀ ਮਰਿਆ, ਇਹ 'ਚ ਮੇਰਾ ਕੀ ਕਸੂਰ ਹੈ? ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੁਹਾਡਾ ਬੁੜਾ ਬਚ ਗਿਆ। ਤੁਸੀਂ 1,000 ਰੁਪਏ ਨੂੰ ਰੋਈ ਜਾਂਦੇ ਹੋ, ਵਿਕਿਆ ਸਮਾਨ ਨੀ ਵਾਪਸ ਹੁੰਦਾ। ਓਏ, ਅਸੀਂ 1,000 ਰੁਪਏ ਨੂੰ ਨੀ ਰੋਂਦੇ, ਪਰ ਇਹ ਮਰਗ ਦਾ ਸਮਾਨ ਘਰੇ ਰੱਖ ਕੇ ਕਰਾਂਗੇ ਕੀ? ਗੱਲ ਤਾਂ ਤੁਹਾਡੀ ਠੀਕ ਹੈ ਯਾਰ। ਐ ਨਵਜੋਤ ਪੁੱਤ। ਹਾਂਜੀ ਅੰਕਲ ਜੀ। ਆਪਣੀ ਦਾਦੀ ਜੀ ਦਾ ਕੀ ਹਾਲ ਹੈ? ਕੀ ਦੱਸੇ ਅੰਕਲ ਜੀ, ਡਾਕਟਰ ਦਾ ਜਵਾਬ ਹੀ ਦਿੱਤਾ, ਕਹਿੰਦੇ ਘਰ ਲੈ ਜਾਓ, ਸੇਵਾ ਕਰ ਲਓ, ਅੱਜ ਗਈ ਤੇ ਕੱਲ ਗਈ। ਲਓ ਜੀ, ਗੱਲ ਬਣ ਗਈ, ਇਹਦੀ ਦਾਦੀ ਜਾਣ ਵਾਲੀ ਹੈ। ਤੁਸੀਂ ਐਂ ਕਰੋ ਕਿ ਸਾਰਾ ਸੰਸਕਾਰ ਦਾ ਸਮਾਨ ਨਾ ਇਹਨੂੰ 50% ਡਿਸਕਾਊਂਟ ਤੇ ਦੇ ਦਿਓ, ਤੁਹਾਡਾ ਫਾਇਦਾ ਹੋ ਜੂ। ਜਾਓ 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 ਚੱਲੀਏ। ਆ ਭਾਜੀ, ਸਾਨੂੰ ਨਾ ਤੁਹਾਡੀ ਦਾਦੀ ਜੀ ਬਾਰੇ ਪਤਾ ਲੱਗਾ ਹੈ, ਸਾਡੇ ਕੋਲ ਸੰਸਕਾਰ ਦਾ ਸਮਾਨ ਹੈ, 50% ਡਿਸਕਾਊਂਟ ਤੇ ਲੈ ਲਓ, ਨਾਲੇ ਤੁਹਾਨੂੰ ਫਾਇਦਾ ਹੋ ਜੂ। ਆ ਲਓ ਫੜੋ। ਕਰ ਜੋ ਸੋਹਣੇ, ਮੈਂ ਕਰਨਾ ਸਾਡਾ ਫਾਇਦਾ। ਉਹ ਦੇਖੋ ਕਿਵੇਂ ਭੱਜ ਗਏ ਸਾਰੇ, ਮੈਨੂੰ ਸਮਾਨ ਵਾਪਸ ਕਰਨ ਆਏ ਸੀ। ਆ ਗਏ ਸੀ ਸਵੇਰੇ ਸਵੇਰੇ ਇੱਥੇ। ਉਹ ਬਾਪੂ, ਕਿਉਂ ਮੇਰਾ ਪਿੰਡ 'ਚ ਜਲੂਸ ਕਰਾਉਣ ਲੱਗੇ ਆ? ਕਦੇ ਤਾਂ ਮੇਰੀ ਸਾਈਡ ਦੀ ਗੱਲ ਕਰਿਆ ਕਰ। ਕਾਹਦੀ ਸਾਈਡ? ਜਵਾਨ ਮੁੰਡਾ ਹੋ ਗਿਆ, ਪਿਓ ਨਾਲ ਦੁਕਾਨ ਤੇ ਬਹਿ, ਦੋਵੇਂ ਮਿਲ ਕੇ ਇਸ ਬਿਜ਼ਨਸ ਨੂੰ ਹੋਰ ਅੱਗੇ ਵਧਾਈਏ। ਉਹ ਇਹ ਵੀ ਸਾਲਾ ਕੋਈ ਕੰਮਾਂ 'ਚ ਕੰਮ ਆ, ਮਰਗ ਦਾ ਸਮਾਨ ਵਿੱਚੋਂ। ਉਹ ਪੁੱਤਰ, ਇਸ ਬਿਜ਼ਨਸ ਤੋਂ 4 ਪੈਸੇ ਕਮਾਵਾਂਗੇ, ਕੱਲ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਹੈ। ਉਹ ਬਾਪੂ, ਉਹ ਜਿਹੜੀ ਤੇਰੀ ਇੱਜ਼ਤ ਨਾ ਪਿੰਡ 'ਚ, ਤੈਨੂੰ ਕਿਸੇ ਨੇ ਧੀ ਦਾ ਕੀ, ਮਰੇ ਹੋਏ ਨੂੰ ਮੋਢਾ ਵੀ ਨਹੀਂ ਦੇਣਾ। ਅਗਲੇ ਮਹੀਨੇ ਮੈਨੂੰ ਮੁੰਡੇ ਵਾਲੇ ਵੇਖਣ ਆ ਰਹੇ ਨੇ। ਮਹੀਨੇ 'ਚ ਜਾਂ ਤੇ ਤੂੰ ਆਪਣੇ ਪਿਓ ਦਾ ਕੰਮ ਬਦਲ ਲੈ, ਜਾਂ ਫਿਰ ਆਪਣਾ ਪਿਓ ਹੀ ਬਦਲ ਲੈ। ਤੂੰ ਟੈਨਸ਼ਨ ਕਿਉਂ ਲੈਣੀ ਆ? ਮੈਂ ਕਹਿਤਾ ਬਾਪੂ ਨੂੰ, ਉਹ ਆਪਣਾ ਆਰਥੀਆਂ ਦਾ ਕੰਮ ਬਦਲ ਲੈਣਗੇ। ਤੇ ਫਿਰ ਕੀ ਕਰਨਗੇ? ਗੰਨੇ ਦੇ ਜੂਸ ਦੀ ਰੇੜੀ ਲਾ ਲੈਣਗੇ। ਤੇ ਤੁਸੀਂ ਕੀ ਕਰਨਾ? ਹੁਣ ਬਾਪੂ ਥੋੜਾ ਨਾ ਇਸ ਉਮਰ 'ਚ ਮਸ਼ੀਨ 'ਚ ਗੰਨੇ ਦਊਗਾ, ਉਹ ਤਾਂ ਮੈਨੂੰ ਦੇਣੇ ਪੈਣੇ ਆ। ਸ਼ਾਬਾਸ਼ MBA, ਤੂੰ ਗੰਨਿਆਂ ਦਾ ਜੂਸ ਕੱਢਣ ਲਈ ਕੀਤੀ ਹੈ? ਓ ਹੈਲੋ, MBA ਨਹੀਂ, BA, ਕੱਲੀ BA ਕੀਤੀ ਹੈ ਮੈਂ। ਹਾਂ ਹਾਂ, ਪਰ ਡੈਡੀ ਨੂੰ MBA ਹੀ ਦੱਸਣਾ ਹੈ। ਮੇਰੇ ਭਾਣੇ ਸਾਇੰਟਿਸਟ ਦੱਸਦੀ, ਪਰ ਗੰਨੇ ਦਾ ਜੂਸ ਕੱਢਣ ਦੇ। ਕਿਉਂ? ਮੇਰਾ ਪਿਓ ਨਾ ਪੁੱਛੋ ਮੈਨੂੰ ਕਿ ਇਹ ਕਿਹੜਾ ਸਾਇੰਟਿਸਟ ਜਿਹੜਾ ਗੰਨਿਆਂ ਦਾ ਜੂਸ ਕੱਢਦਾ ਹੈ। ਦੱਸ, ਤੇਰੇ ਡੈਡੀ ਨੇ ਗਾਣਾ ਨਹੀਂ ਸੁਣਿਆ? ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਜਸ, ਤੂੰ ਜਿਸ ਗਾਣੇ ਬਾਰੇ ਗੱਲ ਕਰ ਰਿਹਾ ਨਾ, ਵਿਆਹ ਤੋਂ ਬਾਅਦ ਤੇਰੇ ਤੋਂ ਇਸ ਗਾਣੇ ਦੀ CD ਵੀ ਨਹੀਂ ਲਈ ਜਾਣੀ, ਨਾਲੇ ਤੂੰ ਦੂਜੇ ਖਰਚੇ ਕਿੱਥੋਂ ਕੱਢਣੇ ਨੇ? ਦੇਖ ਜਸ, ਮੈਂ ਬਹੁਤ ਤੇ ਨਹੀਂ ਪਰ ਥੋੜੀ ਇਮੋਸ਼ਨਲ ਕੁੜੀ ਆ,
ਵਿਆਹ ਤੋਂ ਬਾਅਦ ਤੇਰੇ ਤੋਂ ਰਿਸ਼ਤਾ ਤੋੜਾਂ, ਇਸ ਤੋਂ ਚੰਗਾ ਕਿ ਮੈਂ ਅੱਜ ਹੀ ਤੇਰਾ ਦਿਲ ਤੋੜਦਾ। ਤੇਰੇ ਕੋਲ ਮਹੀਨੇ ਦਾ ਟਾਈਮ ਹੈ, ਜਾਂ ਤਾਂ ਤੂੰ ਕੋਈ ਚੱਜ ਦੀ ਨੌਕਰੀ ਲੱਭ ਲੈ ਜਾਂ ਫਿਰ ਕਿਸੇ ਚੰਗੇ ਬ੍ਰਾਂਡ ਦੀ ਪਿਆ ਕਰੀ। ਦਿਲ ਤੇ ਟੁੱਟਣਾ ਹੀ ਟੁੱਟਣਾ, ਘੱਟੋ ਘੱਟ ਆਪਣੀ ਕਿਡਨੀਆਂ ਤਾਂ ਬਚਾ ਲਈ। ਮੈਨੂੰ ਤਾਂ ਮੇਰੀ ਲਾਡੀ ਨੇ ਵੀ ਅਲਟੀਮੇਟਮ ਦਿੱਤਾ, ਕਹਿੰਦੀ ਇੱਕ ਮਹੀਨੇ ਦੀ ਜ਼ਿਆਦਾ ਨੌਕਰੀ ਲੱਭ ਲਾ, ਨਹੀਂ ਫਿਰ ਉਹ ਵੀ ਨਹੀਂ ਲੱਭਣੀ ਬਾਈ। ਲੱਭਣੀ ਕਹਾਂ, ਜਵਾ ਕੇ ਨਹੀਂ ਖੋਜੂਗੀ ਸਾਲੇ। ਉਹ ਮੇਰਾ ਫਿਕਰ ਕਰੋ, ਇੱਧਰ ਜੇ ਬਾਪੂ ਨੇ ਮੇਰਾ ਐਕਟਿੰਗ ਵਾਲਾ ਕੀੜਾ ਨਾ ਕੱਢਣ ਦਿੱਤਾ ਨਾ, ਇਹ ਕੀੜਾ ਸਾਲਾ ਸਿਉਂਕ ਵਾਂਗੂ ਮੈਨੂੰ ਅੰਦਰੋਂ ਅੰਦਰ ਹੀ ਖਾਜੂ। ਇੱਕ ਦਿਨ ਜੱਟ ਖੜਾ ਖੜਾ ਐਂ ਡਿੱਗੂ ਜਿਵੇਂ ਸਿਉਂਕ ਲੱਗੀ ਬਾਲਿਆਂ ਵਾਲੀ ਛੱਤ ਡਿੱਗਦੀ ਹੁੰਦੀ ਹੈ ਸਾਲੀ। ਅਤੇ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ, ਫਿਰ ਇਹਦੇ ਵਾਲੇ ਬਾਲਿਆਂ ਨਾਲ ਚੱਕ ਕੇ ਮੈਨੂੰ ਸਾੜ ਦਿਓ। ਕਿਉਂ ਬਾਲੇ ਨੂੰ ਹੱਥ ਲਾ ਕੇ ਦਿਖਾਈ, ਲੱਕੜ ਪਤਾ ਸਾਲਿਆ ਕਿੰਨੀ ਮਹਿੰਗੀ ਹੈ। ਓ ਸਾਲਿਓ, ਤੁਸੀਂ ਆਪਣੇ ਹਾਲਾਤਾਂ ਨੂੰ ਲੈ ਕੇ ਰੋਂਦੇ ਰਹੋ, ਕਦੀ ਇਹਨਾਂ ਨਾਲ ਲੜਿਓ ਨਾ। ਲੜਾਂਗੇ ਲੜਾਂਗੇ ਬਾਈ। ਜਵਾਨ ਮੁੰਡਾ ਸਾੜੀਆਂ ਲਾਲਾ ਪਿੰਡ ਚ ਘੁੰਮੇ ਹੈ। ਓਏ ਆਸ਼ਕਾ, ਓਏ ਦੇਖ ਬਾਈ, ਜ਼ਿੰਦਗੀ ਚ ਚੰਗੀ ਕੁੜੀ ਦਾ ਸਾਥ ਮਿਲਣਾ ਬਹੁਤ ਔਖਾ, ਤੇ ਜੇ ਮਿਲਿਆ ਨਾ ਸਿਰਫ ਇਸ ਕਰਕੇ ਨਾ ਗਵਾ ਲਈ ਕਿ ਤੂੰ ਸੈਟਲ ਨਹੀਂ ਹੈਗਾ। ਹਾਂ, ਵੇਲਾ ਭਾਵੇਂ ਸੌਣਦਾ ਪਰ ਆਪਣੇ ਸੁੱਤੇ ਹੋਏ ਜ਼ਮੀਨ ਨੂੰ ਜਗਾਉਣਾ ਪਊ, ਨਹੀਂ ਤਾਂ ਫਿਰ ਦੇਰ ਹੋਜੂ। ਪਰ ਅਸੀਂ ਕਰੀਏ ਕੀ, ਦਿਖਾ ਦੋ ਦੁਨੀਆਂ ਨੂੰ। ਜਿੰਨੇ ਨਲਾਇਕ ਤੁਸੀਂ ਦੋਵੇਂ ਦੇਖਦੇ ਹੋ ਓਨੇ ਹੈ ਨਹੀਂ। ਓ ਵਾਓ ਬਾਲੀ ਵੀਰੇ, ਆਈ ਐਮ ਸੋ ਹੈਪੀ। ਤੂੰ ਸ਼ਹਿਰ ਚੱਲਿਆ? ਸ਼ਹਿਰ ਰਹਿਣ ਚੱਲਿਆ? ਆਹੋ, ਇੱਥੇ ਤੁਸੀਂ ਮੈਨੂੰ ਐਕਟਿੰਗ ਤਾਂ ਕਰਨ ਨਹੀਂ ਦਿੰਦੇ, ਸ਼ਹਿਰ ਜਾ ਕੇ ਮੈਂ ਧਰਮਿੰਦਰ ਬਣੂੰਗਾ। ਓ ਇੱਥੇ ਮੇਰੀ ਨੱਕ ਵਢਾਈ ਜਾਂਦਾ, ਸ਼ਹਿਰ ਜਾ ਕੇ ਹੁਣ ਧਰਮਿੰਦਰ ਦੀ ਵਢਾਏਗਾ, ਇੱਕ ਮਾਰੂ ਕੰਤੇ। ਜਸ, ਤੈਨੂੰ ਪਤਾ ਹੈ ਨਾ ਤੇਰੇ ਕੋਲ ਸਿਰਫ 25 ਦਿਨਾਂ ਦਾ ਟਾਈਮ ਹੈ, ਨਹੀਂ ਤਾਂ ਡੈਡੀ ਨੇ ਮੇਰਾ ਵਿਆਹ ਨਾ ਕਿਤੇ ਹੋਰ ਕਰ ਦੇਣਾ, ਤੇ ਤੂੰ ਜਾਣਦਾ ਹੈ ਨਾ ਮੈਂ ਤੈਨੂੰ ਬਿਲਕੁਲ ਵੀ ਗਵਾਉਣਾ ਨਹੀਂ ਚਾਹੁੰਦੀ। ਉਹ ਤੂੰ ਟੈਨਸ਼ਨ ਕਿਉਂ ਲੈਣੀ ਆ, 25 ਦਿਨਾਂ ਦੇ ਵਿੱਚ ਵਿੱਚ ਤੈਨੂੰ ਨੌਕਰੀ ਦਾ ਮੈਂ ਲੈ ਕੇ ਦਿਖਾਉਂ। ਜਾ ਮਰ ਸ਼ਹਿਰ ਜਾ ਕੇ। ਮੇਰਾ ਦੂਜਾ ਬੈਗ ਵੀ ਸਿੱਟੋ, ਕੱਪੜੇ ਸਾਰੇ ਇਹਦੇ ਚ ਲੈ ਚੱਲੇ, ਉਹਦੇ ਚ ਕੀ ਆ ਹੁਣ ਮੇਰੀਆਂ ਸਾੜੀਆਂ। ਫੜੇ ਮੂੰ ਤੇਰਾ, ਆਪਣਾ ਖਿਆਲ ਰੱਖੀ। ਖਾਣਾ ਟਾਈਮ ਨਾਲ ਖਾ ਲਿਆ ਕਰੋ, ਤੇ ਇਸ ਡਿਪਟੀ ਤੋਂ ਨਾ ਥੋੜਾ ਦੂਰ ਹੀ ਰਹੋ। ਤੂੰ ਬੜਾ ਮਾਰਾ ਆ ਕੇ ਲੱਗ ਲੋ ਪੜਾ ਪੜਾ ਓਏ ਡਿਪਟੀ ਜੀ। ਸਤਿ ਸ਼੍ਰੀ ਅਕਾਲ। ਓਏ ਸਾਰੀਆਂ ਜਿੰਸਾਂ ਕਿੱਥੋਂ ਆ ਗਈਆਂ? ਆ ਫਿਰ ਕਿੰਨੇ ਦਿਨ ਆਏ ਹੋ ਸ਼ਹਿਰ? ਜਿੰਨੇ ਚਿਰ ਚਾਰ ਬੰਦੇ ਸਾਨੂੰ ਮੋਢਿਆਂ ਤੇ ਨਹੀਂ ਚੱਕ ਲੈਂਦੇ। ਓਹ, ਵੱਡੀ ਕਾਮਯਾਬੀ ਸੋਚ ਕੇ ਆਇਓ ਹੈ। ਓ, ਮੈਂ ਜਨਾਜ਼ੇ ਦੀ ਗੱਲ ਕਰ ਰਿਹਾ। ਪਰ ਰਹੋਗੇ ਕਿੱਥੇ? ਓ ਭਰਾਵਾ, ਉਹ ਤੂੰ ਤਾਂ ਸਾਡੇ ਸੁੱਤੇ ਜ਼ਮੀਰ ਜਗਾ ਕੇ ਆਇਆ, ਸੌਵਾਂਗੇ ਤਾਂ ਤੇਰੇ ਕੋਲ ਹੀ। ਓ ਬਾਈ, ਮੈਂ ਤਾਂ ਆਪ ਪੋਲਟਰੀ ਫਾਰਮ ਚ ਸੌਣਾ, ਤੁਹਾਨੂੰ ਕਿੱਥੇ ਰੱਖ ਲਓ? ਤੂੰ ਟੈਨਸ਼ਨ ਨਾ ਲੈ, ਅਸੀਂ ਆ ਮੁਰਗੀਆਂ ਨਾਲ ਹੀ ਐਡਜਸਟ ਕਰ ਲਾਂਗੇ, ਇਹਨਾਂ ਨਾਲ ਹੀ ਸੌ ਜਾਵਾਂਗੇ। ਓ ਨਹੀਂ ਯਾਰ, ਉਹ ਕਿਧਰੇ ਨਹੀਂ ਤੇਰੀਆਂ ਮੁਰਗੀਆਂ ਖਾਂਦੇ, ਅਸੀਂ ਤਾਂ ਵੈਸੇ ਵੀ ਕੱਲ੍ਹ ਤੋਂ ਵੈਜੀਟੇਰੀਅਨ ਹੋ ਗਏ ਹਾਂ। ਉਹ ਗੱਲ ਉਹ ਨਹੀਂ ਆ ਯਾਰ, ਤੁੰਜਾਂ ਮਾਰਦੀਆਂ। ਓ, ਜਿੰਨੀਆਂ ਫੁਕਰੀਆਂ ਅਸੀਂ ਪਿੰਡ ਮਾਰ ਕੇ ਆਏ ਨਾ, ਲੋਕਾਂ ਨੇ ਸਾਨੂੰ ਮਿਹਣੇ ਮਾਰ ਮਾਰ ਕੇ ਮਾਰ ਦੇਣਾ। ਦੇਖੇ, ਗੱਲ ਤਾਂ ਪੱਕੀ ਹੈ, ਜਿੰਨਾ ਚਿਰ ਅਸੀਂ ਜ਼ਿੰਦਗੀ 'ਚ ਸੈੱਟ ਨਹੀਂ ਹੁੰਦੇ ਨਾ, ਪਿੰਡ ਤਾਂ ਜਾਣੋ ਰਹੇ। ਪਿੰਡ ਤਾਂ ਹੁਣ ਸਾਡੀਆਂ ਲਾਸ਼ਾਂ ਹੀ ਜਾਣਗੀਆਂ। ਨਹੀਂ, ਉਹ ਵੀ ਇੱਥੇ ਮੁਰਗੀਆਂ ਚੀੜੀਆਂ ਸੁਣਗੀਆਂ। ਬਸ ਵੀਰ ਜੀ, ਐਡਜਸਟ ਤਾਂ ਤੁਹਾਨੂੰ ਨਹੀਂ ਕਰਨਾ ਪੈਣਾ, ਪਲੀਜ਼ ਕਰ ਲਓ ਪਾਲੀ। ਵੀਰ ਜੀ ਐਡਜਸਟ ਕਰੋ, ਕਰ ਲਓ ਐਡਜਸਟ ਵੀਰ ਜੀ, ਪਾਲੀ ਵੀਰ ਜੀ ਕਰ ਲਓ ਐਡਜਸਟ, ਕਰ ਲਓ ਯਾਰ ਕਰ ਲਓ। ਅੱਛਾ ਅੱਛਾ, ਤੁਹਾਨੂੰ ਇੱਕ ਬੰਦੇ ਨਾਲ ਰੱਖਿਆ ਜਾ ਸਕਦਾ। ਉਹ ਕੌਣ ਹੈ? ਮੇਰਾ ਸਟਾਰ ਯਾਰ ਬੱਬੂ ਮਾਨ। ਉਹ ਨਹੀਂ, ਬੱਬੂ ਕੀਰਤਪੁਰੀਆ। ਬੱਬੂ ਕੀਰਤਪੁਰੀਆ? ਤੈਨੂੰ ਹਲੇ ਕੋਈ ਨੀ ਪੁੱਛਦਾ, ਜਿੱਦਣ ਚੱਲੇਗਾ ਨਾ ਉਦਣ ਮੰਗੀ ਪੈਸੇ। ਚੱਲ ਅਖਾੜੇ ਕੱਲ ਨੂੰ ਤੂੰ ਹੀ ਲਾਣੇ ਮੇਰੇ ਆ ਵੀਡੀਓ ਤੋਂ ਬਾਅਦ। ਓ ਵਾਹ, ਓ ਰੱਬਾ, ਓ ਬੱਬੂ ਬਾਈ, ਓ ਪਾਲੀ ਤੂੰ ਵਧੀਆ ਯਾਰ, ਤੂੰ ਦੱਸ ਕਿੱਦਾਂ? ਓ ਬਾਈ, ਆਪਣੇ ਪਿੰਡੋਂ ਦੋਸਤ ਆਇਆ ਆ ਡਿਪਟੀ ਬਾਈ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ, ਇਹਨਾਂ ਨੂੰ ਘਰ ਚਾਹੀਦਾ ਰਹਿਣ ਨੂੰ, ਤੇਰੀ ਤਾਂ ਬਾਲੀ ਚੜਾਈ ਆ ਯਾਰ। ਓ ਬਸ ਯਾਰ, ਕਦੇ ਮਾਣ ਜੇ ਨਹੀਂ ਕੀਤਾ। ਹਾਂ ਜੀ, ਇੱਥੇ ਸਾਈਨ ਕਰ ਦੋ। ਓ ਯਾਰ ਮੈਂ ਗੱਲ ਕਰਦਾ, ਹੈਰ ਕਿ ਆਟੋਗ੍ਰਾਫ ਲਈ ਚੰਗਾ। ਓ ਹੈਲੋ, ਆਟੋਗ੍ਰਾਫ ਗਿਆ ਖੂਹ ਚ, ਮੈਂ ਅਕਾਊਂਟੈਂਟ ਆ, ਆ ਜਿਹੜਾ 500 ਰੁਪਏ ਲੈਣਾ ਇਹਦੀ ਰਸੀਦ ਚਾਹੀਦੀ ਹੈ, ਘੁੱਗੀ ਮਾਰ ਇੱਥੇ। ਓ
कोई ना अपनी सारे कोई ना कानू यार म्यूजिक टीचर की नौकरी लभदा नाल दी नाल जिद्दण मिल गई ना फिर साला मर्जी का कम करया करना खैर वो घर की गल करते सी ना आपां जिथे मैं रहना वो चलू घर भाई चलू ਥੋੜੇ ਥੱਲੇ ਅਸੀਂ ਬਿਸਤਰਾ ਡਾ ਕੇ ਵਜਾ ਕਰਾਂਗੇ ਉਹ ਬਾਈ ਮੈਂ ਤਾਂ ਆਪ ਪੁੰਜੇ ਸੌਣਾ ਉਦੋਂ ਥੱਲੇ ਕਿੱਥੇ ਬਿਸਤਰਾ ਡਾਲੇਗਾ ਅੱਛਾ ਮੇਰਾ ਮਕਾਨ ਮਾਲਕ 1500 ਰੁਪਈਆ ਲੈਂਦਾ ਮੈਥੋਂ ਕੱਲੇ ਕੱਲੇ ਦਾ 1500 ਦੇ ਕੇ ਰਹੀ ਜਾਵਾਂਗੇ ਠੀਕ ਆ ਠੀਕ ਸਾਲਿਆ ਕੀ ਠੀਕ ਆ ਮੇਰੇ ਕੋਲ ਕਿੱਥੇ 1500 ਰੁਪਈਆ ਮੇਰੇ ਤਾਂ ਬਸ ਦੀ ਟਿਕਟ ਵੀ ਡਿਪਟੀ ਨੇ ਲਈ ਓਏ ਉਹ ਤਾਂ ਮੈਂ ਤੈਨੂੰ ਝੂਠ ਬੋਲਿਆ ਸੀ ਵੀ ਲੈ ਲਈ ਉਹ ਸਾਲਿਆ ਤੂੰ ਬਦੌਰ ਟਿਕਟ ਆਇਆ ਸਾਡੇ ਕੋਲ ਤਾਂ ਰਲਾ ਮਿਲਾ ਕੇ 500 ਰੁਪਈਏ ਆ ਬਸ ਜੇ ਵੀਰ ਜੀ ਤੁਸੀਂ ਇਦਾਂ ਕਰ ਲਓ ਇਸ ਮਹੀਨੇ ਦਾ ਕਿਰਾਇਆ ਤੁਸੀਂ ਦੇ ਦਿਓ ਜਦੋਂ ਅਸੀਂ ਕੰਮ ਤੇ ਲੱਗੇ ਤਾਂ ਮੋੜ ਦਾਂਗੇ ਹਾਂ ਉਹ ਬਾਈ ਮੈਂ ਤਾਂ ਆਪ 500 ਰੁਪਏ ਪਿੱਛੇ ਧੱਕੇ ਖਾਂਦਾ ਫਿਰਦਾ ਯਾਰ 4500 ਰੁਪਈਆ ਦੱਸ ਕਿੱਥੋਂ ਦਊਂਗਾ ਉਹ ਬਾਹਲਾ ਮਾੜਾ ਹਾਲ ਇਹਨਾਂ ਦਾ ਤਾਂ ਯਾਰ ਕੰਮ ਕੀ ਕਰਦਾ ਤੂੰ ਵੀਰੇ ਮੈਂ ਹੀ ਆਹੋ ਇਹਨੇ ਬਹੁਤ ਛੇਤੀ ਕਲਰਕ ਲੱਗ ਜਾਣਾ ਇਹਦਾ ਨਹੀਂ ਬਾਈ ਮੈਂ ਤੇਰਾ ਪੁੱਛਿਆ ਓ ਮੈਂ ਬਾਈ ਐਕਟਿੰਗ ਕਰਦਾ ਦੇਖ ਅੱਜ ਨਹੀਂ ਤਾਂ ਗੱਲ ਇਹਨੇ ਕਲਰਕ ਲੱਗ ਜਾਣਾ ਆਹ ਬਾਈ ਨੇ ਸਟਾਰ ਬਣ ਜਾਣਾ ਥੋੜ੍ਹਾ ਜਿਹਾ ਹੀਲਾ ਕਰ ਲਾ ਯਾਰ ਹੀਲਾ ਹਾਂ ਇੱਕ ਸਕੀਮ ਲੱਗ ਸਕਦੀ ਆ ਕਿਹੜੀ ਜੇ ਤਾਂ ਮੇਰੇ ਮਕਾਨ ਮਾਲਕ ਦੇ ਸੌਣ ਤੋਂ ਬਾਅਦ ਆ ਜਾ ਕਰੋਗੇ ਤੇ ਉਹਦੇ ਉੱਠਣ ਤੋਂ ਪਹਿਲਾਂ ਨਿਕਲ ਜਾ ਕਰੋਗੇ ਨਾ ਫਿਰ ਤਾਂ ਜਮਾ ਮੁਫਤ 'ਚ ਹੀ ਰਹਿ ਸਕਦੇ ਹਾਂ ਦੱਸੋ ਕੀ ਕਹਿੰਦੇ ਹੋ ਹਾਂ ਠੀਕ ਆ ਉਹਦੀ ਗਊ ਦੇ ਕਿਤੇ ਸਿੰਘ ਦੇਖੀ ਦੇ ਯਾਰ ਨਾਲੇ ਪਾਲੀ ਜਦ ਰਹਿਣਾ ਹੀ ਮੁਫਤ 'ਚ ਹੋ ਗਿਆ ਬਾਈ ਤੂੰ ਵੀ ਨਾਲੇ ਚੱਲ ਚਲੋ ਫਿਰ ਸਟਾਰ ਸਾਹਿਬ ਚੱਕੋ ਭਰਾ ਸਾਲਾ ਕੁੱਤੇ ਤੋਂ ਪੜਾਤੇ ਸੀ ਚੁੱਪ ਕਰ ਓਏ ਓਏ ਮੇਰਾ ਮਕਾਨ ਮਾਲਕ ਸੁੱਤਾ ਪਿਆ ਮੈਂ ਉੱਤੇ ਜਾ ਕੇ ਲਾਈਟ ਮਚਾਉਣਾ ਤੁਸੀਂ ਬਾਰੀ ਰਾਹੀਂ ਆ ਜਾਓ ਓਕੇ ਠੀਕ ਆ ਆਪਣੀ ਬੜੀ ਬੜੀ ਆ ਜਾਓ ਰੌਕ ਸਟਾਰ ਰੌਕ ਸਟਾਰ ਵੱਡਾ ਮੂੰਹ ਬੰਦ ਕਰ ਚੱਲ ਦਾ ਰੁਕਾ ਸਾਲਿਆ ਮੈਂ ਠੇਕਾ ਖੋਲਿਆ ਇਹਦੇ ਕੋਲ ਦੇਖਦਾ ਜੇ ਹੋਈ ਬੈਠਾ ਬੈਠਾ ਰੁਕ ਸਾਲੇ ਨੇ ਹੋਟਲ ਹੀ ਬਣਾ ਰੱਖਿਆ ਚੁੱਪ ਕਰ ਕੱਪੜੇ ਪਾਓ ਤੇ ਤੁਰਦੇ ਬਣੋ ਇੱਥੋਂ ਓਏ ਜਦ ਵੀਰ ਜੀ ਕਹਿੰਦੇ ਆ ਤਾਂ ਜਾਓ ਸਾਲਾ ਵੀਰ ਜੀ ਦਾ ਸਾਲੇ ਆਪ ਤਾਂ ਖਾਏਗਾ ਮੇਰੇ ਵੀ ਪਵੇਗਾ ਨਾਲੇ ਤਿੱਤਰ ਹੋ ਜਾ ਅੱਜ 1500 ਰੁਪਇਆ ਇਕੱਠਾ ਕਰਨਾ ਹੀ ਕਰਨਾ ਚਾਹੇ ਕਹੀ ਦੀ ਜੇਬ ਕੱਟਣੀ ਪਜੇ ਸਾਲੇ ਨੇ ਤੰਗ ਕਰ ਲੈ ਆ ਟੀ ਸ਼ਰਟ ਫੜਾਈ ਮੈਨੂੰ ਇੱਥੋਂ ਏ ਆਦਾ ਬਹੁਤ ਡੂੰਗਾ ਓਏ 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 ਸਾਲੇ ਇਦੋਂ ਪਹਿਲਾਂ ਕਿਤੇ ਚੋਰੀ ਦਾ ਇਲਜ਼ਾਮ ਲੱਗੇ ਚੱਲ ਕਿਤੇ ਨੌਕਰੀ ਲੱਭ ਲੈਨੇ ਆ ਚੱਲ ਬਸ ਕਦੇ ਮਾਣ ਹੀ ਨੀ ਕੀਤਾ ਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਰਾਕਸ਼ਸ ਦੀ ਇੰਨੀ ਵਧੀਆ ਐਕਟਿੰਗ ਕਿਵੇਂ ਕਰਦੇ ਹੋ ਓ ਮੇਰੇ ਡੈਡੀ ਦੱਸਦੇ ਜਦੋਂ ਮੈਂ ਹੋਣ ਵਾਲਾ ਸੀ ਨਾ ਜੀ ਮੇਰੇ ਮੰਮੀ ਸ਼ਨੀਵਾਰ ਨੂੰ ਟੂਣੇ ਤੋਂ ਹੀ ਟੱਪ ਗਏ ਸੀਗੇ ਜੀ ਹਾਂਜੀ ਇਹ ਤਾਂ ਕੁਝ ਵੀ ਨਹੀਂ ਜੀ ਲਾਸਟ ਈਅਰ ਮੈਨੂੰ ਬੈਸਟ ਰਾਕਸ਼ਸ ਆਫ ਦਾ ਈਅਰ ਅਵਾਰਡ ਮਿਲਿਆ ਸੀਗਾ ਜੀ ਇਹ ਅਵਾਰਡ ਕਦੇ ਸੁਣਿਆ ਤਾਂ ਹੈ ਨਹੀਂ ਉਹ ਪਿੱਛੇ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤਾ ਨਾ ਜੀ ਓਹੋ ਰਾਕਸ਼ਸ ਜੀ ਰਾਕਸ਼ਸ ਨੂੰ ਡਿਪਟੀ ਕਹਿੰਦੇ ਆ ਓਏ ਮੋਟਰਸਾਈਕਲ ਲੈ ਕੇ ਆਇਆ ਆਹੋ ਚੱਲ ਫਿਰ ਗੇੜੀ ਮਾਰ ਕੇ ਆਈਏ ਹਾਂ ਚੱਲ ਚੱਲ ਆ ਚੱਲ ਫਿਰ ਆਲੋ ਐਡਵਾਂਸ 200 ਰੁਪਏ ਪਰ ਰਹਿਸਲ ਤੇ 1000 ਰੁਪਏ ਪਰ ਸ਼ੋ ਕੋਈ ਨਾ ਜੀ ਤੁਹਾਡੇ ਕਰਕੇ ਕਰ ਲੂੰਗਾ ਜੀ ਸੱਚ ਜਾ ਰਿਹਾ ਗਿਆ ਸਵਾਦ ਸੰਤ ਤੈਨੂੰ ਸੋਈ ਹੋਰ ਨਬੀ ਤੇਰੀ ਨਹੀਂ ਹੋਣ ਦੀ ਕੋਈ ਆਸ ਸੰਤ ਤੈਨੂੰ ਸੋਈ ਹੋਰ ਨਬੀ ਜਸਮੀਤ ਹਾਂਜੀ ਸਰ ਇਹ ਨੇ ਆਪਣੇ ਨਵੇਂ ਮਿਊਜ਼ਿਕ ਟੀਚਰ ਬੱਬੂ ਕੀਰਤਪੁਰੀਆ ਇਹਨਾਂ ਨੂੰ ਤਾਂ ਮੈਂ ਪਹਿਲਾਂ ਵੀ ਮਿਲੀ ਆ ਇੱਕ ਸ਼ੂਟਿੰਗ ਤੇ ਰੀਅਲੀ ਹਾਂਜੀ ਹਾਂਜੀ ਓਕੇ ਤੁਸੀਂ ਇਹਨਾਂ ਨੂੰ ਬੱਚਾ ਨਾਲ ਇੰਟਰੋਡਿਊਸ ਕਰਾਓ ਓਕੇ ਆਈ ਵਿਲ ਸੀ ਯੂ ਲੇਟਰ ਜੀ ਗੁੱਡ ਲੱਕ ਥੈਂਕ ਯੂ
आ जाओ थोड़ा इंट्रोडक्शन करा देनी है मेरे स्टूडेंट्स ना। हाँ जी। पूजा, मनप्रीत, शिवानी, प्रबलीन, गुरप्रीत। बाबूजी, कीरतपुरिया जी। अब जी। फिर तुसी कदों तो आ रहे हो? मेरा तां जी करदा मैं जावां ही ना। पर हुण ते क्लासेस खत्म होने वालियां ने। अच्छा जी। चलो फिर तो कल ही मिलते हैं। चंगा जी फिर। चंगा बच्चो, दिलों सत श्री अकाल है। लेट्स कंटिन्यू। यार बापू तो कहता सी हॉलदार अज नाइट ड्यूटी ते आ, अंदरों आवाजा जी कदी आई जांदियां ने। ओ भाई जुए हो गए। ओ यार कौन ता इहनू डिकी जावांगे, मैं तां कहना टाकी टप के अंदर चलदे आ, मैं सवेरे रैसल ते भी जाणा है। ओ साले चंगा तुहाडा जमीर जगाया, आपदा सोना भी औखा होया पिया। ओ भरावा कोई नौकरी लभ ला, घट्टो घट घर लैण जोगे तां होईए। यार अज धक्के खा के तां आ भाई, टाइम तां लगूगा ही। ओ भाई ओए गैस वॉट की कहंदा, बट ते जाके सौ जाओ। नहीं ओए की होया? साले हो नौकरी मिल गई, नौकरी म्यूजिक टीचर दी, 8000 रुपया महीना। कल नु हुण तैनू भाग मिलखा, भाग दिखाउणी आ। मैनू एक ड्रामे च काम मिल गया, पर पैसे ना पुछी यार। ओ दारू कित्थे आ सालिया? पार्टी सालिया, तू तां कहंदा सी जदों तक सैट नहीं हुंदे पार्टी नहीं करनी। सालिया इहदा की पता कदों सैट होवे, घट्टो घट दारू पी के सैट होईए। चीयर्स। साले चौथे पैग नाल भी चीयर्स करदे भाई, बिलकुल नवां गाना कौन दे हुणे हुणे तैयार कीता छोटे भाई ने। साला गिल्ला हो गया, ध्यान ना सुनियो, हेक लागे करूंगा शुरू। वाह क्या बात है। कॉलेज दे विच पढ़दे असी परिंदे कईयां तो नीवें ताइयों नजरों लाए, ओ राही मिन्नी बस दी शौकी पढ़ने ली मेरी चिट्टी लांसर वड़ दी जांदी पाए। बब्बू, ओ बब्बू, दरवाजा खोल, अब बाहर डस्टबिन किना खिला रहा है? ओए उठो, ओए उठ पा, ओए उठ, बंगा पै गया। ओ साल्या मेरा मकान मालिक आ गया, उठो बचो साल्यो, आ सेट समान दे परे। की गल दंगी होए? बाग दित्ती मार, ओए साल्या ने बाग मिलखा बाग दा गीत गाउणी सी, मैनू भी जोड़ लगे। चलो चल चल चलो, हां बोतलो ओ बचा के आ भाजी, आ गया। ओ तो खोल दे, मैं तोड़ के अंदर बस, खोल दे भाजी, सा कुत्ते गए यार। ओए तू पीछे आ, कौन है? ਮੈਨੂੰ ਨੀ ਪਤਾ ਭਾਜੀ। ਤੈਨੂੰ ਨੀ ਪਤਾ? ਨਾ ਜੀ। ਉਹ ਸਾਲਿਆ, ਉਹ ਗੁੱਗੂ ਭਾਈ ਤੋਂ ਥੋੜੀਆਂ ਮੰਗ ਲਾ। ਉਹ ਸਾਲਿਆ ਗੁੱਗੂ ਭਾਜੀ ਕਾਰਪੈਂਟਰ, ਉਹ ਭਾਜੀ ਤੇਲ ਤੂਲ ਫੜਾ ਦਾ ਤਿਲਕ ਕੇ ਨਿਕਲ ਜਾਵੇ। ਸਾਲਿਆ ਗੁੱਗੂ ਭਾਜੀ ਕਾ ਤੇਲੀ ਹੈ ਜਿਹੜਾ ਤੇਲ ਫੜਾਉਣਗੇ, ਆ ਭਾਜੀ ਇਥੋਂ ਗਰੀਸ ਫੜਾਓ ਭਾਜੀ। ਸਾਲਿਓ ਗਰੀਸ ਨੂੰ ਕਿਤੇ ਭਾਜੀ ਵਰਕਸ਼ਾਪ ਲੈ ਲੈਣਾ ਗਰੀਸ ਤੋਂ ਸਾਲਿਓ। ਆ ਚੱਕੋ ਆਪਣੀ ਡੰਡ ਫੋੜੀ, ਜੇ ਅੱਜ ਤੋਂ ਬਾਅਦ ਮੇਰੇ ਘਰ ਦੇ ਨੇੜੇ ਤੇੜੇ ਵੀ ਦਿਸ ਗਏ ਨਾ, ਸਾਲਿਆਂ ਨੂੰ ਥਾਣੇ 'ਚ ਲੰਮੇ ਪਾ ਕੇ ਕੁੱਟੂ। ਭਾਜੋ ਸਾਲੇ ਫੁਕਰੇ। ਚੰਗਾ ਭਲਾ ਮੈਂ ਇੱਥੇ ਸੈੱਟ ਸੀਗਾ, ਸਾਲਿਆਂ ਨੇ ਆ ਕੇ ਮੈਨੂੰ ਵੀ ਉਜਾੜਤਾ। ਸਵਾ ਸੈੱਟ ਸੀ, ਕੱਚੀ ਟਾਕੀ ਵਾਲੇ ਮਕਾਨ 'ਚ ਰਹੀਏ ਨਾ, ਸੈੱਟ ਸੀ ਤੂੰ। ਮੈਂ ਸਾਲੇ ਦਾ ਇੱਟ ਮਾਰੂੰਗਾ, ਦੱਸ ਮੇਰੀ ਕਿਹਨੇ ਖਿਲਾ ਰਿਹਾ ਸੀ? ਸਾਲੇ ਖਾਧੀ ਪੀਤੀ 'ਚ ਕੀ ਪਤਾ ਲੱਗਦਾ ਕਿਹਨੇ ਖਿਲਾ ਰਿਹਾ? ਮੈਨੂੰ ਸਾਲਾ ਇਹ ਨਹੀਂ ਸਮਝ ਆਉਂਦਾ ਵੀ ਹੁਣ ਰਹਿਣਾ ਕਿੱਥੇ ਆ। ਚੱਲ ਤੂੰ ਹੌਸਲਾ ਰੱਖ, ਕਰਦੇ ਆ ਕੋਈ ਨਾ ਕੋਈ ਜਗਾੜ। ਸਾਲੇ ਉਹ 1500 ਚੁਰੇ ਚਾਰੇ ਰਹੀ ਜਾਂਦੇ ਸੀ, ਹੁਣ ਇਦੋਂ ਸਸਤਾ ਕਿੱਥੋਂ ਲੱਭ ਲਓਗੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੱਭਣਾ ਕਾਹਦੇ ਲਈ ਹੈ, ਟਾਕੀ ਟੁੱਟੀ ਹੈ, ਬੋਰੀ ਬੀਜੀ ਟੱਪ ਕੇ ਚਾਰੇ ਜਣੇ ਅੰਦਰ ਹੀ ਰਹਿ ਜਾਵਾਂਗੇ। ਓ ਤੇਰੀ ਗੱਲ ਜੱਚੀ ਨਹੀਂ ਗੱਲ। ਦੇਖ ਯਾਰ, ਸ਼ਹਿਰ 'ਚ ਕਿਤੇ ਨਾ ਕਿਤੇ ਕੋਈ ਸਸਤਾ ਮਕਾਨ ਤਾਂ ਲੱਭ ਜੂਗਾ। ਚਲੋ ਚੱਲੀਏ। ਚਲੋ ਚੱਲ ਲੱਭ ਲਾਂਗੇ ਯਾਰ। ਕਿਰਾਏ 'ਚ ਭਾਵੇਂ ਕਿਰਪਾਲ ਸਿੰਘ ਗਿੱਲ ਨੂੰ ਚਾਰ ਛਿੱਲੜ ਘੱਟ ਵੱਜ ਜਾਣ, ਉਹਦੀ ਕੋਈ ਟੈਨਸ਼ਨ ਨਹੀਂ, ਕਿਉਂਕਿ ਸੁੱਖ ਨਾਲ ਮੈਂ ਫੌਜ 'ਚੋਂ ਸੂਬੇਦਾਰ ਮੇਜਰ ਰਿਟਾਇਰ ਹੋਇਆ। ਪਰ ਇੱਕ ਗੱਲ ਮੈਨੂੰ ਸੱਚ ਸੱਚ ਦੱਸ ਦਿਓ ਵੀ ਤੁਸੀਂ ਦੋਵੇਂ ਛੜੇ ਹੋ? ਹਾਂਜੀ ਹਾਂਜੀ ਛੜੇ ਹਾਂ ਜੀ। ਕਿਵੇਂ ਸਾਲੇ ਹੁੱਬ ਕੇ ਦੱਸਦੇ ਆ ਜਿਵੇਂ ਛੜਾ ਆਰਮੀ ਦੀ ਹਾਈਐਸਟ ਪੋਸਟ ਹੋਵੇ। ਸੌਰੀ ਜਵਾਨ, ਦੋ ਮਕਾਨ। ਪਰ ਕਿਉਂ ਜੀ, ਮਕਾਨ ਕਿਉਂ ਨਹੀਂ ਮਿਲ ਸਕਦਾ? ਤੁਸੀਂ ਮਕਾਨ ਭਾਲ ਦਿਓ, ਮੈਂ ਛੜੇ ਬੰਦੇ ਦੀ ਮਕਾਨ ਨਾ ਜਾਵਾਂ। ਸਮਝੇ ਨਹੀਂ ਜੀ। ਸਮਝਾ ਤਾਂ ਮੇਰਾ ਬਾਪੂ ਗਿਆ ਸੀ ਮੈਨੂੰ ਵੀ ਕਾਕਾ ਜ਼ਿੰਦਗੀ 'ਚ ਕਦੇ ਝਾੜੂ ਖੜਾ ਨਾ ਰੱਖੀ ਤੇ ਕਿਰਾਏ ਦਾ ਛੜਾ ਨਾ ਰੱਖੀ। ਪਰ ਤੁਸੀਂ ਛੜਿਆਂ ਤੋਂ ਇਹਨੀ ਨਫ਼ਰਤ ਕਿਉਂ ਕਰਦੇ ਹੋ ਜੀ? ਨਫ਼ਰਤ? ਘਰ 'ਚ ਜਵਾਨ ਭਤੀਜੀ ਆ, ਤੁਹਾਡੇ ਵਰਗੇ ਦੋ ਛੜੇ ਮਸਟੰਡਿਆਂ ਨੂੰ ਮੈਂ ਕਿਵੇਂ ਬਾਲ ਲੂ? ਮੈਂ ਤਾਂ ਘਰੇ ਕਦੇ ਵਾਜਪਾਈ ਦਾ ਕੈਲੰਡਰ ਨਹੀਂ ਕੰਧ ਟੰਗਣ ਦਿੱਤਾ। ਤੁਸੀਂ ਤਾਂ ਅੰਕਲ ਗੱਲ ਹੋਰੇ ਪਾਸੇ ਲੈ ਗਏ। ਸੌਰੀ ਜਵਾਨ,
ਨੋ ਰੂਮ ਫਾਰ ਛੜਾ ਸ਼ਾਬਾਸ਼। ਤੁਹਾਨੂੰ ਕਿਹਨੇ ਕਿਹਾ ਜੀ ਅਸੀਂ ਛੜਿਆ? ਸਾਡੀਆਂ ਦੋਵਾਂ ਦੀਆਂ ਵੋਟੀਆਂ ਤਾਂ ਵਹੀਆਂ ਹੋਈਆਂ ਜੀ। ਕਮਾਲ ਹੈ, ਛੜਿਆਂ ਦੀਆਂ ਭੈਣਾਂ ਹੁੰਦੀਆਂ ਤਾਂ ਬਥੇਰੀਆਂ ਨਹੀਂ ਸੁਣਿਆ, ਵੋਟੀਆਂ ਵੀ ਹੁੰਦੀਆਂ ਸਾਲਾ, ਅੱਜ ਪਤਾ ਲੱਗਿਆ। ਆ ਕੀ ਗੱਲ, ਪਹਿਲਾਂ ਆਪਣੀਆਂ ਵੋਟੀਆਂ ਵਿਆਹ ਕੇ ਗਾਹਾਂ ਕਿਸੇ ਨੂੰ ਡੋਨੇਟ ਕਰਤੀਆਂ ਸੀ? ਤੁਸੀਂ ਸਮਝੇ ਨਹੀਂ ਜੀ, ਸਾਡੇ ਦੋਵਾਂ ਦਾ ਵਿਆਹ ਹੋਇਆ, ਛੜਾ ਤਾਂ ਸਾਡੀ ਕਾਸਟ ਆ। ਮਾਈਸੈਲਫ ਪਾਲੀ ਛੜਾ, ਦਿਸ ਇਜ਼ ਮਾਈ ਕਜ਼ਨ ਜਸ ਛੜਾ। ਛਾਬੜੇ ਤਾਂ ਬਥੇਰੀਆਂ ਨਹੀਂ ਸੁਣਿਆ, ਸਾਲੀ ਛੜਾ ਵੀ ਕੋਈ ਕਾਸਟ ਹੁੰਦੀ, ਅੱਜ ਪਤਾ ਲੱਗਿਆ। ਵਜਾ ਵਜਾ ਕਰਾਤੀ ਬਾਈ, ਪਰ ਐਡੀ ਗੰਦੀ ਕਾਸਟ ਵਾਲੇ ਦੇ ਹੱਥ ਤਾਂ ਕੋਈ ਕੱਟੀ ਦਾ ਸੰਗਲ ਨਹੀਂ ਦਿੰਦਾ, ਤੁਹਾਨੂੰ ਕੁੜੀਆਂ ਕਿਹਨੇ ਦੇਤੀਆਂ? ਜ਼ਰੂਰ ਕੁੜੀ ਵਾਲੇ ਕਿਸੇ ਗੱਲੋਂ ਕਾਣੇ ਹੋਣੇ ਆ। ਖੈਰ, ਚਵਾਰਾ ਤਾਂ ਤੁਹਾਨੂੰ ਮੈਂ ਆਪਣਾ ਦੇ ਦੂੰ ਕਿਰਾਏ 'ਤੇ, ਉਹਦੀ ਕੋਈ ਪ੍ਰੋਬਲਮ ਨਹੀਂ। ਹਾਂਜੀ, ਪਰ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਓ, ਜੇ ਕੱਲ੍ਹ ਨੂੰ ਮੇਰੀ ਭਤੀਜੀ ਨਾਲ ਕੋਈ ਊਚ ਨੀਚ ਹੋਈ ਤਾਂ ਇਹ ਸੋਚ ਲਿਓ ਕਿ ਵੋਟੀਆਂ ਤੁਹਾਡੇ ਦੋਹਾਂ ਦੀਆਂ ਵੀ ਬਚਦੀਆਂ, ਕਿਉਂਕਿ ਸੂਬੇਦਾਰ ਮੇਜਰ ਕਿਰਪਾਲ ਸਿੰਘ ਗਿੱਲ ਉਹ ਵੀ ਛੜਾ ਹੀ ਹੈ। ਨਾ, ਤੁਸੀਂ ਵਿਆਹ ਹੋ ਕੇ ਕਰ ਲਿਆ ਹੋਏ? ਹੋਰ, ਆਹੋ, ਪਰ ਸਾਲੇ ਉਹ ਜਨਾਨੀਆਂ ਕਿੱਥੋਂ ਲੈ ਕੇ ਆਉਂਗੇ? ਉਹ ਵੀ ਹੋ ਗਈਆਂ। ਲੈ, ਇਹ ਤਾਂ ਘਰ ਦੇ ਨਾਲ ਨਾਲ ਸਾਲੇ ਜਨਾਨੀਆਂ ਵੀ ਕਰੀ ਬੈਠੇ ਨੇ। ਉਹ ਸਾਲਾ ਮੈਂ ਤੋਂ ਹਸਬੈਂਡ ਬਣ ਗਿਆ, ਉਹ ਸਾਲਾ ਮੈਂ ਤੋਂ ਹਸਬੈਂਡ ਬਣ ਗਿਆ। ਯੈਸ ਵੀਰਜੀ, ਹਸਬੈਂਡ ਹੀ ਵਾਈਫ ਨਾ। ਸਾਲਾ ਕੀ ਮਤਲਬ ਹੈ ਤੇਰਾ? ਓਏ ਦੱਸ ਓਏ। ਦੇਖ ਬਾਈ, ਜਿੱਦਾਂ ਤੂੰ ਪਿੰਡ 'ਚ ਸਰੂਪਨਗਾ ਬਣ ਕੇ ਰਹਿੰਦਾ ਸੀ, ਉਦਾਂ ਹੀ ਸਾੜੀਆਂ ਬਣ ਕੇ ਇਸ ਘਰ 'ਚ ਰਹਿਣਾ, ਨਾਲੇ ਸਾਡੀ ਵੋਟੀ ਬਣ ਕੇ। ਉਹ ਪਰਾਂ ਮਰੋ ਤੁਸੀਂ ਓਏ, ਤੁਹਾਡੇ ਨਾਲ ਸੌਣ ਨਾਲੋਂ ਤਾਂ ਮੈਂ ਸਟੇਸ਼ਨ 'ਤੇ ਬਹਿ ਕਿਸੇ ਭਈਏ ਨਾਲ ਸੌਂਜੂਗਾ। ਸਾਲੇ ਇੰਨੇ ਵੀ ਨਹੀਂ ਮਾੜੇ, ਇੰਨੀ ਮੁਸ਼ਕਿਲ ਨਾਲ ਕਿ ਮਕਾਨ ਮਿਲਿਆ, ਸਮਝਾਓ ਇਹਨੂੰ। ਹਾਂ, ਉਹ ਮੰਨ ਜਾ ਯਾਰ, ਨਾਲੇ ਇੱਥੇ ਬਲਾਊਜ਼ ਵੀ ਬਾਲੇ ਘੈਂਟ ਮਿਲਦੇ ਆ। ਮੈਂ ਥਾਪੜਾ ਮਾਰੂ, ਮੈਂ ਕਰੋ ਧਰਮਿੰਦਰ ਬਣਨਾ ਆਇਆ, ਤੂੰ ਮੈਨੂੰ ਹੇਮਾ ਮਾਲਣੀ ਬਣਾਈ ਜਾਂਦਾ? ਆਹੋ, ਮੈਨੂੰ ਬਣਾ ਕੇ ਸੜਕ ਦੱਸਣ ਜੇ ਦਾ, ਤੂੰ ਬਣ ਜਾ ਧਰਮਿੰਦਰ। ਉਹ ਯਾਰ, ਜਿੰਨਾ ਚਿਰ ਘਰ ਨਹੀਂ ਮਿਲਦਾ ਉਨਾ ਚਿਰ ਹੀ ਸਾੜੀਆਂ ਪਾਉਣੀਆਂ। ਦੇਖ ਬਈ ਡਿਪਟੀ, ਜੇ ਰਹਿਣ ਨੂੰ ਛੱਤ ਨਾ ਮਿਲੀ ਫਿਰ ਸਾਰੀ ਉਮਰ ਪਿੰਡ 'ਚ ਸਾੜੀਆਂ ਪਾਪਾ ਘੁੰਮੀ। ਹੋਰ ਕੀ, ਮੰਨ ਜਾਣਾ ਯਾਰ, ਮੰਨ ਜਾ ਯਾਰ ਬਾਈ, ਪਲੀਜ਼। ਇੱਕ ਕਾਮਯਾਬ ਕਲਾਕਾਰ ਬਣਨ ਲਈ ਵੀ ਪਤਾ ਨਹੀਂ ਕੀ ਕੁਛ ਕਰਨਾ ਪੈਂਦਾ। ਚਲੋ ਠੀਕ ਹੈ ਯਾਰ। ਉਹ ਬੱਲੇ, ਇਹਨੂੰ ਕਹਿੰਦਾ ਯਾਰ, ਉਹ ਪਰ ਸਾੜੀ ਪਵਾ ਕੇ ਕਿਤੇ ਯਾਰ ਮਾਰ ਨਾ ਕਰ ਦਿਓ। ਨਹੀਂ, ਉਹ ਪਰ ਗੱਲ ਸੁਣੋ, ਏ ਆਪਣੀ ਤਿੰਨਾਂ ਦੀ ਇੱਕੋ ਹੀ ਘਰ ਵਾਲੀ ਹੋਊਗੀ? ਸਾਲਿਆ, ਦੂਜੀ ਘਰ ਵਾਲੀ ਤੂੰ ਬਣੇਗਾ? ਓਏ ਤੂੰ ਪਰਾਂ ਮਰ ਨਾ, ਹੁਣ ਤੇਰੇ ਵਾਰੀ ਬਲੌਜ ਮੁੱਕ ਗਏ। ਉਹ ਨਹੀਂ ਨਹੀਂ ਯਾਰ, ਸਾੜੀ ਪਾ ਕੇ ਤਾਂ ਮੇਰਾ ਢਿੱਡ ਦਿਖੂਗਾ। ਉਹ ਸਾਲਿਆ, ਕਿਧਰੇ ਤੇਰੀ ਧੁੰਨੀ ਕਾਲੀ ਹੁੰਦੀ, ਸੂਟ ਪਾ ਲਿਆ ਕਰੀ। ਨਾਲੇ ਊਂ ਵੀ ਮੈਂ ਸੁਣਿਆ ਇੱਥੇ ਪੰਜਾਬੀ ਸੂਟ ਬਾਹਲੀ ਸੋਹਣੇ ਮਿਲਦੇ ਆ। ਉਹ ਨਾਲੇ ਸਾੜੀ ਬਣਨੀ ਔਖੀ ਆ ਵੀ, ਮੈਂ ਵੀ ਸੂਟ ਹੀ ਪਾਇਆ ਕਰੂੰ। ਚਲੋ ਫੇਰ, ਛੇਤੀ ਛੇਤੀ ਚਾਹ ਮਗਾਓ, ਆਪਾਂ ਵੈਕਸ ਵੀ ਕਰਾਉਣੀ ਆ। ਯੈਸ, ਓਏ ਫੋਟੋ ਜ਼ੀਰੋ। ਏ ਆ ਜੀ ਨੀਰੂ। ਹੈਲੋ ਜੀ, ਨੀਰੂ ਬਾਜਵਾ? ਨਹੀਂ ਜੀ ਨਹੀਂ, ਨੀਰੂ ਛੜਾ। ਤੇ ਇਹ ਆ ਜੀ ਪਿੰਕੀ। ਮੋਗੇ ਵਾਲੀ? ਨਹੀਂ ਜੀ, ਪਿੰਕੀ ਛੜਾ। ਮੈਨੂੰ ਸਮਝ ਨਹੀਂ ਆਈ ਇੱਕ ਗੱਲ ਦੀ, ਵੀ ਐਡੀਆਂ ਸੋਹਣੀਆਂ ਤੁਹਾਡੀਆਂ ਘਰ ਵਾਲੀਆਂ ਤੇ ਤੁਹਾਨੂੰ ਮਕਾਨ ਲੱਭਣ 'ਚ ਫਿਰ ਵੀ ਇੰਨੀ ਦਿੱਕਤ ਆਈ? ਉਹ ਬਸ ਜੀ, ਇਹੀ ਤਾਂ ਦਿੱਕਤ ਆ ਕਿ ਸੋਹਣੀਆਂ ਨੇ ਜਿੱਥੇ ਵੀ ਗਏ ਮਕਾਨ ਮਾਲਕ ਚੰਦਰੇ ਹੀ ਟੱਕਰੇ। ਅਸੀਂ ਦੋਵੇਂ ਵੀਰੇ ਕੰਮ 'ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੋਂ ਨਿਗਾਹ ਰੱਖਿਓ। ਨਿਗਾਹ ਤਾਂ ਕੀ, ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ। ਵੈਸੇ ਸੂਬੇਦਾਰ ਸਾਹਿਬ, ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ? ਹੈ ਜੀ, ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ? ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ। ਹਾਂਜੀ, ਮੇਰੇ ਕਹਿਣ ਦਾ ਮਤਲਬ, ਤੁਸੀਂ ਹੈ ਹੀ ਐਡੀਆਂ ਸੋਹਣੀਆਂ, ਇਹਦੇ 'ਚ ਮਕਾਨ ਮਾਲਕਾਂ ਦਾ ਕੀ ਕਸੂਰ? ਖੈਰ, ਮੈਨੂੰ ਇਹ ਦੱਸੋ, ਤੁਹਾਡੇ ਦੋਹਾਂ 'ਚੋਂ ਕੌਣ ਕਿਹਦਾ ਘਰ? ਇਹ ਨੇ ਜੀ ਮੇਰੇ ਘਰ ਵਾਲੇ ਦੋਵੇਂ। ਨਹੀਂ ਨਹੀਂ ਜੀ, ਇਹ ਇਕੱਲੇ, ਤੇ ਇਹ ਨੀਰੂ ਦੇ ਘਰ ਵਾਲੇ ਨੇ। ਓ, ਮੈਂ ਸੋਚਿਆ ਦੋਵੇਂ ਤੁਹਾਡੇ ਪਤੀ ਨੇ। ਨਹੀਂ, ਤੇ ਤੁਸੀਂ ਇਕੱਲੇ ਹੋ। ਹਾਏ, ਸੱਚ ਕਹਿ ਗਏ ਬਾਪੂ ਜੀ, ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ। ਅਜੇ ਫੇਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ, ਤੁਹਾਡੇ 'ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ, ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ। ਨਹੀਂ ਜੀ, ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ। ਹਾਂ, ਮੇਰੇ ਨਾਲ ਹੀ ਨਾ ਐਡਜਸਟ ਹੋਇਆ ਕੋਈ। ਹਾਂਜੀ, ਮੇਰਾ ਮਤਲਬ ਜਦੋਂ ਅਸੀਂ ਫੌਜ 'ਚ ਹੁੰਦੇ ਸੀ ਅਸੀਂ ਇੱਕੋ ਤੰਬੂ 'ਚ 20 ਜਾਣੇ ਐਡਜਸਟ ਹੋ ਜਾਂਦੇ ਸੀ। ਹਾਏ ਅੱਲਾ, ਦੇਖੋ ਨਾ ਚਾਚਾ ਜੀ। ਹਾਏ ਜਸਮੀਤ, ਆਓ ਬੇਟਾ,
ਮੀਤ ਹੈ ਇਹ ਮੇਰੀ ਭਤੀਜੀ ਜਸਮੀਤ ਤੇ ਇਹ ਨੇ ਆਪਣੇ ਨਵੇਂ ਕਿਰਾਏਦਾਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਇਹ ਮੇਰੀ ਵਾਈਫ ਨੀਰੂ ਸਤਿ ਸ਼੍ਰੀ ਅਕਾਲ ਜੀ ਤੇ ਇਹ ਆ ਜੀ ਮੇਰੀ ਬਿਊਟੀਫੁਲ ਵਾਈਫ ਪਿੰਕੀ ਛੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੁਹਾਡੀ ਸ਼ਕਲ ਤੇ ਜਮਾ ਹੀ ਜਮਾ ਨਹੀਂ ਜੀ ਮਿਲਦੀ ਕਿਸੇ ਨਾਲ ਕਿਹਦੇ ਨਾਲ ਵੈਸੇ ਸਾਡੇ ਨਵੇਂ ਮਿਊਜ਼ਿਕ ਟੀਚਰ ਬੱਬੂ ਨਾਲ ਬਿਲਕੁਲ ਏਦਾਂ ਲੱਗਦਾ ਜਿਵੇਂ ਉਹੀ ਲੇਡੀ ਸੂਟ ਪਾ ਕੇ ਖੜੇ ਹੋਣ ਹੁਣ ਮੇਰੀ ਕੀ ਗਲਤੀ ਆ ਉਹ ਮੇਰਾ 2 ਸਾਲ ਛੋਟਾ ਜੁੜਵਾ ਭਰਾ ਹੈ ਜੀ ਇੱਕ ਮਿੰਟ ਇੱਥੇ ਸਾਲਾ 2 ਮਿੰਟ ਦਾ ਫਰਕ ਹੋਵੇ ਅਸੀਂ ਤਾਂ ਨਹੀਂ ਜੋੜਾ ਭਰਾ ਮੰਨਦੇ ਇੱਥੋਂ 2 ਸਾਲ ਛੋਟਾ ਜੋੜਾ ਕਿਵੇਂ ਹੋ ਗਿਆ ਉਹ ਨਹੀਂ ਜੀ ਸੂਬੇਦਾਰ ਸਾਹਿਬ ਅਸਲ ਦੇ ਵਿੱਚ ਇਹਨਾਂ ਦੀ ਸ਼ਕਲਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ ਇੰਨੀਆਂ ਜ਼ਿਆਦਾ ਮਿਲਦੀਆਂ ਨੇ ਸਾਰੇ ਲੋਕ ਪਿਆਰ ਨਾਲ ਇਹਨਾਂ ਨੂੰ ਜੁੜਮਾ ਜੁੜਮਾ ਤੁਸੀਂ ਕਹਿੰਦੇ ਹੋ ਫਿਰ ਹੋ ਸਕਦਾ ਜੁੜਵੇ ਹੋਣ ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣਾ ਹੈ ਨਹੀਂ ਜੀ ਨਹੀਂ ਤੇ ਆਪਾਂ ਕੱਲ ਹੀ ਸੱਦ ਲੈਨੇ ਆ ਨਾ ਜੀ ਨਾ ਵੀ ਹੇਟ ਟੂਗੇਦਰ ਹੇਟ ਟੂਗੇਦਰ ਨਹੀਂ ਹੁੰਦਾ ਹੇਟ ਟੀਚਰ ਹੁੰਦਾ ਚਲੋ ਜਿੱਦਾਂ ਮਰਜ਼ੀ ਹੈ ਤੁਸੀਂ ਸਮਝ ਤਾਂ ਗਏ ਹੀ ਨਾ ਤੁਸੀਂ ਸਮਝਾਤਾ ਮੈਂ ਸਮਝ ਅੰਕਲ ਜੇ ਥੋੜੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ ਨਹੀਂ ਹਾਂ ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ ਸੋ ਸਵੀਟ ਠੀਕ ਕਿਉਂਕਿ ਸਾਡੇ ਰਿਵਾਜ਼ ਆ ਅਸੀਂ ਪਹਿਲੇ ਦਿਨ ਨਵੀਂ ਵੋਟੀ ਨੂੰ ਚੌਂਕੇ ਨਹੀਂ ਚਾੜਦੇ ਨਹੀਂ ਜੀ ਪਰ ਇਹਨਾਂ ਦੇ ਰਿਵਾਜ਼ ਹੈ ਇਹ ਪਹਿਲੇ ਦਿਨ ਨਵੀਂ ਵੋਟੀ ਨੂੰ ਚਾਰੇ ਚਾੜ ਦਿੰਦੇ ਨੇ ਚਲੋ ਚੱਕੋ ਸਮਾਨ ਚਲੋ ਚੱਕੋ ਚੱਕੋ ਜੀ ਹਾਂ ਹਰੀ ਆਪ ਥੈਂਕ ਯੂ ਥੈਂਕ ਯੂ ਸਾਲੀ ਗਲਤੀ ਹੋ ਗਈ ਮੈਂ ਚਵਾਰੇ ਥੱਲੇ ਪਾ ਲੈਣਾ ਸੀ ਉਹ ਤੁਹਾਨੂੰ ਸਾਲਾ ਆਹੀ ਘਰ ਮਿਲਿਆ ਸੀਗਾ ਰਹਿਣ ਨੂੰ ਹੁਣ ਸਾਨੂੰ ਥੋੜਾ ਨਾ ਪਤਾ ਸੀ ਕਿ ਹਰ ਥਾਂ ਤੇ ਢੋਲਕੀਆਂ ਵੱਜੇ ਵਜਾਉਂਦਾ ਫਿਰਦਾ ਤੂੰ ਓਏ ਬਕਵਾਸ ਨਾ ਕਰ ਕੱਲ ਦਾ ਸਟਾਰ ਆ ਮੈਂ ਵੱਡਾ ਸਟਾਰ ਉਹ ਤੈਨੂੰ ਕੋਈ ਪਛਾਣਦਾ ਨਹੀਂ ਜਿੱਥੇ ਲੋੜ ਨਹੀਂ ਉੱਥੇ ਲੋਕ ਤੈਨੂੰ ਪਛਾਣੀ ਜਾਂਦੇ ਆ ਉਹ ਛੱਡੋ ਯਾਰ ਹੁਣ ਐ ਦੱਸੋ ਵੀ ਆ ਹਮਸ਼ਕਲ ਵਾਲੇ ਸਿਆਪੇ ਦਾ ਕੀ ਕਰਨਾ ਦੇਖ ਬਾਈ ਭੈਣ ਭਰਾ ਦੋਹਾਂ ਚੋਂ ਇੱਕ ਪਾਸੇ ਲੰਗ ਮਾਰ ਕੇ ਤੁਰਿਆ ਕਰ ਜਸਮੀਤ ਨੂੰ ਆਪੇ ਵਿਸ਼ਵਾਸ ਹੋ ਜੂ ਕਿ ਤੁਸੀਂ ਅੱਡ ਅੱਡ ਲੈ ਦੱਸ ਤੇ ਮੈਂ ਕੀ ਮਾਰਾਂ ਉਹ ਬੁੜਾ ਮੇਰੇ ਤੇ ਲਾਈਨ ਮਾਰੀ ਜਾਂਦਾ ਨੀਰੂ ਉਤਰੀ ਆ ਗਿਆ ਉਹ ਸਾਲਾ ਆਪਣੀਆਂ ਬਿੱਗਾਂ ਚੱਕੋ ਤੇ ਪੱਛੋ ਬੁੜੇ ਨੂੰ ਕਿ ਲਾਈਨ ਨਹੀਂ ਮਾਰੀ ਜਾਂਦੇ ਕਦੇ ਬੈਲ ਵੀ ਮਾਰ ਲਿਆ ਕਰ ਤੂੰ ਮੈਂ ਅੰਦਰ ਆ ਜਾਵਾਂ ਜੀ ਵੈਸੇ ਤੁਸੀਂ ਆਲਰੇਡੀ ਅੰਦਰ ਹੀ ਹੋ ਜੀ ਸਾਡੇ ਚੁਬਾਰੇ ਦਾ ਅੰਦਰ ਇੱਥੋਂ ਸ਼ੁਰੂ ਹੁੰਦਾ ਆਜੋ ਜੀ ਆਜੋ ਮੈਂ ਤੁਹਾਡੇ ਲਈ ਖਾਣਾ ਲੈ ਕੇ ਆਇਆ ਸੀ ਤੁਸੀਂ ਅੱਜ ਚੁੱਲ੍ਹਾ ਨਹੀਂ ਨਾ ਬਾਲਿਆ ਹੁਣ ਪਰ ਤੁਸੀਂ ਇੰਨੇ ਬੌਂਦਲੇ ਕਿਉਂ ਨਹੀਂ ਨਹੀਂ ਜੀ ਨਵੀਂ ਨਵੀਂ ਜਗ੍ਹਾ ਨਾ ਇਸ ਲਈ ਜੀ ਨਵੀਂ ਜਗ੍ਹਾ ਨੂੰ ਸਪੇਸ ਤੇ ਆਏ ਹੋ ਤੁਹਾਡੀਆਂ ਵੋਟੀਆਂ ਨਹੀਂ ਦਿਖਦੀਆਂ ਉਹ ਤਾਂ ਜੀ ਨਹਾਉਣ ਗਈਆਂ ਨੇ ਦੋਵੇਂ ਇਕੱਠੀਆਂ ਹੀ ਇੱਕ ਦੂਜੇ ਦੀ ਪਿੱਠ ਤੇ ਸਾਬਣ ਲਾਉਣ ਲਈ ਉਹ ਆਪਦਾ ਪੂਰੀ ਪਿੱਠ ਤੇ ਹੱਥ ਨਹੀਂ ਨਾ ਜਾਂਦਾ ਹੱਥ ਤਾਂ ਕਿਸੇ ਦਾ ਵੀ ਨਹੀਂ ਪਿੱਠ ਤੇ ਜਾਂਦਾ ਹੁੰਦਾ ਪੂਰਾ ਮੈਨੂੰ ਵੇਖੋ ਹੁਣ ਤੱਕ ਕਦੇ ਖਿਆਲ ਹੀ ਨਹੀਂ ਆਇਆ ਨਹੀਂ ਮੈਂ ਵੀ ਆਪਣੀ ਪਿੱਠ ਤੇ ਸਾਬਣ ਲਵਾ ਲੈਂਦਾ ਕਿਸੇ ਕੋਲੋਂ ਹਾਂਜੀ ਜਨਾਨੀਆਂ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦੀਆਂ ਤੇ ਬੰਦੇ ਕਿੰਨੇ ਜੱਡ ਹੁੰਦੇ ਆ ਕਦੋਂ ਕੁ ਬਾਹਰ ਆਉਣਗੀਆਂ ਉਹਨਾਂ ਨੂੰ ਤਾਂ ਹਜੇ ਟਾਈਮ ਲੱਗੂਗਾ ਜੀ ਜਦੋਂ ਅੰਦਰ ਚਲੇ ਜਾਂਦੀਆਂ ਨੇ ਟੱਬ 'ਚ ਪਾਣੀ ਪਾ ਕੇ ਬੱਚਿਆਂ ਵਾਂਗੂ ਖੇਡਦੀਆਂ ਰਹਿੰਦੀਆਂ ਨੇ ਇਹਨਾਂ ਦਾ ਅਜੇ ਤੱਕ ਬਚਪਨਾ ਨਹੀਂ ਗਿਆ ਸਾਡੀ ਸਾਲੀ ਜਵਾਨੀ ਪੱਟਣ ਨੂੰ ਫਿਰਦੀ ਆ ਇਹਨਾਂ ਨੂੰ ਦੇਖ ਦੇਖ ਕੇ ਹਾਂਜੀ ਕੁਛ ਨਹੀਂ ਮੈਂ ਹੁਣ ਅੰਦਰ ਜਾ ਕੇ ਸੁਨੇਹਾ ਦਿੰਦਾ ਤਾਂ ਚੰਗਾ ਨਹੀਂ ਲੱਗਦਾ ਜਦੋਂ ਬਾਹਰ ਆਈਆਂ ਤਾਂ ਮੇਰਾ ਸੁਨੇਹਾ ਦਿਓ ਕਿ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਲੈ ਕੇ ਆਇਆ ਸੀ ਉਹਨਾਂ ਲਈ ਠੀਕ ਹੈ ਜੀ ਮੈਂ ਚੱਲਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਸੇ ਮਾੜਾ ਜਿਹਾ ਇੱਕ ਵਾਰੀ ਫੇਰ ਟਰਾਈ ਕਰਕੇ ਖੜਕਾ ਕੇ ਦੇਖ ਲੈਂਦੇ ਸ਼ਾਇਦ ਬਾਹਰ ਆ ਜਾਂਦੇ ਨਹੀਂ ਥੋੜ੍ਹਾ ਟਾਈਮ ਤਾਂ ਲੱਗੂਗਾ ਜੀ ਅੱਛਾ ਜੀ ਹਾਂਜੀ ਜੀ ਸਾਲੀਆਂ ਚੁੱਲ੍ਹੇ 'ਚ ਫੂਕਾਂ ਮਾਰੀਆਂ ਵੀ ਐਵੇਂ ਹੀ ਗਈਆਂ ਆਜੋ ਗਿਆ ਰੋਟੀ ਦੇਣ ਆਇਆ ਸੀ ਕੋਈ ਗਾਂ ਆਪਾਂ ਖੇਤਾਂ 'ਚ ਹਲ ਵਾਹੁੰਦੇ ਜਿਹੜਾ ਪੱਤਾ ਦੇਣ ਆਇਆ ਸੀ ਪੱਤਾ ਕਾਹਨੂੰ ਦੇਣ ਆਇਆ ਸੀ ਸਾਲੇ ਉਹ ਝਟਕਾ ਦੇਣ ਆਇਆ ਸੀਗਾ ਅੱਜ ਨਹੀਂ ਤਾਂ ਕੱਲ੍ਹ ਆਪਾਂ ਫੜੇ ਜਾਣਾ ਯਾਰ ਯਾਰ ਜੀ ਇੱਦਾਂ ਡਰਦੇ ਰਹੇ ਉਹਨੂੰ ਉੱਦਾਂ ਹੀ ਸ਼ੱਕ ਪੈ ਜਾਣਾ ਘੱਟੋ ਘੱਟ ਚਾਚੇ ਭਤੀਜੀ ਨਾਲ ਇੰਨੀ ਕੌਨਫੀਡੈਂਸ ਨਾਲ ਗੱਲ ਕਰੋ ਕੱਲ੍ਹ ਨੂੰ ਮੈਡੀਕਲ ਟੈਸਟ ਕਰਾਵੇ ਤੁਸੀਂ ਜਨਾਨੇ ਹੀ ਨਿਕਲੋ ਮਤਲਬ ਬਦਲੋ ਤੇਰਾ ਮਤਲਬ ਕੌਨਫੀਡੈਂਸ ਹਾਏ ਓਏ ਕਿੱਥੇ ਚੱਲੇ ਹੋ ਰੈੱਡ ਐਂਡ ਵਾਈਟ ਬਣ ਕੇ ਕੁਛ ਹੋਰ ਹੀ ਬਾਬੂ ਜੀ
ਕੀ ਹਾਲ ਚਾਲ? ਵਧੀਆ, ਤੁਸੀਂ ਕਿੱਦਾਂ? ਵਧੀਆ, ਤੁਹਾਡੀ ਭੈਣ ਮਿਲੀ ਸੀ ਮੈਨੂੰ। ਅੱਛਾ, ਕੱਲੀ ਸੀਗੀ ਕਿ ਜੀਜਾ ਵੀ ਸੀਗਾ ਨਾਲ? ਜੀਜਾ ਵੀ ਨਾਲ ਸੀ। ਹਲੇ ਇਕੱਠੇ ਰਹੀ ਜਾਂਦੇ ਦੋਨੇ? ਨਾਲੇ ਤੁਸੀਂ ਕੀ ਆਪਣਾ ਘਰ ਦਿੱਤਾ ਉਹਨਾਂ ਨੂੰ ਕਿਰਾਏ ਤੇ? ਤੁਹਾਨੂੰ ਕਿਵੇਂ ਪਤਾ ਉਹ ਸਾਡੇ ਘਰ ਆਏ ਨੇ? ਉਹ ਮੇਰੀ ਸਿਕਸ ਸੈਂਸ ਬਹੁਤ ਤੇਜ਼ ਹੈ ਨਾ, ਮੈਨੂੰ ਅੱਧੀ ਗੱਲ ਦੱਸੋ, ਬਾਕੀ ਦੀ ਤਾਂ ਮੈਂ ਆਪ ਹੀ ਬੁੱਝ ਲੈਣਾ। ਵੈਸੇ ਦੋਨੇ ਘਰ ਲੱਭ ਰਹੇ ਸੀ ਨਾ ਕਿਰਾਏ ਤੇ, ਮੈਨੂੰ ਲੱਗਿਆ ਤੁਹਾਡੇ ਘਰ ਹੀ ਨਾ ਗਏ ਹੁਣ। ਹਾਂ, ਸਾਡੇ ਘਰ ਹੀ ਕਿਰਾਏ ਤੇ ਆਏ ਨੇ। ਪਰ ਤੁਸੀਂ ਭੈਣ ਭਰਾ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹੋ? ਉਹ ਮੇਰੀ ਤਾਂ ਜੀ ਮੇਰੀ ਭੈਣ ਨਾਲ ਨਾ ਖਾਨਦਾਨੀ ਦੁਸ਼ਮਣੀ ਆ। ਇੱਕ ਤੇ ਖਾਨਦਾਨ ਹੈ ਤੁਹਾਡਾ, ਖਾਨਦਾਨੀ ਦੁਸ਼ਮਣੀ ਕਿਵੇਂ ਹੋਈ? ਲੈ, ਵਿਆਹ ਤੋਂ ਬਾਅਦ ਭੈਣ ਦਾ ਖਾਨਦਾਨ ਜੀਜੇ ਵਾਲਾ ਨਹੀਂ ਹੋ ਗਿਆ, ਉਧਰਲੇ ਪਾਸਿਓਂ ਲੱਗਦੀ ਆ। ਉਦਾਂ ਭੈਣ ਨਾਲ ਤਾਂ ਕੋਈ ਰੌਲਾ ਨਹੀਂ ਮੇਰਾ। ਜੀਜੇ ਨਾਲ ਕੀ ਰੌਲਾ ਹੈ? ਉਹਦੇ ਸਾਲੇ ਨੇ ਕਈ ਵਾਰ ਖਾਧੀ ਪੀਤੀ 'ਚ ਨਾ ਮੇਰੇ 'ਤੇ ਬਜਰੀ ਉਛਾਲੀ ਆ। ਮੈਂ ਚਿੱਕੜ ਉਛਾਲਣਾ ਤਾਂ ਸੁਣਿਆ, ਇਹ ਬਜਰੀ ਉਛਾਲਣੀ ਕੀ ਹੁੰਦੀ ਹੈ? ਉਹ ਯਾਰ ਤੁਸੀਂ ਛੱਡੋ, ਮੇਰਾ ਸਿਰ ਪਹਿਲਾਂ ਹੀ ਬਹੁਤ ਕਨਫਿਊਜ਼ ਆ, ਮੇਰਾ ਮਤਲਬ ਦੁਖਦਾ। ਆਪਾਂ ਚੱਲ ਕੇ ਚਾਹ ਨਾ ਵੀ ਹੈ ਕੈਡੀ ਜੀ? ਚਲੋ ਜੀ, ਆ ਜਾਓ ਫਿਰ। ਘਰੋਂ ਚੰਗਾ ਭਲਾ ਧਰਮਿੰਦਰ ਬਣਨ ਆਇਆ ਸੀ, ਸਾਲਿਆਂ ਨੇ ਹੇਮਾ ਮਾਲਿਨੀ ਬਣਾ ਕੇ ਰੱਖਤਾ। ਮੇਰੇ ਰੱਬਾ, ਅੱਜ ਪਹਿਲੀ ਵਾਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਮੁਰਗੇ ਨਾਲ ਨੀਰੂ ਨੂੰ ਇੰਪ੍ਰੈਸ ਕਰਨ ਚੱਲਿਆ, ਵੇਖੀ ਕਿਤੇ ਪਾਪ ਨਾ ਲੱਗੇ। ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਮੈਂ ਹਾਂ ਤੇਰਾ ਫੌਜੀ, ਮੇਰੀ ਬੁੱਗੀ ਹੈ ਤੂੰ, ਹੋ ਮੇਰੀ ਬੁੱਗੀ, ਹੋ ਮੇਰੀ ਬੁੱਗੀ, ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁੱਗ ਡੁੱਗ ਵੱਜਦੀ ਡੁੱਗੀ, ਮੇਰੀ ਬੁੱਗੀ, ਹੋ ਮੇਰੀ ਬੁੱਗੀ। ਆ ਜਾਓ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ, ਆ ਜਾਓ ਪੁੱਤ। ਸੋਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ, ਤੁਸੀਂ ਤਾਂ ਮੇਰੀ ਬਾਂਹ ਦਾ ਵੀ ਕੀਮਾ ਬਣਾਤਾ, ਦੋਨਾਂ ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਹੀ ਯੂਐਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ? ਮੈਂ ਸੋਚਿਆ ਘਰ 'ਚ ਆਪਾਂ ਦੋ ਜੀ ਹਾਂ, ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਹਾਂ, ਨਾਲੇ ਜਦੋਂ ਅੰਦਰ ਅੱਗ ਲੱਗੀ ਹੋਵੇ ਫਿਰ ਦੋ ਦੋ ਚੁੱਲ੍ਹੇ ਕਾਹਦੇ ਲਈ ਬਾਲਣੇ ਆ? ਅੰਦਰ ਅੱਗ? ਤੁਹਾਨੂੰ ਐਸੀਡਿਟੀ ਹੈ? ਸਰ ਗਿਆ ਉਹ, ਜੇ ਸਿੱਟੀ ਹੁੰਦੀ ਮੈਂ ਮੁਰਗਾ ਚੱਕ ਕੇ ਘੁੰਮਣਾ ਸੀ, ਮੇਰੇ ਹੱਥ 'ਚ ਗੂੰਦ ਕਤੀਰਾ ਨਾ ਹੁੰਦਾ। ਮੈਨੂੰ ਸਿੱਟੀ ਨਹੀਂ, ਮੈਨੂੰ ਤੇ ਇਸ਼ਕ ਡਿਟੀ ਹੋਈ। ਹਾਏ ਅੱਲਾ, ਡੀਡੀਟੀ ਤਾਂ ਬਹੁਤ ਵਾਰੀ ਸੁਣੀ ਹੈ, ਪਰ ਇਹ ਇਸ਼ਕ ਡਿਟੀ ਕੀ ਚੀਜ਼ ਹੈ ਜੀ? ਬੜੀ ਨਾਮਰਾਦ ਬਿਮਾਰੀ ਆ, ਮੈਂ ਸਮਝਾਉਣਾ। ਇਹ ਇਸ਼ਕ ਡਿਟੀ ਦੇ ਕੀੜੇ ਇਨਸਾਨ ਨੂੰ ਟਿਕਣ ਨਹੀਂ ਦਿੰਦੇ। ਹਾਏ ਅੱਲਾ, ਛੱਡੋ ਨਾ, ਲਿਆਓ ਮੈਂ ਚਿਕਨ ਗਰਮ ਕਰਕੇ ਲੈ ਕੇ ਆਈ। ਐਵੇਂ ਗਰਮ ਕਰਨ ਦੇ ਤਕਲਫ 'ਚ ਪੈ ਗਏ, ਦੋ ਮਿੰਟ ਹੱਥ 'ਚ ਫੜੀ ਰੱਖਦੇ ਆਪੇ ਗਰਮ ਹੋ ਜਾਣਾ ਸੀ। ਸਾਲਾ ਕਿਵੇਂ ਤਰਸਿਆ ਫਿਰਦਾ, ਜਿਵੇਂ ਕਦੇ ਕੁਛ ਦੇਖਿਆ ਨਹੀਂ ਹੁੰਦਾ। ਮੇਰੀ ਬੁੱਗੀ ਨੇ ਕੁਛ ਕਿਹਾ? ਨਹੀਂ ਜੀ। ਹੈਲੋ, ਤੁਸੀਂ ਚਿਕਨ ਖਾਓ। ਪਹਿਲੇ ਆਪ, ਪਹਿਲੇ ਆਪ, ਪਹਿਲੇ ਆਪ ਖਾ ਲੈ ਹੁਣ। ਕੁਛ ਕਿਹਾ? ਲਓ ਨਾ ਪਲੀਜ਼। ਸ਼ੋਰ, ਲਓ। ਇਹ ਨਕੌੜਾ ਕਿਉਂ ਆ? ਉਹ ਮੈਥੋਂ ਨਾ ਜ਼ਿਆਦਾ ਸੜ ਗਿਆ ਸੀ, ਮੈਂ ਉੱਪਰ ਬਰਨੌਲ ਲਾਤੀ। ਹੁਣ ਕਹਿ ਪੁੱਤ ਬੁੱਗੀ, ਸਾਲਾ ਵੱਡਾ ਦਲਜੀਤ ਬਣਿਆ ਫਿਰਦਾ ਸੀ, ਕਰ ਪੁੱਤ ਉਲਟੀਆਂ, ਹੁਣ ਮੈਨੂੰ ਉਲਟੀਆਂ ਕਰਾਉਣ ਨੂੰ ਫਿਰਦਾ ਸੀ। ਚੱਲ ਬਈ ਛਿੰਦੇ, ਆ ਮੇਰਾ ਬੱਚਿਆ, ਚੱਲ ਬਈ। ਆ ਭੈਣ ਜੀ, ਇਹਦਾ ਬਸਤਾ ਵੀ ਲੈ ਜਿਓ। ਆ ਲਓ ਜੀ, ਚੱਲ ਬਈ ਮੈਂ ਦੇ ਦਿਆਂ। ਓਹੋ, ਕੀ ਹੋਇਆ? ਮੈਡਮ ਜੀ, ਟਾਇਰ ਹੀ ਪੈਂਚਰ ਹੋ ਗਿਆ। ਹੁਣ ਹੁਣ ਤੁਹਾਨੂੰ ਥੱਲੇ ਲੈਣਾ ਪੈਣਾ। ਪਰ ਮੈਂ ਕਾਰ ਕੀ ਵਜਾਵਾਂਗੀ, ਮੱਦੀ ਕੁਛ ਕਰ। ਆ ਠੀਕ ਹੈ ਮੈਡਮ, ਮੈਂ ਮੂੰਹ ਨੇ ਹਵਾ ਭਰ ਕੇ ਦੇ ਦਾਂ। ਕੀ ਹੋਇਆ ਜੀ? ਟਾਇਰ ਪੈਂਚਰ ਹੋ ਗਿਆ, ਤੂੰ ਲਾ ਦੇਗਾ? ਪੈਂਚਰ ਤਾਂ ਨਹੀਂ ਲਾ ਸਕਦਾ, ਪਰ ਤੇਰੀ ਮਦਦ ਕਰ ਦੂੰ।
ਉਹ ਅੱਛਾ ਉਹ ਕਿੱਦਾਂ ਆ ਤੇਰੀ ਸਵਾਰੀ ਨੂੰ ਸਾਈਕਲ ਤੇ ਘਰ ਛੱਡ ਆਉਣਾ ਫਿਰ ਵੀ ਭਰਾ ਆ ਉਹ ਅੱਛਾ ਜੀ ਉਹ ਇਹਨਾਂ ਦਾ ਨਹੀਂ ਤੇਰਾ ਆ ਜਾਓ ਮੈਡਮ ਆਓ ਤੁਸੀਂ ਨਹੀਂ ਜੀ ਉਹ ਠੀਕ ਆ ਮਤੀ ਆ ਚੱਕਾ ਲਾ ਕੇ ਦੇ ਦੇ ਫਿਰ ਮੈਨੂੰ ਮੈਨੂੰ ਕੀ ਆ ਮੈਂ ਪੈਂਚਰ ਲਵਾ ਲਿਆਉਣਾ ਘੰਟਾ ਕੀ ਲੱਗਣਾ ਉਹ ਨਹੀਂ ਨਹੀਂ ਭਾਜੀ ਉਹ ਮੈਡਮ ਤੁਸੀਂ ਨਾਲ ਜਾਓ ਜੀ ਉਹ ਇੰਨੀ ਗਰਮੀ ਚ ਪੈਦਲ ਜਾਣ ਨਾਲੋਂ ਤਾਂ ਸਾਈਕਲ ਤੇ ਠੀਕ ਰਹਿਣਾ ਆਜੋ ਆਜੋ ਕੋਈ ਗੱਲ ਨਹੀਂ ਆਜੋ ਬੈਠੋ ਬੈਠੋ ਗਰਮੀ ਬੜੀ ਆ ਜੀ ਇੰਨੀ ਧੁੱਪ ਆ ਆਜੋ ਆਜੋ ਚਲੀਏ ਚੰਗਾ ਵੀ ਮੱਦੀ ਪੈਂਚਰ ਧਿਆਨ ਨਾਲ ਲਵਾਈ ਉਹ ਤੂੰ ਵੀ ਧਿਆਨ ਨਾਲ ਛਦਾਈਆ ਚਾਹ ਦੇ ਵਿੱਚ ਕਿਤੇ ਮੈਡਮ ਨਾ ਸੁੱਟ ਦੇਈ ਮੈਡਮ ਜੀ ਤੁਹਾਨੂੰ ਇੱਕ ਗੱਲ ਕਵਾਂ ਬੁਰਾ ਤਾਂ ਨਹੀਂ ਮੰਨੋਗੇ ਕਹੋ ਦੱਸਾਂ ਉਹ ਅਗਲੇ ਹਫ਼ਤੇ ਨਾ ਅਸੀਂ ਸ਼ਬੀਲ ਲਾ ਰਿਹਾ ਤੁਸੀਂ ਆਓਗੇ ਸ਼ਬੀਲ ਹਾਂਜੀ ਮੈਨੂੰ ਲੱਗਿਆ ਕਿ ਉਹ ਤੁਹਾਨੂੰ ਕੀ ਲੱਗਿਆ ਲੰਗਰ ਲਾਉਣਾ ਉਹ ਕੋਈ ਨਾ ਜੀ ਅਸੀਂ ਲੰਗਰ ਵੀ ਲਾ ਦਾਂਗੇ ਸ਼ਬੀਲ 'ਚ ਦੱਸੋ ਫਿਰ ਤੁਹਾਡਾ ਨਾਂ ਲਿਖ ਲਾਂ ਨਾਂ ਕਿੱਥੇ ਲਿਖਣਾ ਉਹ ਅਸੀਂ ਲਿਸਟ ਬਣਾ ਰਹੇ ਹਾਂ ਨਾ ਹੈ ਇਹ ਪਾਲੀ ਨਾਲ ਕੁੜੀ ਕੌਣ ਬਸ ਬਸ ਮੇਰਾ ਘਰ ਆ ਗਿਆ ਮੈਡਮ ਜੀ ਤੁਸੀਂ ਦੱਸਿਆ ਨਹੀਂ ਤੁਸੀਂ ਆਉਂਗੇ ਨਾ ਠੀਕ ਹੈ ਮੈਂ ਕੋਸ਼ਿਸ਼ ਕਰਾਂਗੀ ਨਾਲ ਡੋਲੂ ਜ਼ਰੂਰ ਲੈ ਕੇ ਆਇਓ ਪਰ ਤੁਸੀਂ ਮੇਰਾ ਕਿਸੇ ਲਿਸਟ 'ਚ ਨਾਮ ਨਾ ਲਿਖਿਓ ਸ਼ਬੀਲ ਦੀ ਕੋਈ ਲਿਸਟ ਨਹੀਂ ਬਣਦੀ ਠੀਕ ਹੈ ਜੀ ਘਰ ਛੱਡਣ ਲਈ ਥੈਂਕਸ ਮੇਰਾ ਵੀ ਥੈਂਕ ਯੂ ਆ ਜੀ ਚੱਲ ਵੀ ਪਾਲੀ ਸਿੰਘ ਗੱਲ ਬਣ ਗਈ ਕਿੱਥੇ ਚੱਲੇ ਹੋ ਸਾਲਿਆ ਮਰਵਾਏਗਾ ਜੇ ਉੱਚੀ ਬੋਲਣਾ ਤੇ ਜਨਾਨੀ ਰਿਵਾਜ਼ ਬੋਲਤਾ ਕਿੱਥੇ ਚੱਲੇ ਹੋ ਕੰਮ ਤੇ ਹੋਰ ਕਿੱਥੇ ਤੇ ਤੁਸੀਂ ਇੰਟਰਵਿਊ ਤੇ ਨਾ ਰੋਜ਼ ਘਰੋਂ ਮੂੰਹ ਚੱਕ ਕੇ ਨਿਕਲ ਜਾਂਦੇ ਹੋ ਮੈਂ ਘਰੇ ਸਵੈਟਰ ਬੁਣਨ ਵਾਸਤੇ ਰੱਖੀ ਹੋਈ ਹਾਂ ਨਾ ਸੂਬੇਦਾਰ ਕੀ ਸੋਚੂਗਾ ਕਿੰਨੇ ਜਨਾਨੀਆਂ ਰੋਜ਼ ਨਿਕਲ ਜਾਂਦੀਆਂ ਤੇ ਇਹ ਨਹੀਂ ਨਿਕਲਦੀ ਉਹ ਸਾਲਿਓ ਮੇਰੀ ਤਾਂ ਮਜਬੂਰੀ ਹੈ ਮੇਰੀ ਤਾਂ ਮਜਬੂਰੀ ਹੈ ਦੀਦੀ ਮਸਾਂ ਤਾਂ ਨੌਕਰੀ ਮਿਲੀ ਹੈ ਨਾ ਮੈਂ ਇੱਥੇ ਸਰਕਾਰੀ ਛੁੱਟੀਆਂ ਕੱਟਣਾ ਜਾਂ ਮੈਂ ਨਹੀਂ ਜਾਣਾ ਹੁੰਦਾ ਕੰਮ ਤੇ ਮੇਰੇ ਵੀ ਕੋਈ ਸੁਪਨੇ ਹੈ ਤੁਹਾਡੇ ਚੱਕਰਾਂ 'ਚ ਤਾਂ ਮੇਰੀ ਜਵਾਨੀ ਰੁੱਲ ਜੂਗੀ ਨਾ ਕੀ ਹੋ ਗਿਆ ਤੇਰੀ ਜਵਾਨੀ ਨੂੰ ਇੰਨੀ ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਬਣਾਉਣ ਦੀ ਕੀ ਲੋੜ ਆ ਜੇ ਇੰਨੀ ਗੱਲ ਹੈ ਤੇ ਅੱਜ ਹੀ ਵੱਖ ਹੋ ਜਾਂਦੇ ਆ ਹਾਏ ਅੱਲਾ ਅੱਜ ਪਤਾ ਲੱਗਿਆ ਮੈਨੂੰ ਔਰਤਾਂ ਦੇ ਦੁੱਖ ਕੀ ਹੁੰਦੇ ਨੇ ਓ ਜ਼ਿੰਦਗੀ 'ਚ ਕੁਝ ਪਾਉਣ ਲਈ ਨਾ ਬਹੁਤ ਕੁਝ ਖੋਣਾ ਪੈਂਦਾ ਨਾਲੇ ਸੁਪਨੇ ਵੀ ਤਾਂ ਆਪਣੇ ਦੋਨਾਂ ਦੇ ਵੱਡੇ ਨੇ ਓ ਬਸ ਯਾਰ ਮੈਂ ਚੱਲਿਆ ਮੇਰੇ ਇੰਟਰਵਿਊ ਦਾ ਟਾਈਮ ਹੋ ਗਿਆ ਜਾ ਓ ਤੁਸੀਂ ਐਕਚੁਅਲੀ ਕੜਾ ਦੇਣ ਆਇਆ ਸੀ ਅੱਜ ਸੰਗਰਾਂਦ ਹੈ ਜੀ ਨਹੀਂ ਕੰਜਕਾਂ ਬਿਠਾਈਆਂ ਸੀ ਉਹ ਬੈਠੀਆਂ ਹੀ ਨਹੀਂ ਮੈਂ ਕਿਹਾ ਚਲੋ ਉੱਪਰੇ ਫੜਾਇਆ ਉਹਨੇ ਮੈਂ ਫੜਾ ਦੂੰਗਾ ਜੀ ਅੱਛਾ ਜੀ ਹਾਂਜੀ ਨੀਰੂ ਨੂੰ ਕਿਹੋ ਖਾ ਲਵੇ ਮੈਂ ਆਪਣੇ ਹੱਥੀ ਬਣਾਇਆ ਠੀਕ ਹੈ ਜੀ ਕਹਿ ਦੂੰਗਾ ਜੀ ਸਾਲਾ ਕੜਾ ਬਣਾਇਆ ਵੀ ਕੰਮ ਨਾ ਆਇਆ ਆਖੇ ਹੱਥਾਂ ਨਾਲ ਬਣਾਇਆ ਹੋਰ ਕਿਹੜਾ ਪੈਰਾਂ ਨਾਲ ਬਣਦਾ ਹੁੰਦਾ ਆ ਲੈ ਸੂਬੇਦਾਰ ਨੀ ਤੇਰਾ ਸੂਬੇਦਾਰ ਤੇਰੇ ਲਈ ਕੜਾ ਲੈ ਕੇ ਆਇਆ ਸੂਬੇਦਾਰਾ ਸੂਬੇਦਾਰਾ ਤੇਰੀ ਦੇਖਿਆ ਮੈਂ ਕਿਹਾ ਸੀ ਨਾ ਸੂਬੇਦਾਰ ਨਿਗਾਹ ਰੱਖਦਾ ਆਪਣੇ ਤੇ ਬਾਈ ਜਿੰਨਾ ਚਿਰ ਸੈੱਟ ਨਹੀਂ ਹੋ ਜਾਂਦੇ ਕਿਰਪਾ ਕਰਕੇ ਸ਼ਾਂਤੀ ਰੱਖ ਲਾ ਬਸ ਬਸ ਮੰਨ ਗਿਆ ਚੱਲ ਚੱਲੀਏ ਦੀਦੀ ਆਪਣਾ ਝਾਟਾ ਨਾ ਆਪਣੇ ਕੋਲੇ ਰੱਖਿਆ ਕਰ ਬਾਈ ਚੱਲ ਸਾਲੀ ਬਾਈ ਦੀ ਉਹ ਸੋਹਣਿਓ ਨਾਰਾਜ਼ਗੀ ਤੇ ਨਹੀਂ ਉਹ ਗੱਲ ਦਿਲ ਦੀ ਜੇ ਇੱਕ ਕਹਿ ਦੇ ਹੂੰ ਤੁਸੀਂ ਥੋੜਾ ਉੱਚੀ ਗਾਓ ਉਹ ਸੋਹਣਿਓ ਨਾਰਾਜ਼ਗੀ ਤੇ ਨਹੀਂ ਸੋਹਣਿਓ ਨਾਰਾਜ਼ਗੀ ਤੇ ਨਹੀਂ ਉਹ ਗੱਲ ਦਿਲ ਦੀ ਜੇ ਇੱਕ ਕਹਿ ਦੇ ਪਹਿਲੇ ਲੇਲਕਾਰੇ ਨਾਲ ਮੈਂ ਡਰ ਗਈ ਦੂਜੇ ਲੇਲਕਾਰੇ ਨਾਲ ਅੰਦਰ ਵੜ ਗਈ ਤੀਜੇ ਲੇਲਕਾਰੇ ਨਾਲ ਨਾਮ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ ਸੋਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆਣ ਵੱਜਿਆ ਮੈਂ ਦੁਬਾਰਾ ਆ ਜਾਂਦਾ ਯੂ ਕੰਟੀਨਿਊ ਪਰ ਮਾਫ਼ ਕਰਨਾ
ਆ ਕੋਈ ਨਵਾਂ ਸੁਣ ਚੱਲਿਆ ਸਵਾਮੀ ਰਾਮਦੇਵ ਜੀ ਦਾ? ਉਹ ਨਹੀਂ ਜੀ, ਦਰਅਸਲ ਜਦੋਂ ਮੈਂ ਬਹੁਤ ਦੁਖੀ ਹੁੰਦੀ ਹਾਂ ਨਾ, ਫਿਰ ਮੈਂ ਆਪਣੇ ਪੈਰ ਉੱਪਰ ਚੱਕ ਕੇ ਇਹ ਵਾਲਾ ਆਸਨ ਕਰ ਲੈਂਦੀ ਹਾਂ। ਕਮਾਲ ਹੈ, ਇਹ ਤਾਂ ਸੁਣਿਆ ਸੀ ਕਿ ਖੁਸ਼ੀ 'ਚ ਬੰਦੇ ਦੇ ਪੈਰ ਥੱਲੇ ਨਹੀਂ ਲੱਗਦੇ ਅਤੇ ਦੁੱਖ 'ਚ ਉੱਪਰ ਵੀ ਚੱਕੇ ਜਾਂਦੇ, ਅੱਜ ਪਤਾ ਲੱਗਿਆ। ਖੈਰ, ਮੈਂ ਤਾਂ ਇਸ ਕਰਕੇ ਆਇਆ ਸੀ ਕਿ ਅੱਜ ਤੇਰੇ ਨਾਲ ਸਵੇਰੇ ਕੁੱਤੇ ਖਾਣੀ ਹੁੰਦੀ ਵੇਖੀ ਅਤੇ ਸੂਬੇਦਾਰ ਮੇਜਰ ਫੈਲਟਬੈਰੀ ਬੈਗ। ਹਾਏ, ਇਹਦਾ ਮਤਲਬ ਤੁਹਾਨੂੰ ਸਭ ਪਤਾ ਲੱਗ ਗਿਆ? ਮੈਨੂੰ ਤਾਂ ਤੁਰ ਅੰਦਰ ਦੀ ਗੱਲ ਵੀ ਪਤਾ ਲੱਗ ਗਈ, ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ, ਇਹ ਸਭ ਜਨਾਨੀ ਵਾਲਾ ਚੱਕਰ ਇੰਨਾ ਕਰਕੇ ਪਿਆ। ਬੰਦੇ ਦੀ ਤਾਂ ਜਾਤ ਹੀ ਇੱਦਾਂ ਦੀ ਹੁੰਦੀ ਆ, ਘਰੇ ਚੰਗੀ ਭਲੀ ਸੋਹਣੀ ਜਨਾਨੀ ਛੱਡ ਕੇ ਬਾਹਰ ਦੂਜੀ ਮਗਰ ਖੇ ਖਾਣੋ ਨਹੀਂ ਹਟਦੇ। ਦੂਜੀ ਮਗਰ? ਹੂੰ। ਹਾਏ, ਮੇਰੇ ਯਾਦ ਨਾ ਕਰਾਓ, ਮੈਂ ਤਾਂ ਲੁੱਟੀ ਗਈ, ਮੇਰੇ ਤਾਂ ਦਾਗ ਫੁੱਟ ਗਏ। ਭਾਗ ਫੁੱਟ ਗਏ ਹੁੰਦਾ, ਦਾਗ ਫੁੱਟ ਗਏ ਨਹੀਂ, ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਕੁਝ ਵੀ ਫੁੱਟਣ ਨਹੀਂ ਦਿੰਦਾ। ਮੇਰੀ ਮੰਨੋ, ਜਿੱਦਾਂ ਤੁਹਾਡਾ ਘਰ ਵਾਲਾ ਕਰਦਾ ਤੁਸੀਂ ਵੀ ਉਦਾਂ ਹੀ ਕਰੋ। ਹਾਂਜੀ, ਮੈਂ ਕੁਝ ਸਮਝੀ ਨਹੀਂ। ਅੰਗਰੇਜ਼ਾਂ ਨੇ ਇੱਕ ਚੀਜ਼ ਬਹੁਤ ਸੋਹਣੀ ਚਲਾਈ ਆ, ਐਕਸਟਰਾ ਮੈਰੀਟਲ ਅਫੇਅਰ, ਤੁਸੀਂ ਵੀ ਉਹੀ ਚਲਾਓ। ਪਰ ਜੀ, ਮੈਨੂੰ ਅੰਗਰੇਜ਼ੀ ਚੀਜ਼ਾਂ ਬਹੁਤ ਘੱਟ ਚਲਾਉਣੀਆਂ ਆਉਂਦੀਆਂ ਨੇ। ਮੈਂ ਤੈਨੂੰ ਕੋਈ ਨਾਸਾ ਦੀ ਮਿਜ਼ਾਈਲ ਚਲਾਉਣ ਨੂੰ ਕਹਿਤਾ? ਘਰ ਵਾਲੇ ਵਾਂਗੂ ਬਾਹਰ ਚੱਕਰ ਚਲਾਉਣ ਨੂੰ ਇਹ ਕਿਹਾ? ਪਰ ਜੀ, ਬਾਹਰ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ। ਫਿਰ ਅੰਦਰ ਚਲਾਓ, ਨਾ ਬਨੇਰੇ ਟੱਪਣ ਦੀ ਲੋੜ। ਹਾਏ, ਪਾਪ ਲੱਗੂਗਾ। ਜਿਸ ਤਰ੍ਹਾਂ ਦੇ ਅੰਦਰਲੇ ਦੇ ਹਾਲਾਤ ਨੇ, ਮੈਂ ਤਾਂ ਕਹਿੰਦਾ ਤੁਹਾਨੂੰ ਪੁੰਨ ਲੱਗੂਗਾ, ਨਾਲੇ ਪਾਪ ਤਾਂ ਲੱਗੂ ਜੇ ਮੈਂ ਤੁਹਾਨੂੰ ਦੋ ਬੇੜੀਆਂ 'ਚ ਪੈਰ ਧਰਨ ਨੂੰ ਕਹੂੰ। ਪਾਲੀ ਨੂੰ ਤਲਾਕ ਦਿਓ ਅਤੇ ਜਾਲੀ ਨਾਲ ਮੇਰਾ ਮਤਲਬ ਜੌਲੀ ਇਨਸਾਨ ਨਾਲ ਵਿਆਹ ਕਰਾਓ। ਸੂਬੇਦਾਰ ਭਾਜੀ, ਫਾਰ ਯੂਅਰ ਕਾਇੰਡ ਇਨਫੋਰਮੇਸ਼ਨ, ਸੂਬੇਦਾਰ ਭਾਜੀ ਕੋਈ ਪੋਸਟ ਨਹੀਂ ਹੁੰਦੀ। ਨਾਲੇ ਮੇਰੇ ਬਾਪੂ ਜੀ ਕਹਿ ਗਏ ਕਿ ਸਾਧ ਦੀ ਚੇਲੀ ਅਤੇ ਫੌਜੀ ਦੀ ਸਹੇਲੀ ਸਾਰੀ ਉਮਰ ਖਾਤਾ ਨਹੀਂ ਖਾਂਦੀ। ਕੁਛ ਸਮਝੇ ਮਿਸਿਜ਼ ਛੜਾ? ਪਲੀਜ਼ ਮੈਨੂੰ ਮਿਸਿਜ਼ ਛੜਾ ਨਾ ਕਿਹਾ ਕਰੋ, ਬੰਦੇ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਹੈ। ਚਲੋ ਨਹੀਂ ਕਹਿੰਦੇ, ਅੱਗੇ ਤੋਂ ਅਸੀਂ ਤੁਹਾਨੂੰ ਮਿਸਿਜ਼ ਛੜੀ ਕਹਿ ਲਿਆ ਕਰੋ। ਹਾਏ ਅੱਲਾ, ਲਾਲ ਛੜੀ ਮੈਦਾਨ ਖੜੀ, ਕਿਆ ਖੂਬ ਲੜੀ, ਕਿਆ ਖੂਬ ਲੜੀ। ਹਾਏ, ਕੌਣ? ਓਏ ਹੈਪੀ, ਤੂੰ? ਚਾਚਾ, ਬੜੀਆਂ ਪਹਿਲਾਂ ਪਾਉਣ ਡਿਆ। ਤੂੰ ਫਿਰ ਚਾਚਾ ਪਹਿਲਾਂ ਪਾਉਂਦਾ ਹੀ ਵੇਖਿਆ, ਕਦੇ ਚਾਚੇ ਨੂੰ ਬਾਜ਼ੀ ਪਾਉਂਦੇ ਨੂੰ ਨਹੀਂ ਵੇਖਿਆ। ਤੇਰੀ ਜ਼ਰੂਰਤ ਕਿਵੇਂ ਪਈ ਮੇਰੇ ਘਰੇ ਵੰਡ ਦੀ? ਤੈਨੂੰ ਕਿਹਾ ਸੀ ਨਾ 31 ਤੱਕੇ ਮਕਾਨ ਖਾਲੀ ਚਾਹੀਦਾ। ਤੇਰੇ ਪਿਓ ਵਾਲਾ ਮਕਾਨ ਜਿਹੜਾ ਉਹਦਾ ਹਿੱਸਾ ਬਣਦਾ ਸੀ ਦੇਤਾ, ਤੂੰ ਹੁਣ ਕੀ ਲੈਣਾ ਆ ਵਿੱਚੋਂ? ਆਹ ਮਕਾਨ ਵੀ ਮੈਨੂੰ ਚਾਹੀਦਾ ਚਾਚਾ। ਸਾਲਿਓ, ਦੇਖਦੇ ਕੀ ਉਹ ਚਾਚੇ ਨੂੰ ਚੱਕ ਕੇ ਸੁੱਟੋ ਬਾਹਰ। ਆਜਾ ਹੱਥ ਲਾ ਕੇ ਵੇਖ, ਤੂੰ ਦੇਖ ਅਸੀਂ ਤਾਂ ਹੱਥ ਲਾਵਾਂਗੇ। ਮੈਂ ਤਾਂ ਮਜ਼ਾਕ ਕਰਦਾ ਸੀ। ਸਾਡੇ ਨਾਲ ਮਜ਼ਾਕ ਚਾਚਾ? ਸਾਲਿਓ, ਮਜ਼ਾਕ ਕਰਨ ਨੂੰ ਮੇਰੀ ਕਿਹੜਾ ਕੋਈ ਸਾਲੀ ਆ? ਮੈਂ ਭਤੀਜੇ ਨਾਲੇ ਮਜ਼ਾਕ ਕਰਨਾ, ਸੋ ਮੈਂ ਤਾਂ ਟੀਚਰ ਕਰ ਰਿਹਾ ਸੀ। ਪਲੀਜ਼ ਛੱਡ ਦਿਓ ਯਾਰ। ਲੈ ਚਲੋ, ਛੱਡ ਦਿਓ ਇਹਨਾਂ ਨੂੰ। ਚਾਚਾ, ਚਾਚੀ ਲਿਆਉਂਦੀ ਤਾਂ ਸਾਨੂੰ ਦੱਸਿਆ ਵੀ ਨਹੀਂ। ਅਰਿਆ, ਤੈਨੂੰ ਮਕਾਨ ਚਾਹੀਦਾ ਨਾ? ਆਹੋ ਦਿੱਤਾ ਤੇਰੇ ਮੂੰਹ 'ਚ ਮਕਾਨ, ਮੇਰਾ ਮਤਲਬ ਕੀ ਸ਼ੱਕਰ, ਖੁਸ਼ ਕੀਤਾ। ਇੱਕ ਵਾਰੀ ਫੇਰ ਕਿਹਾ ਚਾਚੀ? ਜਾ ਓਏ, ਮੈਂ ਕਹਿੰਦਾ ਚਾਚੀ, ਓ ਚਾਚਾ ਛੱਡੋ ਪਹਿਲਾਂ ਚਾਚੀ ਚੱਕੋ ਓਏ, ਇਹਨਾਂ ਨੇ ਜਨਰੇਸ਼ਨ ਅੱਗੇ ਵਧਾ ਲਈ, ਮਕਾਨ ਦੇ ਕਈ ਹਿੱਸੇ ਪੈ ਜਾਣੇ ਆ। ਓਏ ਪਾਗਲੋ, ਮੈਂ ਇਹਨਾਂ ਦੀ ਕਿਰਾਏਦਾਰ ਆ। ਹਾਂ, ਜਿੱਡਾ ਚਾਚਾ ਹਲਕਿਆ ਪਿਆ ਨਾ, ਇਹਨੂੰ ਮਾਲਕੀ ਨੂੰ ਬਣਾਉਣ ਲੱਗੇ ਟਾਈਮ ਲੱਗਣਾ। ਸਾਲਾ ਬੱਗਾ ਜਿਹਾ ਹਲਕਿਆ ਦੱਸਦਾ, ਬੇਸ਼ਰਮ। ਸਾਨੂੰ ਇੱਥੋਂ ਦਾ ਫੜ, ਇੱਥੇ ਵਾਲ ਹੁੰਦੇ ਸਾਡੇ। ਹਜੇ ਤਾਂ ਤੂੰ ਮੇਰੇ ਨਹੀਂ ਦੇਖੇ, ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਹੁੰਦੇ ਨੇ। ਢਾਲੋ ਚਾਚੀ ਨੂੰ। ਤੇਰੀ ਭੈਣ ਨੂੰ, ਮੇਰੀ ਨੀਰੂ ਨੂੰ ਜੱਫਾ। ਸਾਲਿਆ, ਮੇਰੀ ਨੀਰੂ ਨੂੰ ਜੱਫਾ, ਇੰਨਾ ਤਾਂ ਕਦੇ ਦਲਜੀਤ ਨੇ ਨਹੀਂ ਪਾਇਆ। ਸਾਲਿਆ, ਤੂੰ ਕੌਣ ਹੁੰਦਾ? ਦੇਖ ਦੇਖ ਚਾਚੀ, ਦੇਖ ਦੇਖ, ਬੰਦੇ ਦੀ ਲੜਾਈ 'ਚ ਜਨਾਨੀ ਦਾ ਕੀ ਕੰਮ? ਐਵੇਂ ਸੱਟ ਸੁੱਟ ਵੱਜ ਜਾਂਦੇ ਬੰਦੇ ਦੇ। ਲੀਓ ਦੇ ਇੱਟੀ ਟੋਮੀ ਬਾਹੂ ਹੁਣ ਖੜੇ ਮੁੱਤਰੇ ਸਾਲਾ, ਢੀਠ ਕਿਸੇ ਥਾਂ ਦਾ, ਲੀੜੇ ਵੀ ਨਾਲ ਹੀ ਰੱਖ, ਚੱਕ ਲਓ। ਅੱਗੇ ਖੂਹ ਪਿੱਛੇ ਤਾਈ, ਮਤਲਬ ਚਾਚੀ, ਨਾ 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 ਨਾ। ਛਾਲ ਮਾਰ, ਇਹ ਲੈ, ਇਹ ਵਾਲੀ ਨਹੀਂ। ਓ ਖਾਲੋ ਬਾਈ ਜੀ, ਠੀਕ ਹੋ ਜਾਓਗੇ? ਯਾਰ ਹੁਣ ਮੈਨੂੰ ਦਹੀਂ ਖਵਾ ਕੇ ਜਾਗ ਲਵਾਏਂਗਾ ਯਾਰ, ਥੋੜਾ ਜਿਹਾ ਕਰ ਯਾਰ। ਖਾਲੋ ਖਾਲੋ। ਓ ਸਵੀਟੀ, ਫੋਨ ਤਾਂ ਚੱਕ ਲਿਆ ਕਰ। ਆ ਗਿਆ ਹੈਪੀ।
ਹੋ ਗਿਆ ਮਕਾਨ ਖਾਲੀ। ਇਹੋ ਜਿਹੇ ਗੁੰਡੇ ਨਾਲ ਲੈ ਆ ਕੇ ਬੰਦਾ ਬੱਸ ਦੀ ਸੀਟ ਵੀ ਖਾਲੀ ਕਰਾ ਸਕਦਾ, ਮਕਾਨ ਸੋਹ ਖਾਲੀ ਹੋਣਾ। ਉਹ ਹੋਇਆ ਕੀ ਤੈਨੂੰ? ਆ ਸਾਡੀਆਂ ਸੱਟਾਂ ਨਹੀਂ ਦਿਖਦੀਆਂ, ਕੁੱਟ ਖਾ ਕੇ ਆਇਆ? ਹੋਰ ਸਾਡੇ ਤੇ ਛੱਤ ਡਿੱਗ ਪਈ। ਇਹ ਕਿਵੇਂ ਹੋ ਸਕਦਾ ਯਾਰ? ਮੇਰੇ ਬਦਮਾਸ਼ਾਂ ਤਾਂ ਅਜੇ ਤੱਕ ਕਿਸੇ ਬੰਦੇ ਤੋਂ ਕੁੱਟ ਹੀ ਨਹੀਂ ਖਾਧੀ। ਬੰਦੇ ਤੋਂ ਕੁੱਟ ਤਾਂ ਅੱਜ ਵੀ ਨਹੀਂ ਖਾਧੀ, ਜਨਾਨੀ ਤੋਂ ਖਾ ਕੇ ਆਏ ਨੇ। ਹੌਸਲਾ ਡਾਊਨ ਕਰਦਾ ਯਾਰ, ਜੇ ਮੈਂ ਅੱਜ ਮੈਡੀਕਲ ਲੀਵ ਤੇ ਨਾ ਹੁੰਦਾ, ਮੈਂ ਆਪ ਨਾਲ ਜਾ ਕੇ ਤੇਰੇ ਚਾਚੇ ਤੋਂ ਮਕਾਨ ਖਾਲੀ ਕਰਵਾ ਕੇ ਆਉਂਦਾ। ਮਕਾਨ ਖਾਲੀ ਕਰਵਾ ਕੇ ਆਉ, ਜੇ ਨਾ ਕਰਵਾਇਆ ਫਿਰ ਜੋ ਮਰਜ਼ੀ ਕਰ ਲਈ ਯਾਰ। ਉਹ ਬਸ ਐਲਬਮ ਦੀ ਗੱਲ ਚਲਾਈ ਸੀ ਜੀ, ਮਿਸ ਪੂਜਾ ਹੀ ਨਹੀਂ ਮੰਨਦੀ। ਅੱਛਾ ਜੀ, ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਬਾਜਵਾ ਸਟਰੀਟ। ਅਸੀਂ ਵੀ ਤਾਂ ਉੱਥੇ ਰਹਿੰਦੇ ਹਾਂ, ਕਦੇ ਦੇਖਿਆ ਨਹੀਂ। ਤੁਸੀਂ ਖਰੜ ਵਾਲੀ ਬਾਜਵਾ ਸਟਰੀਟ ਰਹਿੰਦੇ ਹੋ ਨਾ ਜੀ? ਹਾਂਜੀ। ਮੈਂ ਮੋਗੇ ਵਾਲੀ ਬਾਜਵਾ ਸਟਰੀਟ ਰਹਿਣਾ, ਇੱਥੇ ਤਾਂ ਹਲੇ ਮੈਂ ਹੁਣੀ ਆਇਆ ਅਜੀਤ ਨਗਰ 'ਚ। ਇਕੱਲੇ? ਬਹੁਤ ਜ਼ਿਆਦਾ ਜੀ। ਹਾਂ, ਮੇਰਾ ਮਤਲਬ ਹੁਣ ਨੌਕਰੀ ਮਿਲ ਗਈ, ਬਸ ਹੁਣ ਹਾੜੀ ਵੀ ਲੱਭ ਹੀ ਲੈਣਾ। ਤੁਸੀਂ ਰੱਬ ਕਰੇ ਤੁਹਾਡੇ ਮਨ ਮੁਟਾਵ ਛੇਤੀ ਖਤਮ ਹੋਣ। ਆਲੋ ਜੀ ਪੈਸੇ। ਆ ਕੀ ਕਰੀ ਜਾਂਦੇ ਹੋ ਜੀ? ਹੁਣੀ ਤਾਂ ਤੁਸੀਂ ਕਿਹਾ ਸੀ ਕਿ ਮੈਂ ਨਾਲ ਆ। ਨਹੀਂ, ਮੇਰੇ ਕੋਲ ਹੈਗੇ ਆ। ਓ ਨਹੀਂ ਜੀ, ਤੁਸੀਂ ਰਹਿਣ ਦਿਓ, ਨਾਲੇ 20 ਰੁਪਏ ਕਰਕੇ ਆਪਾਂ ਇੰਨੀ ਸੋਹਣੀ ਕੁੜੀ ਥੋੜੀ ਗਵਾਉਣੀ ਜੀ। ਕੁਛ ਨਹੀਂ ਜੀ, ਤੁਸੀਂ ਰਹਿਣ ਦਿਓ ਜੀ, ਬਸ ਠੀਕ ਆ। ਥੈਂਕ ਯੂ, ਸੀ ਯੂ, ਬਾਏ। ਬਾਏ ਬਾਏ ਜੀ। ਚੱਲ ਬਈ ਅਜੀਤ ਨਗਰ। ਉਹ ਬਸ ਬਸ ਬਾਈ, ਹੁਣ ਆ ਗਿਆ ਅਜੀਤ ਨਗਰ। ਉਹ ਭਾਜੀ, ਹਲੇ ਤੇ ਅਸੀਂ ਉੱਥੇ ਹੀ ਹੈਗੇ ਆ। ਉਹ ਤੈਨੂੰ ਕਹਿਤਾ ਨਾ ਆ ਗਿਆ, ਚੱਲ। ਉਹ ਕੱਲ ਤੋਂ ਰੂਟ ਹੀ ਬਦਲ ਲੈਣਾ ਮੈਂ ਤਾਂ। ਹਾਏ ਰੱਬਾ, ਹੁਣ ਫਿਰ ਪਿੰਕੀ ਬਣਨਾ ਪੈਣਾ। ਜਸਮੀਤ ਲਾਡੀ, ਤੂੰ ਅਚਾਨਕ ਬਿਨਾਂ ਦੱਸੇ ਸਰਪ੍ਰਾਈਜ਼ ਦੇਣ ਆਈ ਆ? ਸੋ ਸਵੀਟ। ਨਾ ਨਾ, ਤੈਨੂੰ ਨਹੀਂ, ਸਮਵਨ ਸਪੈਸ਼ਲ। ਸਮਵਨ ਸਪੈਸ਼ਲ ਤੇ ਮੈਨੂੰ ਦੱਸਿਆ ਵੀ ਨਹੀਂ। ਜਸਮੀਤ, ਪਿੰਕੀ ਭਾਬੀ ਆ ਗਏ ਤੁਸੀਂ? ਆਓ ਜੀ ਆਓ, ਆ ਮੇਰੀ ਫਰੈਂਡ ਹੈ ਲਾਡੀ। ਹਾਏ ਲਾਡੀ। ਹੈਲੋ। ਪਤਾ ਮੈਂ ਤੁਹਾਡੇ ਭਰਾ ਨੂੰ ਮਿਲੀ ਅੱਜ। ਮੈਨੂੰ ਨਾ ਦੱਸਿਆ ਕਰੋ, ਯੂ ਨੋ ਆਈ ਹੇਟ ਹਿਮ। ਮੁੰਡਾ ਤੇ ਚੰਗਾ ਹੈ ਪਰ ਸਾਡੇ ਵਿਆਹ ਦੇ ਤਾਂ ਖਿਲਾਫ ਸੀ ਨਾ, ਕਈ ਵਾਰੀ ਤੈਨਾਂ ਤੇ ਹੱਥ ਵੀ ਚੁੱਕਿਆ। ਖੈਰ, ਮੈਂ ਵੀ ਆਪਣੀ ਲੈ ਕੇ ਬਹਿ ਗਈ, ਮੇਰਾ ਮਤਲਬ ਆਪਣੀ ਲੈ ਕੇ ਖੜ ਗਈ। ਇਹ ਆਉਂਦੇ ਹੋਣੇ ਆ, ਮੈਂ ਚੱਲਦੀ ਆ। ਓਕੇ, ਬਾਏ। ਬਾਏ ਬਾਏ ਲਾਡੀ। ਬਾਏ ਭਾਬੀ ਜੀ। ਬਾਏ। ਪੂਰਾ ਟੱਬਰ ਨਾ ਚੱਲਿਆ ਦਾ ਹੀ ਹੈ, ਚੱਲ ਅੰਦਰ ਚੱਲੀਏ, ਬਹਿ ਜਾ। ਹੁਣ ਦੱਸ, ਮੁੰਡਾ ਲੱਭਿਆ ਤੇ ਮੈਨੂੰ ਦੱਸਿਆ ਵੀ ਨਹੀਂ? ਐਕਚੁਅਲੀ ਘਰਦਿਆਂ ਵੱਲੋਂ ਹਾਲੇ ਤਾਂ ਕੁਝ ਪੱਕਾ ਨਹੀਂ ਹੋਇਆ। ਹਾਂ, ਇਨਫੈਕਟ ਮੈਂ ਡੈਡੀ ਨੂੰ ਤਾਂ ਇਹ ਦੱਸ ਕੇ ਆਈ ਹਾਂ ਕਿ ਮੈਂ ਤੈਨੂੰ ਮਿਲਣ ਚੱਲੀ ਹਾਂ ਸ਼ਹਿਰ, ਸੋ ਉਹਨਾਂ ਦਾ ਫੋਨ ਆਇਆ ਨਾ ਤਾਂ ਪਲੀਜ਼ ਹੈਂਡਲ ਕਰ ਲਈ ਤੂੰ। ਮੁੰਡਾ ਕਿੱਥੇ ਰਹਿੰਦਾ? ਮੁੰਡਾ ਰਹਿੰਦਾ ਹੈ ਇੱਥੇ, ਇਸ ਸ਼ਹਿਰ 'ਚ। ਅੱਛਾ ਤੂੰ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ। ਉਹ ਸਾਲੇ, ਹਜੇ ਜਲਦੀ ਆ ਜਾਣਾ, ਕਮ ਸੇ ਕਮ ਘਰ ਹੀ ਸੈੱਟ ਕਰ ਲਿਆ ਕਰ। ਆ ਕੀ ਜਨਾਨੀ ਵਾਲੇ ਕੱਪੜੇ ਪਾ ਕੇ ਡੋਲੇ ਬਣਾਉਣ ਲੱਗ ਜਾਣਾ, ਨਾਲੇ ਘੱਟੋ ਘੱਟ ਐਕਸੈਸਰੀ ਤਾਂ ਲਾ ਦਿਆ ਕਰ, ਜੇ ਖਰਾਬ ਹੋ ਗਈ ਤਾਂ ਕਿੱਥੋਂ ਲੈ ਕੇ ਆਵਾਂਗੇ? ਉਹ ਗੱਲ ਸੁਣੋ, ਇੱਕ ਕੰਮ ਕਰੋ, ਉੱਤੋਂ ਤੁਹਾਡੀਆਂ ਗੱਲਾਂ ਸੁਣੋ, ਹੈ ਐ ਨੀ ਕਾਕਾ ਕੰਮ ਚੱਲਣਾ। ਮੇਰਾ ਮਤਲਬ ਹੈ ਐਵੇਂ ਨਾ ਲੜਿਆ ਕਰ ਢੋਲਾ, ਤੇਰੇ ਸੇਰਿਆਂ ਨਾਲ ਵਿਆਹੀ ਹੋਈਆਂ। ਉਹ ਕੀ ਲਾੜ ਚੜਿਆ ਤੈਨੂੰ? ਅੱਜ ਕਿਤੇ ਪਹਿਲੀ ਵਾਰੀ ਚੜਿਆ। ਅੱਛਾ ਜੀ, ਜੇ ਹੀ ਗੱਲ ਆ ਨਾ ਤਾਂ ਆਪਣੇ ਮੀਆਂ ਲਈ ਚਾਹ ਬਣਾ, ਰੋਟੀ ਬਣਾ, ਹੁਣੇ ਲੈ ਕੇ ਆਉਂਦੀ ਆ। ਆ ਜਾ ਲਾਡੀ ਭੈਣ। ਲਾਡੀ
ਦਫਾ ਹੋਵੋ ਤੁਸੀਂ ਸਾਰੇ। ਮੈਂ ਤੁਹਾਡੇ ਇਹਨਾਂ ਚੱਕਰਾਂ 'ਚ ਆਪਣਾ ਘਰ ਨਹੀਂ ਖਰਾਬ ਕਰਨਾ। ਮੈਂ ਲਾਡੀ ਨੂੰ ਸਭ ਸੱਚ ਦੱਸਣ ਲੱਗਿਆ। ਉਹ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ? ਉਹਨੇ ਜਾ ਕੇ ਜਸਮੀਤ ਨੂੰ ਦੱਸ ਦੇਣਾ ਤੇ ਜਸਮੀਤ ਨੇ ਸੂਬੇਦਾਰ ਨੂੰ। ਉਹ ਨਹੀਂ ਦੱਸਦੀ ਯਾਰ। ਉਹ ਹੀਰੋ, ਕੁੜੀਆਂ ਦੇ ਢਿੱਡ 'ਚ ਨਹੀਂ ਕੋਈ ਗੱਲ ਪੱਜਦੀ? ਉਹਦੇ ਪੱਜ ਜਾਂਦੀ ਆ ਬਾਈ। ਉਹਦੇ ਪੱਜ ਜਾਂਦੀ ਆ ਬਾਈ, ਕਿਉਂ ਕਬੱਡੀ ਖੇਡਦੇ ਰਹੀ ਆ ਉਹ? ਸਾਲੇ ਐਵੇਂ ਪਕਾਈ ਮਾਰੀ ਜਾਂਦੇ ਆ। ਮੈਂ ਹਜੇ ਵੀ ਕਹਿੰਦਾ ਪਲੀਜ਼ ਇੱਕ ਘਰ ਪਿੱਛੇ ਇਹਨੇ ਸੈਲਫਿਸ਼ ਨਾ ਬਣੋ, ਘਰ ਆਪਾਂ ਨੂੰ ਹੋਰ ਵੀ ਮਿਲ ਜੂ। ਪਰ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ। ਅੱਛਾ ਇੱਕ ਕੰਮ ਕਰ, ਅੱਗੇ ਵੀ ਆਪਣਾ ਗੁਜ਼ਾਰਾ ਝੂਠ 'ਤੇ ਹੀ ਚੱਲਦਾ ਨਾ, ਇੱਕ ਝੂਠ ਹੋਰ ਬੋਲ ਕੇ ਵੇਖ ਲਾ ਲਾਡੀ ਨੂੰ ਕਿ ਤੂੰ ਵਿਆਹ ਕਿਉਂ ਕਰਾਇਆ। ਹਾਂ ਜੇ ਨਾ ਗੱਲ ਬਣੀ ਫੇਰ ਭਾਵੇਂ ਸੱਚ ਬੋਲਦੀ। ਉਹ ਨਾਲੇ ਚਾਰ ਆਪਣੇ ਬੈਗ ਆ, ਚੱਕ ਕੇ ਚੱਲਦੇ ਬਣਾਂਗੇ। ਪਰ ਮੈਂ ਉਹਨੂੰ ਝੂਠ ਬੋਲੂ ਕੀ? ਕਹਿੰਦੀ ਲਦੇਨ ਦੀ ਭੈਣ ਹੈ, ਧਮਕੀ ਦੇ ਕੇ ਵਿਆਹ ਕਰਾਇਆ। ਬਸ ਕਰੋ ਮੰਮਾ, ਮੈਂ ਆਪੇ ਕੋ ਸੋਚ ਲੂੰ। ਪਰ ਤੂੰ ਨਾ ਉਹਦੇ ਸਾਹਮਣੇ ਆ ਜੀ, ਜੇ ਤੈਨੂੰ ਉਹਨੇ ਪਛਾਣ ਲਿਆ ਨਾ ਤਾਂ ਚਾਰ ਜਣਿਆਂ ਦਾ ਪੱਤਾ ਸਾਫ਼ ਹੋ ਜਾਣਾ। ਓਏ ਇੱਟ ਦੇ ਬਾਦਸ਼ਾਹ, ਸਾਡੇ ਪੱਤੇ ਲਿਬੜੀ ਰਹਿਣ ਦੇ ਜਾ ਕੇ ਆਪਦੀ ਚਿੜੀਏ ਦੀ ਬੇਗਮ ਸਾਹਮਣੇ ਜਾ। ਦੀਦੀ ਚੱਲ ਸਾਲੀ, ਤੇਰੀ ਸੌਕਣ ਲੈਣ ਗਿਆ। ਲਾਡੀ ਕਿਉਂ ਆਇਆ ਤੂੰ ਇੱਥੇ? ਇਹ ਦੇਖਣ ਲਈ ਕਿ ਲਾਡੀ ਜ਼ਿੰਦਾ ਹੈ ਕਿ ਮਰ ਗਈ? ਮੈਂ ਆਪਣੀ ਲਾਡੀ ਨੂੰ ਰੋਂਦੇ ਹੋਏ ਨਹੀਂ ਦੇਖ ਸਕਦਾ, ਇਸੇ ਲਈ ਆਇਆ। ਜਸਟ ਪਲੀਜ਼ ਤੂੰ ਮੇਰੇ ਨਾਲ ਨਾ ਹੋਰ ਝੂਠੀਆਂ ਗੱਲਾਂ ਨਾ ਕਰ। ਇੰਨਾ ਵੱਡਾ ਧੋਖਾ, ਮੇਰੀ ਕੀ ਗਲਤੀ ਸੀ? ਯਾਰ ਮੈਨੂੰ ਮਜਬੂਰੀ 'ਚ ਸਾਰਾ ਕੁਝ ਕਰਨਾ ਪਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਤੈਨੂੰ ਵਿਆਹ ਕਰਾਉਣਾ ਪੈ ਗਿਆ? ਮੈਂ ਇੱਕ ਦਿਨ ਸਕੂਟਰ ਤੇ ਜਾ ਰਿਹਾ ਸੀ ਤੇ ਪਿੰਕੀ ਦੇ ਡੈਡੀ ਸੜਕ ਤੇ ਲੁੱਕ ਪਾਉਂਦੇ ਸੀ, ਮੇਰਾ ਸਕੂਟਰ ਉਹਨਾਂ 'ਚ ਵੱਜਿਆ ਤੇ ਉਹਨਾਂ ਨੂੰ ਪੋਲੀਓ ਹੋ ਗਿਆ। ਪੋਲੀਓ ਸਕੂਟਰ 'ਚ ਵੱਜਣ ਨਾਲ? ਨਹੀਂ, ਉਹ ਗਰਮ ਲੁੱਕ 'ਚ ਡਿੱਗਣ ਨਾਲ। ਜਦੋਂ ਉਹਨਾਂ ਨੂੰ ਲੁੱਕ 'ਚੋਂ ਕੱਢਿਆ ਤਾਂ ਉਹਨਾਂ ਦੀ ਬੋਡੀ ਪੱਕੀ ਸੜਕ ਵਾਂਗੂ ਆਕੜ ਗਈ। ਮੈਂ ਉਹਨਾਂ ਨੂੰ ਆਪਣੇ ਪੈਂਚਰ ਹੋਏ ਸਕੂਟਰ ਤੇ ਹਸਪੀਟਲ ਲੈ ਗਿਆ। ਡਾਕਟਰ ਨੇ ਉਹਨਾਂ ਨੂੰ ਬਚਾਉਣ ਲਈ ਇੰਜੈਕਸ਼ਨ ਲਾਇਆ ਤੇ ਪੱਕੀ ਲੁੱਕ ਕਰਕੇ ਉਹਨਾਂ ਦੀ ਬੋਡੀ 'ਚ ਸੂਈ ਨਾ ਲੱਗੀ। ਡਾਕਟਰ ਨੇ ਲੁੱਕ ਤੋੜਨ ਲਈ ਉਹਨਾਂ ਦੀ ਹਥੌੜੀ ਮਾਰੀ, ਲੁੱਕ ਤਾਂ ਕੀ ਟੁੱਟਣੀ ਸੀ, ਉਹਨਾਂ ਦੀਆਂ 8-10 ਹੱਡੀਆਂ ਟੁੱਟ ਗਈਆਂ ਤੇ ਉਹਨਾਂ ਨੂੰ ਪੋਲੀਓ ਹੋ ਗਿਆ। ਪਰ ਇਹਨਾਂ ਸਾਰੀਆਂ ਗੱਲਾਂ ਦਾ ਤੇਰੇ ਵਿਆਹ ਨਾਲ ਕੀ ਕਨੈਕਸ਼ਨ ਹੈ? ਸਾਲੀ ਮੈਂ ਵੀ ਗੱਲ ਕਿਸੇ ਹੋਰ ਪਾਸੇ ਲੈ ਗਿਆ। ਉਹ ਪਿੰਕੀ ਦੇ ਡੈਡੀ ਨੂੰ ਜਦੋਂ ਮੈਂ ਹਸਪੀਟਲ ਤੋਂ ਘਰੇ ਲੈ ਕੇ ਆ ਰਿਹਾ ਸੀ ਤਾਂ ਉਹਨਾਂ ਨੇ ਦੱਸਿਆ ਪਿੰਕੀ ਨੂੰ ਕੈਂਸਰ ਆ ਤੇ ਉਹਨੇ 2 ਮਹੀਨੇ ਤੁਰ ਜਾਣਾ ਤੇ ਉਹਦੇ ਡੈਡੀ ਤੇ ਉਹਦੀ ਇੱਛਾ ਕਿ ਉਹ ਸੁਹਾਗਣ ਮਰੇ ਤੇ ਇਨਸਾਨੀਅਤ ਦੇ ਨਾਤੇ ਮੈਂ ਤੁਰਿਆ ਨਹੀਂ ਗਿਆ ਤੇ ਮੈਂ ਵਿਆਹ ਕਰਾ ਲਿਆ। ਪਰ ਜੈਸ ਤੈਨੂੰ ਮੇਰਾ ਇੱਕ ਵਾਰ ਵੀ ਖਿਆਲ ਨਹੀਂ ਆਇਆ? ਹਰ ਸਾਹ ਨਾਲ ਆਇਆ ਤੇਰਾ ਖਿਆਲ, 20 ਦਿਨ ਹੋ ਗਏ ਵਿਆਹ ਹੋਏ ਨੂੰ, ਹਜੇ ਤੱਕ ਅੱਡ ਅੱਡ ਸੌਂਦੇ ਆ, ਉਹ ਵੀ ਪਰਾਂ ਨੂੰ ਮੂੰਹ ਕਰਕੇ। ਕਿਉਂ? ਉਹ ਪਿੰਕੀ ਦੀ ਆਖਰੀ ਇੱਛਾ ਸੁਹਾਗਣ ਮਰਨ ਦੀ ਆ, ਮਾਂ ਬਣਦੀ ਥੋੜਾ ਨਾ। ਓ ਜੈਸ ਤੂੰ ਦਿਲ ਦਾ ਕਿੰਨਾ ਸਾਫ਼ ਹੈ ਨਾ। ਆਈ ਨੋ, ਤੂੰ ਮੈਨੂੰ ਮਾਫ਼ ਕਰਤਾ ਨਾ। ਥੈਂਕ ਯੂ। ਅੱਛਾ ਡੈਡੀ ਨੂੰ ਤੇ ਮੈਂ ਸਮਝਾ ਲਾਂਗੀ, ਹੁਣ ਨਾ ਬਸ ਤੂੰ ਛੇਤੀ ਛੇਤੀ ਵਿਹਲਾ ਹੋ ਜਾ, ਠੀਕ ਆ? ਫਿਰ ਆਪਾਂ ਦੋਨੋਂ ਵਿਆਹ ਕਰਾ ਲਈਏ। ਹੁਣ ਪਿੰਕੀ ਨੂੰ ਆਪਾਂ ਆਪ ਤਾਂ ਮਾਰਨੋਂ ਰਹੇ, ਤੂੰ ਥੋੜ੍ਹੀ ਜਿਹੀ ਵੇਟ ਕਰ, ਆਪਾਂ ਉਹਦੇ ਚੌਥੇ ਵਾਲੇ ਦਿਨ ਹੀ ਵਿਆਹ ਕਰਾ ਲਾਂਗੇ। ਪਰ ਮੈਂ ਕਹਿੰਦਾ ਗਲਤ ਸਮਝਿਆ ਨਾ ਪਿੰਕੀ ਭਾਬੀ ਨੂੰ? ਓਏ ਭਾਬੀ ਨਹੀਂ, ਫਿਰ ਤਾਂ ਆਪਾਂ ਦੋਨੋਂ ਭੈਣ ਭਰਾ ਹੋ ਜਾਵਾਂਗੇ। ਹਾਂ ਉਹ ਸੱਚ, ਸੌਰੀ, ਮੈਂ ਨਾ ਪਿੰਕੀ ਨੂੰ ਮਿਲ ਲੈਂਦੀ ਹਾਂ। ਚਿੜੀ ਉੱਡ ਉੱਡ ਕਾਂ ਉੱਡ ਉੱਡ ਗਾਂ ਉੱਡ ਨਾ ਹੈ ਕਿਵੇਂ ਉੱਡੋ? ਉਹ ਜੱਸ ਵਾਲੀ ਚਿੜੀ ਦਾ ਉਡਾਤੀ ਸੀ, ਹੁਣ ਆਪਦੀ ਨਹੀਂ ਉਡਾਈ ਜਾਂਦੀ। ਕਾਲਾ ਛਿੱਤਰਾ, ਚੱਲ ਕੋਤਾ ਉੱਡ ਨਾ, ਬੋਤਾ ਉੱਡ ਜਮੇ ਹੀ ਨਹੀਂ, ਚੱਲ ਕੁਛ ਤਾਂ ਉਡਾ ਲੈ। ਹੁਣ ਆਕੜਾ ਗਿਆ ਆ ਗਿਆ ਰਾਂਝਾ, ਦੇਖੀ ਤੇਰੇ ਵਾਲਾ ਨਾ ਹੋਵੇ। ਜੇ ਸੂਬੇਦਾਰ ਹੋਇਆ ਨਾ ਅੱਜ ਇੱਥੇ ਹੀ ਵੜ ਦੇਣਾ। ਉਹ ਮੈਂ ਜਾਣ ਦੇਖੀ ਜਾਣੇ ਮੋੜਨ ਸਾਲ ਨੇ ਤੰਗ ਕਰ ਲਿਆ। ਹੈਂ ਪਿੰਕੀ ਭਾਬੀ, ਪਿੰਕੀ ਭਾਬੀ, ਲਾਡੀ ਸੌਰੀ ਪਿੰਕੀ, ਆਈ ਐਮ ਸੋ ਸੌਰੀ, ਮੈਂ ਤੁਹਾਨੂੰ ਕਿੰਨਾ ਗਲਤ ਸਮਝਿਆ। ਜਸ ਨੇ ਮੈਨੂੰ ਦੱਸਿਆ ਤੁਹਾਡੇ ਡੈਡੀ ਬਾਰੇ। ਡੈਡੀ ਬਾਰੇ? ਡੈਡੀ ਵਾਲਾ ਤਾਂ ਜੀ ਬਾਹਲਾ ਹੀ ਚੰਗਾ ਹੋ ਗਿਆ। ਥੈਂਕ ਯੂ ਸੋ ਮਚ। ਹਾਂ ਮੈਂ ਸਮਝ ਸਕਦੀ ਹਾਂ ਤੁਹਾਨੂੰ ਕਿੰਨਾ ਵੱਡਾ ਸ਼ੌਕ ਲੱਗਿਆ। ਸ਼ੌਕ? ਵੈਸੇ ਕਿੰਨੇ ਕੁ ਦਿਨ ਰਹਿ ਗਏ ਨੇ ਇਹਨਾਂ ਦੇ ਕੋਲ? 9 ਮਹੀਨੇ ਤੇ ਲੱਗਦੀ ਹੈ ਜੀ। ਤੁਸੀਂ ਇਹਨਾਂ ਦਾ ਕੋਈ ਦੇਸੀ ਇਲਾਜ ਨਹੀਂ ਕਰਵਾਇਆ? ਇਹਨਾਂ ਦਾ ਤਾਂ ਕਰਵਾਇਆ ਸੀ, ਹੁਣ ਇਹਨਾਂ ਦਾ ਕਰਵਾਉਣਾ ਹੈ। ਮੈਂ ਕੱਲ ਹੀ ਕੰਨ ਤੇ ਲਿਖਿਆ ਪੜਿਆ ਸੀ ਵੀ ਬੇ ਔਲਾਦ ਮਿਲੋ। ਨਹੀਂ ਨਹੀਂ, ਮੈਂ ਕੈਂਸਰ ਦੀ ਗੱਲ ਕਰ ਰਹੀ ਹਾਂ। ਕਿਹਨੂੰ ਆ ਜੀ ਕੈਂਸਰ? ਕਿਹਨੂੰ ਆ ਕੈਂਸਰ? ਤੁਹਾਨੂੰ? ਮੈਨੂੰ? ਵੀਰੂ ਭਾਬੀ ਕੈਂਸਰ ਪਿੰਕੀ ਨੂੰ। ਅੱਛਾ 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 ਅੱਛਾ, ਨਾ 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 ਨਾ, ਕਿਹਨੂੰ ਆ ਕੈਂਸਰ? ਕੈਂਸਰ ਹੈ ਹੀ ਨਹੀਂ, ਕੈਂਸਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਹ ਜਜ਼ਬਾ ਹੋਣਾ ਚਾਹੀਦਾ ਔਰਤਾਂ ਦੇ ਵਿੱਚ ਇਸ ਨਾਮ ਮੁਰਾਦ ਬਿਮਾਰੀ ਨਾਲ ਲੜਨ ਦਾ। ਸਾਰੇ ਬੋਲੋ ਮਹਿਲਾ ਸਮਤੀ। ਵੀਰੂ ਭਾਬੀ ਕੰਟਰੋਲ। ਓਕੇ ਕੰਟਰੋਲ। ਓਕੇ ਕੁਛ ਨਹੀਂ। ਆ ਤੁਸੀਂ ਆਪਣਾ ਮੂੰਹ ਕਿਉਂ ਲੁਕਾਇਆ? ਇਹਨੂੰ ਕੈਂਸਰ ਹੈ ਨਾ, ਇਹਦਾ ਪਰਛਾਵਾਂ ਮੇਰੇ ਹੋਣ ਵਾਲੇ ਬੱਚੇ ਤੇ ਨਾ ਪੈ ਜੇ, ਇਸ ਕਰਕੇ। ਅੱਛਾ ਜੀ, ਵੈਸੇ ਤੁਸੀਂ ਇਹਨਾਂ ਦਾ ਖਾਸ ਧਿਆਨ ਰੱਖਣਾ ਪਲੀਜ਼। ਪੱਕਾ ਪ੍ਰੋਮਿਸ।
जे कुछ भी हो जाए ना तुम मेनू सद लेना। जे मेनू कुछ हो गया तुहानू तां यही सदन गे ना, मैं तां मर गई होऊंगी, पर तुसी आयो जरूर मेरे भोगते, मेनू बड़ा चंगा लगूगा। ओहो प्लीज पिंकी तुसी एहो जिहियां गल्लां ना करो, जिन्ने भी दिन हैगे ना हस खेड के बताओ ना, इंजॉय करो। बस तुसी एदां ही आ जा करो, मेरी तां एंजॉयमेंट ही है जी। ते तुसी इन्हां दे नेड़े रहा करो, इंज थोड़ी फैलदा कैंसर। पक्का प्रॉमिस। पिंकी अपना ख्याल रखियो। मैं चलती हूँ जी। चलो हाँ ओके बाय बाय। हाय जफ्फी पा गई आणा स्वाद आ गया साले। तू साला बड़ी जफ्फी पाणा से दसा तेनु। ओए 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 तू है मैं सूट वाले नु जफ्फियां पा सकदे ने। हां चल आजा भाई चल नहीं पेने बिल की के आईए। अंदर ही आ जाओ जी। हाँ जी आ जाओ जी आ जाओ। की खाओगे? शबील जी काफी कुछ पढ़े। शबील जी तो दो ही चीजा बनिया जी। थैंक यू तो ताडा मैडम जी, तुसी शबील ते आए, थोड़े नाल वक्त गुजार के मैनू कितना चंगा लगता, तुहानू नहीं पता। राणू जी मैनू ना किसी हाथ वेखण वाले ने कहा सी कि मेरा विआह ना किसी स्कूल की मास्टरनी नाल ही हो, जिहदे घर दे सामने पिप्पल हो। आ पिप्पल ही है ना जी। मैं चलदी हाँ, बहुत देर हो गई, बाहरों मेरी दीदी आए हुए ने। ठीक है जी। राणो। हाँ जी दीदी। कौन सी है मुंडा? ओ पाली। अब इसी पिंड च काम करता है। की काम करता है? ओ पोल्ट्री फार्म च डी पिकर है। डी पिकर? हाँ मुर्गियां दिया चुंजा वड़दा है। उन्हें शबील लाई सी ता करके मैंने छड्डन आ गया। इन्नी की गल है ना। तुहानू की लगता है मुंडा चंगा है ना? चंगा तो अपना केबल वाला जैली भी बहुत सी, असी एक दूजे नूं पसंद भी बहुत करदे सी। उन्हूं वेखण दे बहाने तो मैं घर दी केबल खराब करदे करदी सी। जे उस वेले मम्मी डैडी ने समझा के जैली नूं छड़ के तेरे चीचे नाल मैनूं व्याह करन उन्हां कहा हुंदा ना, तो शायद अज मैं अपने बच्चों नूं एक चंगा फ्यूचर ना दे सकदी। पर दीदी ए वी ते हो सकदा है ना, कल नूं मेहनत करके पाली वधिया सैटल हो जाए। आने वाले वक्त ने अपनी बुक्कल च कील को रखे, ये आपां नूं किसे नूं नहीं पता। ये चंद तारियां दी रोमांटिक गल्लां व्याह दे मगरों जदों दुध प्याज दे रेटां च बदल जांदियां ने ना, उदों जिंदगी दी सच्चाई पता चलदी है। जैली अज भी केबल दे कनैक्शन दिंदा फिरदा, उहनूं वेख के ना मैं डर जांदी हां कि जे मैं इहदे नाल व्याह कीता हुंदा तां मेरी जिंदगी की हुंदी। पर दीदी ये जरूरी तां नहीं ना, जो जैली नाल होया उही पाली नाल भी होवे। देख राणो मैं समझ सकती हूँ, तू अज जिहड़े मोड़ ते खड़ी है ना, मैं इस मोड़ तो अज तो 10 साल पहला वापस मुड़ गई सी, ते मैनू कोई पछतावा नहीं इस गल दा। मैं तेरी वड्डी भैण आ, तेरा बुरा नहीं चाहूंगी। मेरा देवर कैनेडा तो अगले हफ्ते आ रहा है, उन्हें तेरी फोटो वेखी सी, उहदे वल्लों तो ऑलमोस्ट हाँ है, मम्मी पापा नूं भी रिश्ता पसंद है। बाकी तू समझदार है, फैसला तेरे हाथ च है। हाँ
हेलो हेलो लाडी हाँ यार प्लीज एक बार छत पे आ जा तेरे ना जरूरी गल करनी है जस मैं तेनु मिल नहीं सकती तू जो भी गल करनी है फोन ते कर ले फोन ते भी क्यों करनी है मैसेज लिख के भेज देना एमी पा खाई जानी है आ जाना यार प्लीज पर जे किसी ने देख लिया ते उस सारे सुते पे है जमी सीक्रेट मीटिंग आ जाना यार अच्छा ठीक है आ रही हूं आजा आजा किया यार बड़ी जिद्दी है तू चल जे किसी ने देख लिया ते ओ कोई नहीं देखता सारे सुते तू मेरे नाल सीक्रेट मीटिंग करनी सी तू चलता सही दसता मैं तेरी सालिया तेनू मेरे वाली मिली सी ओ पाली सुन दे यार ए साले किथे गए ऐ मैं नकू पंगा पा लेना अच्छा दस केड़ी सीक्रेट गल करनी सी यार तेनू देख के ना एक शेर याद आ गया अच्छा केड़ा कितनी हसीन ये आज की रात है एक चांद आसमान में और एक मेरे पास है वाह हो गया हुंदस केड़ी गल करनी सी तेरी शकल तो सलिया नीरू ना बहु मिलती मैं उन्हां दा ही जुड़वा भाई हां जी साले सारे पंजाब दे जुड़वे साडे घरे इकट्ठे होने सी तू करन की आया इत्थे भैन जी उन्हां नूं मिलन आया सी इस वेले साले अद्धी रात नूं तां लोक मशूक नूं मसा मिलन जांदे आ तू भैन नूं मिलन आ गया हां अज्ज 12 बजे तों बाद रखड़ी शुरू होणी आ ने जी ओ मेरा जीजा मैनूं कुटदा बहुत है मिल नहीं दिंदा जी बस फिर मैं लुक के रखड़ी बनाउण आया सीगा जी अच्छा पा के ਸਾਲਿਆ ਇਹ ਜੇ ਵਲਗਰ ਕੱਪੜੇ ਪਾ ਕੇ ਤਾਂ ਕੋਈ ਸੁੱਤੀ ਭੈਣ ਦੇ ਕੋਲ ਦੀ ਨਹੀਂ ਲੱਗਦਾ ਤੂੰ ਸੁੱਤੀ ਨੂੰ ਜਗਾਉਣ ਆ ਗਿਆ ਤੈਨੂੰ ਜੀਜਾ ਬਾਅਦ ਚ ਕੁੱਟੂ ਪਹਿਲਾਂ ਮੈਂ ਕੁੱਟੂ ਤੂੰ ਤੇ ਕਿਹਾ ਸੀ ਕਿ ਇਹ ਸੀਕ੍ਰੇਟ ਮੀਟਿੰਗ ਹੈ ਯਾਰ ਮੈਨੂੰ ਥੋੜਾ ਨਾ ਪਤਾ ਸੀ ਮੈਂ ਤਾਂ ਆਪਣੇ ਵੱਲੋਂ ਸੀਕ੍ਰੇਟ ਹੀ ਰੱਖੀ ਸੀ ਇਹ ਕਿਹੋ ਜਿਹੀ ਸੀਕ੍ਰੇਟ ਮੀਟਿੰਗ ਹੈ ਜਿੱਥੇ ਸਾਰਾ ਟੱਬਰ ਇਕੱਠਾ ਹੋਇਆ ਹੈ ਕਾਹਦਾ ਰੌਲਾ ਪਾਇਆ ਤੁਸੀਂ ਉਹ ਮੈਂ ਕਾਹਦਾ ਰੌਲਾ ਪਾਉਣਾ ਤੇਰਾ ਸਾਲਾ ਆਇਆ ਸੀ ਮੇਰਾ ਕਿਹੜਾ ਸਾਲਾ ਆਹੋ ਜਿਹਨੂੰ ਆਪਣੀ ਜਨਾਨੀ ਦੀ ਸੁੱਧ ਬੁੱਧ ਨਹੀਂ ਉਹਨੂੰ ਸਾਲੇ ਦੀ ਸਵਾਹ ਆਉਣੀ ਹੈ ਉਹ ਨੀਰੂ ਦਾ ਜੁੜਵਾ ਭਰਾ ਆਇਆ ਸੀ ਨੀਰੂ ਦਾ ਜੁੜਵਾ ਓਹ ਅੱਛਾ ਉਹ ਸਾਲਾ ਆਇਆ ਸੀ ਤੇ ਤੂੰ ਦੂਜੀ ਦਾ ਸਮਝਿਆ ਹੁਣ ਕੀ ਮਤਲਬ ਕੁਛ ਨਹੀਂ ਸੌ ਜਾ ਕੇ ਬੌਂਦਲਿਆ ਫਿਰ ਤਾਂ ਹਾਏ ਹਾਏ ਆ ਜਾ ਨੀਰੂ ਹਾਏ ਤੁਸੀਂ ਅੱਧੀ ਰਾਤ ਨੂੰ ਉੱਠ ਕੇ ਕਿਉਂ ਆ ਗਏ ਜੀ ਹੈ ਕੀ ਹੋਇਆ ਕੀ ਹੋਣਾ ਕੀ ਆ ਤੇਰਾ ਜੁੜਵਾ ਭਰਾ ਆਇਆ ਸੀ ਰੱਖੜੀ ਬਣਾਉਣ ਗੋਡਾ ਬਣਾ ਕੇ ਚਲਿਆ ਗਿਆ ਹਾਏ ਮੇਰੇ ਭਰਾ ਦਾ ਗੋਡਾ ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ ਮੈਂ ਉਹਦਾ ਦੂਜਾ ਗੋਡਾ ਭੰਨ ਕੇ ਰੋਕਦਾ ਸਾਲਾ ਮੇਰੇ ਹੱਥੋਂ ਬਚ ਕੇ ਤਾਂ ਐ ਨਿਕਲਿਆ ਜਿਵੇਂ ਜੀਜੀ ਹੱਥੋਂ ਸਾਲੀ ਨਿਕਲਦੀ ਹੁੰਦੀ ਆ ਹਾਏ ਰੱਬਾ ਹੁਣ ਮੈਂ ਰੱਖੜੀ ਕਿਹਦੇ ਬੰਨੂਗੀ ਆ ਯੱਬਲ ਦੇ ਬੰਦੇ ਸਾਲਾ ਯੱਬ ਹੀ ਨਵੇੜ ਕੀ ਕੁਛ ਨਹੀਂ ਸੌਂਦਾ ਜਾ ਕੇ ਸਵੇਰੇ ਗੱਲ ਕਰਾਂਗੇ ਠੀਕ ਹੈ ਚਲੋ ਮੈਂ ਕਿਤਾ ਉੱਪਰ ਨੂੰ ਐ ਚੱਲਿਆ ਜਿਵੇਂ ਇਹਦੇ ਨਾਲੇ ਵਸਣੀ ਹੁੰਦੀ ਆ ਤੁਸੀਂ ਇੱਥੇ ਬੈਠੇ ਹੋ ਮੈਂ ਤੁਹਾਨੂੰ ਕਲਾਸਰੂਮ ਚ ਲੱਭ ਰਹੀ ਸੀ ਅੱਛਾ ਫੋਨ ਵੀ ਹੈਗਾ ਮੇਰੇ ਕੋਲੇ ਐਦਾਂ ਔਖੇ ਹੋ ਕੇ ਕਿਉਂ ਗੱਲ ਕਰ ਰਹੇ ਹੋ ਫੋਨ ਆਇਆ ਸੀਗਾ ਭੈਣ ਦਾ ਜੋ ਵੀ ਘਰੇ ਹੋ ਰਿਹਾ ਨਾ ਠੀਕ ਨਹੀਂ ਹੋ ਰਿਹਾ ਜਸਮੀਤ ਤੇ ਤੁਹਾਨੂੰ ਲੱਗ ਗਿਆ ਪਤਾ ਦੇਖ ਲਓ ਇੱਕ ਵਿਆਹਿਆ ਬੰਦਾ ਕੀ ਕਰ ਰਿਹਾ ਨਾ ਵਿਆਹਿਆ ਬੰਦਾ ਇਹਦੇ 'ਚ ਕੀ ਕਰੂਗਾ ਜਦੋਂ ਸਾਹਮਣੇ ਵਾਲੇ ਗਲਤ ਹੋਵੇ ਤਾਂ ਆਹੋ ਤੁਸੀਂ ਵੀ ਨਾ ਕੁੜੀ ਨੂੰ ਹੀ ਗਲਤ ਸਮਝਿਓ ਗਲਤੀ ਤਾਂ ਜੀਜੇ ਦੀ ਵੀ ਹੈ
दुख हो रहा मैनू कि जड़े बंदे नू मैं दिल चनी थां दित्ती ना वो अज मेरे सामने इदां दीआं गल्लां करदा। बाबू मैं मनदी हाँ कुड़ी की भी गलती है पर जस तो उस तो भी वड्डा कसूरवार है ना। फोन करके तो जस ने ही लाडी नू छत उत्ते बुलाया सी। हाँ लाडी नू? हाँ मैं उन्हें दोवें दे पिछे छत्ते भी गई सी ताकि उन्हें दोनों नू उत्थे ही समझावां पर उस तो पहला ही घर च नवा पंगा खड़ा हो गया। देखिया जीजे दी इन्हां गल्लां करके तो मैं नफरत करदा उन्हूं इन्हां दा तां टब्बर ही इदां दा। तुहाडी नफरत भी ना जायज़ है। वैसे तुसीं भी सही कहने हो लाडी दी गलती नहीं सी। बड़ी छेती मेरी हां च हां मिलाती। होता जी हुण सारी उम्र ही मिलाउणी है ना। मतलब? मतलब ये कि मेरे दिल च इक गल आ जो मैं कहनी चाहना। मैं ब्याह कराउणा चाहना तेरे नाल जसमीत। की होया चुप क्यों हो गए? तुहानू मेरे चाचा जी नाल गल करनी पैनी है। वो मैं कर लूंगा। कले नहीं तुहाडी भैण पिंकी नू भी विच पाना पैना है ताकि चाचा जी नू तुसी थोड़े जे फैमिली वाले लगो। क्यों होया गवाच क्यों गए? ठीक आ पहला भैण गल कर लू फिर मैं गल कर लूंगा। नहीं जी दोवें कट्ठे वो भी अज ही। कट्ठे? हाँ अज रखड़ी भी है ते रखड़ी बनाने दे बहाने भैण नाल व्याह दी गल भी कर लियो है ना। दुश्मनी ते जीजे नाल है ना। हाँ। पैर नाल ते नहीं? नहीं, नहीं। फिर अज रखड़ी है यार वीर बन के अज मेरी भैणे बन जा। ओ चल ओए कदे मैनू नीरू बना लेना कदे भैण बना लेना दफा हो। ओ यार दरअसल जसमीत चाहुंदी है कि मैं अपनी भैण तो ना रखड़ी बनावा नाले उहने रिश्ते दी गल करनी है ते तो बिना नहीं होना यार वीर बन के मान जा। करना की है पिंकी भाभी? सब ठीक हो जू दीदी सब ठीक हो जूगा सब ठीक। भाभी की होया तुहानू? इन्हां दे कैंसर दी मियाद मुक गई। मतलब? मतलब कैंसर बहुत बढ़ गया है। देखो तो सी बेचारी दी की हालत है ठंड नाल किवें कंब रही है। ऐ जे ठंड नाल कंब रही है ते तुसी उतों पक्खी क्यों चली जा रहे हो? ओ ए मैं तबीयत गर्म करके लेके आई सी ताकि इहनूं गर्म हवा दे सकां। हां सब ठीक हो जू सब ठीक हो जू। भाभी अज ना बब्बू इत्थे आ रहा है। मैं इस हालत विच ਵਿਆਹ ਦੀ ਗੱਲ ਕਿੱਦਾਂ ਕਰੂੰਗੀ? ਤੁਹਾਨੂੰ ਕਿਵੇਂ ਪਤਾ ਉਹ ਵਿਆਹ ਦੀ ਗੱਲ ਕਰਨ ਆ ਰਿਹਾ? ਫੋਨ ਆਇਆ ਸੀਗਾ ਨਾ। ਭਾਬੀ ਉਹਨੂੰ ਘਰ ਆਉਣ ਤੋਂ ਰੋਕਿਓ ਨਾ ਨਾਲੇ ਅੱਜ ਰੱਖੜੀ ਵੀ ਹੈ ਨਾ ਉਹਨੂੰ ਮਿਲ ਵੀ ਲਓ ਹੈ ਨਾ ਆਪਾਂ ਨਾਲ ਬਹਿ ਕੇ ਸਾਰੀਆਂ ਗੱਲਾਂ ਕਰ ਲਾਂਗੇ। ਠੀਕ ਹੈ ਠੀਕ ਹੈ ਨਾ ਤੁਸੀਂ ਇਹਨਾਂ ਦਾ ਧਿਆਨ ਰੱਖੋ ਪਲੀਜ਼। ਮੈਂ ਚੱਲਦੀ ਹਾਂ। ਹਾਂ सब ठीक हो जाओ दीदी फिक्र ना करो मैं थोड़े वास्ते नींबू पानी बनानी है बिल्कुल ठंडा ठंडा। ठीक है नींबू पानी बनानी है दीदी तुसी फिक्र ना करो। हाँ उठ साड़िया कांटा पखा चलाया मैं तो। चाचा जी अखबार। थैंक यू। प्याज 100 रुपए किलो साले प्याज ना होगे रम की बोतल होगी। सब्जी लैन चली सी। चलो नहीं नहीं मैं चली सी। दस के तो आए गई है जे मैं खसम नू दस के जाईदा लगदा गल पॉजिटिव हो रही है। चाचा जी ए ने बब्बू कीर्तपुरिया। सत श्री अकाल जी। सत श्री अकाल तो ठीक है आई नहीं लगता जे मैं पिंकी पटे करा के आई हुंदी है। चाचा जी दस्या ते सी ए जुड़वा ने। मैनू सला कमला किता पिया इन्हां ने लगता इन्हां दी मामा ने शर्तां ला ला के दो दो सेम जम्मे आ। जसमीत इसलिए बुलाया मैनू इत्थे मैं रिश्ता लेके आया ते ए मेरी बेइज्जती करी जांदे आ। उत्ते चलिए उपर भी चले चलदे आ। ए थाली कादे लई चक्की आ? मैं वैसे ही चक्की सी। वैसे चकनी सी बाल्टी चक लंदी कम से कम भुलेखा तो पैंदा कि जट्टां दी कुड़ी धार चुके आई है। खैर ए थाली च की है? रखड़ी है। रखड़ी? रोके ते रखड़ी बनेगी बेटे केड़ी बरादरी नू बिलोंग करदी आ आपां जट हुन्ने आ जट्टां दे शगन दे विच जां रिंग पैंदी है जां रफड़। मैं नहीं बननी रखड़ी पिंकी भाभी ने बननी है इहनां दी। हां जी
ਚਲੋ ਉੱਤੇ ਪਿੰਕੀ ਭਾਬੀ ਦੀ ਤਬੀਅਤ ਨਾ ਬਹੁਤ ਖਰਾਬ ਹੈ ਕੀ ਹੋਇਆ ਪਿੰਕੀ ਨੂੰ ਕੈਂਸਰ ਹੋ ਗਿਆ ਜੀ ਉਹ ਸ਼ੁਕਰਾ ਭਰਾਵਾ ਮੈਂ ਤਾਂ ਡਰ ਹੀ ਗਿਆ ਸੀ ਕਿਤੇ ਜ਼ਿਆਦਾ ਬਿਮਾਰ ਆ ਆ ਜਾਓ ਜਦੋਂ ਆਈ ਸੀ ਚੰਗੀ ਭਲੀ ਸੀ ਦੋ ਦਿਨ ਚ ਇਕੱਠੀ ਹੋ ਗਈ ਪਿੰਕੀ ਭਾਬੀ ਦੇਖੋ ਤੇ ਕੌਣ ਹੈ ਮੈਂ ਦੇਖਦਾ ਨਾ ਭੈਣੇ ਠੀਕ ਆ ਨਾ ਤੂੰ ਮੈਂ ਤਾਂ ਤੁਹਾਨੂੰ ਮੈਂ ਨਾ 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 ਬੋਲ ਨਾ ਐਵੇਂ ਜੇ ਖੰਘ ਆ ਗਈ ਤਾਂ ਸਾਰਿਆਂ ਨੂੰ ਕੈਂਸਰ ਹੋ ਜਾਊਗਾ ਇੱਕ ਕੈਂਸਰ ਲੱਗਦੀ ਬਿਮਾਰੀ ਹੁੰਦੀ ਆ ਕਿਤੇ ਨੀਰੂ ਨੂੰ ਨਾ ਹੋ ਜਾਵੇ ਇਹ ਤਾਂ ਨਹਾਉਂਦੀਆਂ ਵੀ ਇਕੱਠੀਆਂ ਨੇ ਚਾਚਾ ਜੀ ਭੈਣੇ ਮੈਂ ਜਸਮੀਤ ਨਾਲ ਵਿਆਹ ਕਰਾਉਣਾ ਚਾਹੁੰਦਾ ਤੈਨੂੰ ਪਸੰਦ ਆ ਨਾ ਉਹ ਐਡੇ ਗੰਦੇ ਇਸ਼ਾਰੇ ਤਾਂ ਕੋਈ ਭਾਈ ਨਹੀਂ ਕਰਦਾ ਜਿੱਡੇ ਤੇਰੀ ਭੈਣ ਲੱਗੀ ਆ ਕਰਨ ਓਏ ਉਹ ਭੈਣ ਨੇ ਕਦੇ ਕਿਸੇ ਨੂੰ ਇਸ਼ਾਰਾ ਨਹੀਂ ਨਾ ਕੀਤਾ ਜੀ ਇਹਨੂੰ ਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਤੇ ਕਿਹੜਾ ਇਸ਼ਾਰਾ ਕਰੀਦਾ ਆਹੋ ਸਾਡੀਆਂ ਧੀਆਂ ਭੈਣਾਂ ਹੀ ਗੰਦੇ ਗੰਦੇ ਇਸ਼ਾਰੇ ਕਰਕੇ ਵੱਡੀਆਂ ਹੋਈਆਂ ਉਹ ਹੁਣ ਕੀ ਕਹਿੰਦੀ ਆ ਭੈਣ ਪੁੱਛਦੀ ਆ ਵੀ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਆ ਨਾ ਦੱਸੋ ਚਾਚਾ ਜੀ ਮੁੰਡਾ ਓਕੇ ਆ ਮੁੰਡਾ ਤਾਂ ਓਕੇ ਆ ਪਰ ਮੈਨੂੰ ਭੈਣ ਨਹੀਂ ਬਹੁਤੀ ਓਕੇ ਲੱਗਦੀ ਕੈਂਸਰ ਹੈ ਨਾ ਚਲੋ ਜੀ ਚਾਚਾ ਜੀ ਵੱਲੋਂ ਤਾਂ ਓਕੇ ਆ ਭਾਬੀ ਹੁਣ ਨਾ ਤੁਸੀਂ ਇਹਨਾਂ ਨੂੰ ਰੱਖੜੀ ਬੰਨੋ ਨਾ 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 ਰੱਖੜੀ ਨਹੀਂ ਕੈਂਸਰ ਆ ਭੈਣ ਨੂੰ ਓਏ ਕੈਂਸਰੀ ਆ ਕੋਈ ਪਾਸਾ ਤਾਂ ਨਹੀਂ ਮਰਿਆ ਕਿ ਹੱਥ ਪੈਰ ਨਹੀਂ ਚੱਲਦੇ ਬੰਨੋ ਰੱਖੜੀ ਲੈ ਭੈਣੇ ਔਖੀ ਸੌਖੀ ਬੰਨਦੇ ਰੱਖੜੀ ਦੇ ਰੁਪਏ ਬਣਾ ਲਾ ਰੱਖੜੀ ਸੋਹਣੇ ਦੇ ਰਜਾਈ ਚੱਕ ਲੋ ਉਹ ਨਹੀਂ ਨਹੀਂ ਕੰਬਣੀ ਲੱਗਦੀ ਹੈ ਨਾ ਉਹ ਯਾਰ ਕੰਬਣੀ ਨੂੰ ਅਸੀਂ ਕਾਂਗੜੇ ਆ ਕੇ ਰੱਖੜੀ ਬੰਨਣ ਲੱਗੇ ਆ ਉਹ ਮੈਂ ਤਾਂ ਜੀ ਬਿਮਾਰੀ ਕਰਕੇ ਕਹਿਣਾ ਲੋ ਬੰਨੀ ਗਈ ਹਾਂ ਹਾਂ ਹੁਣ ਠੀਕ ਆ ਚੱਲੀਏ ਚਲੋ ਇੱਕ ਤਾਂ ਮਿੰਟ ਲਾਉਂਦੀ ਆ ਕਾਮਰੇਡ ਵਾਂਗੂ ਬਾਹ ਖੜੀ ਕਰਨ ਨੂੰ ਹੁਣ ਕੀ ਕਹਿੰਦੀ ਆ ਭੈਣ ਕਹਿੰਦੀ ਆ ਵੀ ਮੇਰੇ ਜਿਉਂਦੇ 'ਚ ਵਿਆਹ ਕਰਦੇ ਹੋ ਉਹ ਯਾਰ ਵਿਆਹ 'ਚ ਇਹਨੇ ਲੁੱਡੀਆਂ ਪਾਉਣੀਆਂ ਹੱਥ ਪੈਰ ਤਾਂ ਇਹਦੇ ਚੱਲਦੇ ਨਹੀਂ ਚਲੋ ਕੈਂਸਰ ਵਾਲੇ ਕੋਲ ਬਾਅਦ 'ਚ ਨਹੀਂ ਖੜੀ ਦਊਂਗਾ ਚੰਗਾ ਭੈਣੇ ਆਪਣਾ ਖਿਆਲ ਰੱਖੀ ਲੈ ਵੀ ਬੱਬੂ ਤੇਰਾ ਤਾਂ ਹੋ ਗਿਆ ਟਾਂਕਾ ਫਿੱਟ ਤੇਰਾ ਵੀ ਤਾਂ ਹੋ ਹੀ ਗਿਆ ਸਾਲਿਆ ਇਹਦਾ ਕਿਹਦੇ ਨਾਲ ਹੋ ਗਿਆ ਸਾਲਿਆ ਸੂਬੇਦਾਰ ਨਾਲ ਆਹ ਸਾਲੇ ਦੇ ਸਿਰ 'ਚ ਬੋਤਲ ਮਾਰੂ ਮੈਂ ਆ ਵੀਰ ਜੇਤੀ ਕਰ ਨਹੀਂ ਆ ਤਾਂ ਭਰੀ ਹੋਈ ਆ ਖਾਲੀ ਕਰਕੇ ਮਾਰੂ ਤੂੰ ਦੱਸਾਂ ਇੱਕ ਗੱਲ ਹੈ ਸੂਬੇਦਾਰ ਸਾਲੇ ਨੇ ਤੰਗ ਕੀਤਾ ਪਿਆ ਕਦੇ ਤਾਂ ਮੈਨੂੰ ਬੁੱਗੀ ਬੁੱਗੀ ਕਹੂ ਕਦੇ ਕੜਾਹ ਲੈ ਕੇ ਆਜੂ ਕਦੇ ਚਿਕਨ ਲੈ ਕੇ ਆਜੂ ਸਾਲਾ ਇੰਪ੍ਰੈਸ ਕਰਨ ਦਾ ਮਾਰਾ ਵੱਡਾ ਦਲਜੀਤ ਬਣਦਾ ਹੈ ਦਾਰੂ ਪਿਆ ਪਿਆ ਮਾਰਤਾ ਪਤੰਦਰਾਂ ਨੇ ਕੀ ਕਰਦੀ ਸੀ ਡੋਂਟ ਡਿਸਟਰਬ ਉਲਟੀ ਕਰਦੀ ਸੀ ਨੀਰੂ ਡੁੱਬ ਜਾਣੀ ਹੈ ਤੂੰ ਇਹ ਕੀ ਕਾਰਾ ਕਰ ਲਿਆ ਕੁਛ ਨਹੀਂ ਹੋਇਆ ਜੀ ਅਜੇ ਕਹਿੰਦੀ ਕੁਛ ਨਹੀਂ ਹੋਇਆ ਸਾਰਾ ਕੁਛ ਤਾਂ ਹੋ ਗਿਆ ਮੈਂ ਤੈਨੂੰ ਕੱਲੀ ਨੂੰ ਮੰਗਿਆ ਸੀ ਨਾ ਕਿ ਬਾਏ ਵਨ ਗੈਟ ਵਨ ਫ੍ਰੀ ਮੰਗਿਆ ਸੀ ਮੇਰੀ ਗੱਲ ਤਾਂ ਸੁਣੋ ਕੀ ਸੁਣਾ ਹੁਣ ਸੁਣਨ ਨੂੰ ਕੀ ਰਹਿ ਗਿਆ ਬਾਕੀ ਹਜੇ ਤਾਂ ਤੇਰੀ ਘਰ ਵਾਲੇ ਨਾਲ ਬਣਦੀ ਨਹੀਂ ਜੇ ਬਣਦੀ ਹੁੰਦੀ ਤੇਰਾ ਕੀ ਬਣਦਾ ਤੂੰ ਤਾਂ ਉਲਟੀਆਂ ਕਰ ਕਰ ਖਾਲੀ ਹੋ ਜਾਂਦੀ ਮੇਰੇ ਨਾਲ ਤਾਂ ਜੱਟੀਆਂ ਪ੍ਰੇਮ ਰੋਗ ਵਾਲੀ ਕੀਤੀ ਪਵਰੇ ਨੇ ਖਿਲਾਇਆ ਫੂਲ ਫੂਲ ਕੋ ਲੈ ਗਿਆ ਰਾਜਕੁਮਾਰ ਚੱਲ ਮੇਰੇ ਨਾਲ ਹਸਪਤਾਲ ਕਾਹਦੇ ਲਈ ਤੇਰਾ ਭਾਰ ਘਟਾਉਣ ਲਈ ਛੱਤ ਥੱਲੇ ਕੋਈ ਬਗਾਨੀ ਸ਼ਹਿ ਨਹੀਂ ਪਾਲ ਸਕਦੀ ਮੈਂ ਚਾਰ ਕਿਰਾਏਦਾਰ ਰੱਖੇ ਸੀ ਮੈਂ ਇੱਥੇ ਪੰਜਵਾਂ ਨਹੀਂ ਰਹਿਣ ਦੇਣਾ ਚੱਲ ਚੱਲ ਜਲਦੀ ਜਲਦੀ ਕਰ ਮੇਰੀ ਗੱਲ ਤਾਂ ਸੁਣੋ ਚੱਲ ਮੇਰੇ ਸੁਣੋ ਮਿੱਠਾ ਚੱਲ ਚੱਲ ਮੇਰੀ ਲਾਡੋ ਮੇਰੀ ਗੱਲ ਤਾਂ ਸੁਣੋ ਮੇਰੀ ਚੱਲ ਤੁਰ ਤੁਰ ਹੁਣ ਵਿਚਰਦੀ ਕਿਉਂ ਆ ਤੁਰ ਬੈਠ ਇੱਥੇ ਬੈਠ 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 ਡਾਕਟਰ ਸਾਹਿਬ ਸਾਨੂੰ ਇਹ ਬੱਚਾ ਨਹੀਂ ਚਾਹੀਦਾ ਹਾਂਜੀ ਸਾਨੂੰ ਇਹ ਬੱਚਾ ਨਹੀਂ ਚਾਹੀਦਾ ਪਤੀ ਹੋ ਗਏ ਤੁਹਾਨੂੰ ਇਹ ਜੀ ਗੱਲ ਕਰਦੇ ਸ਼ਰਮ ਨਹੀਂ ਆਉਂਦੀ ਡਾਕਟਰ ਸਾਹਿਬ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਇਹ ਬੱਚਾ ਕਿਸੇ ਦੂਸਰੇ ਪਤੀ ਦਾ ਹੁਣ ਸ਼ਰਮ ਆਉਂਦੀ ਹੈ ਡਾਕਟਰ ਉਹ ਤੁਹਾਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ ਹਾਂ ਇਹਦੇ ਜੁੜਵੇ ਭਰਾ ਨਾਲ ਮਿਲਦੀ ਆ ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ ਜੇ ਤੁਸੀਂ ਹੋਰ ਦੇਰ ਕਰਤੀ ਦੁਨੀਆ ਤੇ ਤੀਸਰਾ ਹਮਸ਼ਕਲ ਆ ਜਾਣਾ ਤੁਸੀਂ ਜਲਦੀ ਕਰੋ ਪਲੀਜ਼ ਪਰ ਕਰਨਾ ਕੀ ਹੈ ਮੈਂ ਦੱਸਣਾ ਕੀ ਕਰਨਾ ਤੁਸੀਂ ਜੋ ਮਰਜ਼ੀ ਕਰੋ ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ ਮੇਰੀ ਗੱਲ ਤਾਂ ਸੁਣੋ ਸੁਣਾ ਮੈਂ ਤੇਰੀ ਗੱਲ ਜੇ ਤਾਂ ਵਿਸ਼ਵਾਸ ਤਾਂ ਚੱਕਿਆ ਗਿਆ ਕਿਤੇ ਮੈਨੂੰ ਹੱਥ ਨਾ ਚੁਕਵਾ ਲਈ ਸਾਲਾ ਸੋਹਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ ਜਲਦੀ ਕਰੋ ਡਾਕਟਰ ਸਾਹਿਬ ਪਲੀਜ਼ ਜਲਦੀ ਕਰੋ ਤੁਰ 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 ਜਲਦੀ ਕਰ ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ ਵੈਸੇ ਡਾਕਟਰ ਸਾਹਿਬ ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ ਹਾਂਜੀ ਦਿਨੇ ਮੈਂ ਕਲੀਨਿਕ 'ਚ ਕੰਮ ਕਰਦੀ ਹਾਂ ਅਤੇ ਸ਼ੌਂਕ ਲਈ ਥੀਏਟਰ ਕਰਦੀ ਹਾਂ ਸ਼ਾਮ ਨੂੰ ਪਰ ਤੁਹਾਨੂੰ ਕਿਵੇਂ ਪਤਾ ਓ ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ ਖੈਰ ਤੁਹਾਨੂੰ ਬ੍ਰਦਰ ਨਾਲ ਵੀ ਮਿਲਾ ਹੀ ਦਿੰਦੀ ਹਾਂ ਅੱਛਾ ਉਹ ਵੀ ਨਾਲ ਆਏ ਨੇ ਨਾਲ ਕਾਹਨੂੰ ਆਏ ਨੇ ਆਈ ਐਮ ਸੋਰੀ ਨੀਰੂ ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸਹਿਣੀ ਪੈ ਰਹੀ ਆ ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ
ਸ਼ਹਿਰ ਤਾਂ ਤੁਸੀਂ ਐਕਟਰ ਬਣਨ ਆਏ ਸੀ, ਪਰ ਤੁਹਾਡੀ ਜ਼ਿੰਦਗੀ ਤਾਂ ਡਰਾਮਾ ਬਣ ਕੇ ਰਹਿ ਗਈ। ਡਰਾਮਾ ਤਾਂ ਠੀਕ ਸੀ, ਪਰ ਜਿਹੜਾ ਬਾਹਰ ਬੈਠਾ ਨਾ, ਇਹ ਮੈਨੂੰ ਡਰਮ ਬਣਾਉਣ ਨੂੰ ਫਿਰਦਾ। ਨਦੀਆਂ ਨਾ ਕੱਢ, ਚੱਲ ਚੱਲ ਕੇ ਉਹਨੂੰ ਦੱਸ ਵੀ ਸਭ ਠੀਕ ਹੈ। ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ, ਥੋੜ੍ਹੀ ਜਿਹੀ ਬਦਹਜ਼ਮੀ ਸੀ, ਹੁਣੇ ਠੀਕ ਨੇ। ਡਾਕਟਰ ਸਾਹਿਬ ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ, ਹੋਰ ਕਿਤੇ ਕੱਲ ਨੂੰ ਖੱਟੀਆਂ ਅੰਬੀਆਂ ਚੂਸਣ ਲੱਗੀ, ਮੇਰਾ ਤਾਂ ਸਾਰਾ ਖੂਨ ਹੀ ਚੂਸਿਆ ਜਾਣਾ। ਟੈਨਸ਼ਨ ਨਾ ਲਓ ਜੀ, ਬਦਹਜ਼ਮੀ ਕਰਕੇ ਥੋੜ੍ਹੀ ਜਿਹੀ ਉਲਟੀਆਂ ਲੱਗ ਗਿਆ ਸੀ, ਬਾਕੀ ਤੁਸੀਂ ਖੁਸ਼ੀ ਖੁਸ਼ੀ ਆਪਣੀ ਘਰ ਵਾਲੀ ਨੂੰ ਘਰ ਲੈ ਕੇ ਜਾ ਸਕਦੇ ਹੋ। ਚੰਗਾ ਭਾਬੀ ਜੀ। ਸੂਬੇਦਾਰ ਸਾਹਿਬ, ਹੁਣ ਸੁਨਸਾਨ ਰਾਹ ਤੇ ਕਿਉਂ ਆ ਗਏ ਤੁਸੀਂ? ਇਸ ਕਰਕੇ ਕਿ ਸਾਨੂੰ ਕੋਈ ਡਿਸਟਰਬ ਨਾ ਕਰ ਸਕੇ। ਸਭ ਤੋਂ ਜ਼ਿਆਦਾ ਡਿਸਟਰਬ ਤਾਂ ਤੂੰ ਕਰਦਾ। ਕੀ ਕਿਹਾ? ਕੁਛ ਨੀ ਕੁਛ ਨੀ, ਤੁਸੀਂ ਸਕੂਟਰ ਚਲਾਓ। ਸਕੂਟਰ ਕੀ ਮੈਂ ਸਵਾ ਚਲਾਵਾਂ? ਮੇਰੇ ਤਾਂ ਸਾਲੇ ਸਾਹ ਚੱਲਣੇ ਔਖੇ ਹੋਏ ਪਏ ਨੇ। ਤੂੰ ਇੱਧਰ ਆ, ਇੱਧਰ ਕਿੱਧਰ ਮੁਕਾ ਕੇ ਰਹੂਗਾ ਜੱਟ? ਮੇਰੀ ਗੱਲ ਸੁਣ ਲਈ, ਮੈਂ ਬਹੁਤ ਅੱਕਿਆ ਹੋਇਆ। ਅੱਜ ਮੈਂ ਤੇਰੇ ਨਾਲ ਇੱਥੇ ਗੱਲ ਮੁਕਾ ਕੇ ਘਰੇ ਜਾਣਾ, ਜਾਂ ਤੇਰੇ ਨਾਲ ਜੱਬ ਮੁਕਾ ਕੇ ਘਰੇ ਜਾਣਾ। ਹਾਏ ਅੱਲਾ, ਵੇਖ ਨੀਰੂ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਮੈਂ ਤੈਨੂੰ ਆਪਣੇ ਸਾਰੇ ਮੈਡਲ ਪਾ ਦੂੰਗਾ। ਪਰ ਵਿਆਹ 'ਚ ਤਾਂ ਜੀ ਮੰਗਲ ਸੂਤਰ ਪਾਈਦਾ। ਉਹ ਯਾਰ, ਬੰਦੇ ਨੇ ਆਪਣੇ ਪ੍ਰੋਫੈਸ਼ਨ ਮੁਤਾਬਕ ਹੀ ਪਾਉਣੇ ਆ। ਉਹ ਜੇ ਹੁਣ ਮੈਂ ਫੌਜੀ ਹਾਂ ਤਾਂ ਮੈਡਲ ਹੀ ਪਾਊਂਗਾ। ਦੇਖ, ਇੱਕ ਨਾ ਇੱਕ ਦਿਨ ਤੇਰੇ ਘਰ ਵਾਲੇ ਨੇ ਤੈਨੂੰ ਛੱਡ ਜਾਣਾ, ਮੇਰੇ ਕੋਲੋਂ ਲਿਖਾ ਲਾ। ਭਾਵੇਂ ਸਾਰਾ ਪਿੰਡ ਮਰ ਜਾਏ ਜੀ, ਪਰ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ। ਕੀ ਮਤਲਬ? ਭਾਵੇਂ ਉਹ ਛੱਡ ਵੀ ਜਾਣ, ਮੈਂ ਤਾਂ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ। ਕੀ ਗੱਲ? ਸ਼ਾਹਰੁਖ ਖਾਨ ਸੋਚੀ ਫਿਰਦੀ ਆ ਆਪਣੇ ਲਈ? ਤੈਨੂੰ ਤਾਂ ਘੁੱਗੀ ਭਲੇ ਵਰਗੀ ਟੱਕਰਨੇ ਆ। ਮੈਨੂੂੰ ਤੁਹਾਡੇ ਤੋਂ ਡਰ ਲੱਗਦਾ। ਉਹ ਯਾਰ, ਮੈਂ ਕਿਰਪਾਲ ਸਿੰਘ ਗਿੱਲਾਂ ਨਾ ਕੇ KPS ਗਿੱਲ, ਜਿਹੜਾ ਤੈਨੂੰ ਮੇਰੇ ਕੋਲ ਡਰ ਲੱਗਦਾ। ਹੈਪੀ, ਇਹ ਸਾਲਾ ਜੋਕਰ ਜਿਹਾ ਇੱਥੇ ਵੀ ਆ ਗਿਆ। ਜੋਕਰ ਰਹੂ ਤੇਰਾ ਪਿਓ। ਸਾਲਿਆ, ਤੇਰਾ ਵੀ ਤਾਂ ਦਾਦਾ ਲੱਗਿਆ। ਲੱਗੀ ਜਾਵੇ ਸਵੀਟੀ, ਇਹੀ ਆ ਉਹ ਜਨਾਨੀ ਜਿੰਨੇ ਤੇਰੇ ਪੱਲੇਦਾਰ ਫਰੈਂਡੇ ਸੀਗੇ। ਸਵੀਟੀ, ਤੂੰ ਠੀਕ ਹੈ? ਨਹੀਂ ਤਾਂ ਬਾਦਸ਼ਾਹ ਜੀ। ਓਕੇ ਓਕੇ ਓਕੇ, ਚਾਚਾ ਤੂੰ ਇਹ ਜਨਾਨੀ ਛੱਡ ਦੇ। ਐਂ ਕਿਵੇਂ ਛੱਡਦਾ, ਮਸਾਂ ਤਾਂ ਹੱਥ ਆਈ ਆ। ਯਾਰ ਹੈਪੀ, ਇਹ ਹੈ ਕੌਣ? ਅੰਡਰਟੇਕਰ ਦੀ ਭੈਣ। ਝੂਠ ਬੋਲਦਾ ਇਹ, ਉਹ ਅੰਗਰੇਜ਼ ਹੈ ਪੰਜਾਬਣ, ਨਾਲੇ ਗੋਰੇ ਤਾਂ ਵੈਸੇ ਨਹੀਂ ਕਿਸੇ ਨੂੰ ਭੈਣ ਬਣਾਉਂਦੇ। ਚਾਚਾ ਤੂੰ ਮਕਾਨ ਛੱਡਣਾ ਕਿ ਨਹੀਂ? ਨਹੀਂ ਛੱਡਣਾ। ਸਾਲਿਓ, ਦੇਖਦੇ ਕੀ ਹੋ, ਚੱਕ ਲਓ ਜੱਟ ਐਂਡ ਜੂਲੀਅਟ ਨੂੰ। ਤੇਰਾ ਪਹਿਲਾਂ ਮੇਨ ਸੋਚੀ ਬੰਦ ਕਰਾਂ। ਚੁੱਲੇ ਅੱਗ ਨਾ ਕੜੇ ਦੇ ਵਿੱਚ ਪਾਣੀ, ਉਹ ਛੜਿਆਂ ਦੀ ਜੂਨ ਬੁਰੀ, ਉਹ ਛੜਿਆਂ ਦੀ ਸੱਚੀਓ ਬੁਰੀ ਆ ਯਾਰ। ਹੁਣ ਫਿਰ ਸਟੋਵ ਨਾਲ ਮੱਥਾ ਮਾਰਨਾ ਪੈਣਾ। ਹੈਂ, ਉਹ ਤੂੰ ਆ? ਆ ਜਾ ਯਾਰ, ਮੈਂ ਕੜਾਹ ਬਣਾਉਣ ਲੱਗਿਆ ਸੀ। ਬਾਈ ਬੱਬੂ, ਮੇਰੀ ਜੌਬ ਲੱਗ ਗਈ। ਵਧਾਈਆਂ ਹੋ ਗਈਆਂ ਫਿਰ ਤਾਂ। ਪਰ ਤੂੰ ਆ ਕੀ ਬਣੇ ਫਿਰਦਾ? ਉਹ ਛੱਡ ਮੇਰਾ, ਮੈਂ ਤਾਂ ਘਰੇ ਸੀਗਾ। ਬਾਈ ਸਰਕਾਰੀ ਬੈਂਕ 'ਚ ਕਲਰਕ ਦੀ ਜੋਬ ਲੱਗ ਗਈ। ਯਾਰ ਬਹੁਤ ਵਧੀਆ ਹੋ ਗਿਆ, ਦੇਖੀ ਕਿ ਕਰਕੇ ਆਪਾਂ ਸਭ ਨੇ ਸੈੱਟ ਹੋ ਜਾਣਾ। ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਜਿੱਦਣ ਘਰੇ ਖੁਸ਼ਖਬਰੀ ਆਵੇ ਨਾ, ਮਿੱਠਾ ਜ਼ਰੂਰ ਬਣਾਈਦਾ। ਦੇਖ ਲਾ, ਮੈਂ ਪਹਿਲਾਂ ਹੀ ਕੜਾਹ ਦੀਆਂ ਤਿਆਰੀਆਂ ਖਿੱਚੀ ਬੈਠਾ। ਆ ਜਾ ਕਰੀਏ ਟਰਾਈ। ਚੱਲ, ਉਹ ਦੇਖ ਕੇ ਖੁੱਲੀਂਗੇ ਤੇ ਸੂਬੇਦਾਰ ਨਾ ਹੋਵੇ। ਹਟ ਜਾ ਪਾਸੇ ਓਏ ਸਾਲਿਓ, ਮੈਂ ਨਹੀਂ ਬਚਦਾ ਅੱਜ। ਉਹ ਸਾਲਿਆ, ਹੋਇਆ ਕੀ ਆ? ਆ ਤੇਲ ਦੇ ਆਪਦੇ ਆਪ ਨੂੰ ਅੱਗ ਲਾ ਕੇ ਮਰੂ ਮੈਂ। ਉਹ ਕੜਾਹ ਬਣਾਉਣਾ ਇਹਦੇ ਨਾਲ? ਕੜਾਹ ਨਾ ਸਾਲਿਓ, ਤੁਹਾਨੂੰ ਕਿਹੜੀਆਂ ਖੁਸ਼ੀਆਂ ਚੜੀਆਂ ਨੇ ਜੇ ਕੜਾਹ ਬਣਾਉਣ ਨੂੰ ਫਿਰਦੇ ਹੋ? ਉਧਰ ਸੂਬੇਦਾਰ ਮੇਰਾ ਕੜਾਹ ਬਣਾਉਣ ਨੂੰ ਫਿਰਦਾ, ਉਹ ਹੀ ਖਾ ਲਿਓ ਫਿਰ। ਹੋਇਆ ਕੀ ਆ ਦੱਸੇਗਾ? ਨਾ ਤੁਹਾਨੂੰ ਕਿਹੜਾ ਪਤਾ ਨਹੀਂ ਸੂਬੇਦਾਰ ਦੀਆਂ ਹਰਕਤਾਂ ਦਾ? ਸਾਲਿਆ, ਪਤਾ ਤੇਰੇ ਤੇ ਟਰਾਈ ਚੱਲਦੀ ਆ। ਪਤਾ ਨਹੀਂ ਕੀ ਕੁਛ ਚੱਲਦਾ, ਆਪਣੀ ਇੱਜ਼ਤ ਬਚਾਉਣ ਮਾਰੇ ਘੱਟ ਦੱਸ ਰਿਹਾ ਮੈਂ। ਅੱਜ ਪਤਾ ਕੀ ਹੋਇਆ? ਮੈਨੂੰ ਜੱਚਾ ਬੱਚਾ ਜਾਂਚ ਕੇਂਦਰ ਲੈ ਗਿਆ ਮੇਰਾ ਬੱਚਾ ਚੈੱਕ ਕਰਾਉਣ ਲਈ। ਉਹ ਮੈਂ ਕਪੜਾ ਮਾਰੂ ਸਾਲਿਓ, ਮੇਰੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਉਹ। ਗੱਲ ਸੁਣ ਲਓ ਮੇਰੀ ਦੋਨੇ ਜਾਣੇ, ਜਾਂ ਤਾਂ ਅੱਜ ਇਹ ਕਮਰਾ ਛੱਡੋ, ਜਾਂ ਫਿਰ ਆਉਂਦਾ ਤੁਹਾਡਾ ਪਤੰਦਰ ਉਹਨੂੰ ਸਾਰੀ ਸੱਚੀ ਗੱਲ ਦੱਸੋ। ਉਹ ਐਂ ਕਿਵੇਂ ਦੱਸ ਦੋ ਏ ਯਾਰ, ਜੇ ਉਹਨੂੰ ਪਤਾ ਲੱਗ ਗਿਆ ਨਾ ਇਹ ਬੰਦਾ, ਉਹਨੇ ਤਾਂ ਮੇਰਾ ਵਿਆਹ ਨਹੀਂ ਹੋਣ ਦੇਣਾ ਸੀ ਸਮੀਤ ਨਾਲ। ਸ਼ਾਬਾਸ਼, ਆਪਦਾ ਘਰ ਵਸਾਉਣ ਲਈ ਸਾਲਿਓ ਮੇਰਾ ਸਾਰਾ ਕੁਝ ਜਾਰੀ ਚਲੋ, ਹੈ ਨਾ? ਡਿਪਟੀ, ਆਪਾਂ ਬੱਬੂ ਦਾ ਵਿਆਹ ਵੀ ਤਾਂ ਕਰਵਾਉਣਾ। ਜੇ ਤੂੰ ਸੂਬੇਦਾਰ ਨੂੰ ਸਾਰਾ ਕੁਝ ਦੱਸਤਾ, ਉਹਨੇ ਤਾਂ ਜਸਮੀਤ ਨਾਲ ਵਿਆਹ ਨਹੀਂ ਹੋਣ ਦੇਣਾ। ਉਹ ਤੂੰ ਚੱਲ ਓਏ, ਇਦੋਂ ਤਾਂ ਮੈਂ ਪਿੰਡ ਰਹਿ ਕੇ ਸਰੂਪਨਖਾ ਦਾ ਰੋਲ ਕਰੀ ਜਾਂਦਾ, ਘੱਟੋ ਘੱਟ ਲੋਕ ਇੱਜ਼ਤ ਕਰਦੇ ਸੀ, ਆ ਜਦੋਂ ਦਾ ਨੀਰੂ ਬਣਿਆ ਸਾਰੀ ਆਪਦੀ ਇੱਜ਼ਤ ਬਚਾਉਣੀ ਔਖੀ ਹੋਈ ਪਈ ਹੈ। ਬਈ ਇੱਕ ਤਰੀਕੇ ਨਾਲ ਆਪਾਂ ਇਹ ਪ੍ਰੋਬਲਮ ਤੋਂ ਬਚ ਸਕਦੇ ਹਾਂ। ਕਿਹੜੀ ਓਏ? ਜੇ ਨੀਰੂ ਮਰ ਜਾਵੇ। ਚੱਲ ਓਏ, ਇਦੋਂ ਚੰਗਾ ਤਾਂ ਮੈਂ ਪਿੰਡ ਰਹਿ ਕੇ ਰਾਮੀ ਲਈ ਕਰ ਲੂੰ। ਉਹ ਸੱਚੀ ਮੁੱਚੀ ਮਾਰਨ ਥੋੜਾ ਨਾ ਕਹਿਣਾ, ਸੂਬੇਦਾਰ ਦੇ ਮੂਹਰੇ ਝੂਠ ਮੂਠ ਦਾ ਮਾਰਨ ਨੂੰ ਕਹਿਣਾ। ਉਹ ਘੱਟੋ ਘੱਟ ਉਹਨੂੰ ਇਹ ਤਾਂ ਇਹੋ ਜਿਹਾ ਕਿ ਤੂੰ ਉਹਨੂੰ ਵਿਆਹ ਤੋਂ ਮਨਾ ਨਹੀਂ ਕੀਤਾ ਜਦ ਨੀਰੂ ਨੇ ਬੱਚੀ।
देख नीरू मैं थापड़ा मारू साला नीरू दा मेरा मतलब डिप्टी वीर जी थानू तैरना तांदा आहो बस फिर सूरे सदरे सूबेदार दे मुरे नहर छाल मार दी जमा फिट कहंदा भाई लापाली नु फोन तेनू कह कल दी छुट्टी ले लवे ओए आ जाओ रेडी आहो चल हो जा ओए फिर चल ए ले फिर मैं ना बचदी मैं नहीं बचदी मैं नहीं बचदी कटिया पति मेरे पीछे ना आए ओए होती समस्या पता है क्या चल मार मेरे पीछे ना आए निकल गए मैं नहीं बचती मैं गई बस मैं चली हां मैं गई हाय ठंडा पानी ठंडा यार एडा चस्का भी ना हो किसी तीमी का वो बट्टा बुट्टा मार दे बट्टे बुट्टे ना कुछ नहीं बनना जिन्ना ये हल्का ना इन तो पुलिस ना पड़ना और बचाता भी और किन्ने जने चाहिए बचाओ जरा तेरे सिर का साई है वो तो सारा बाहर खड़ा मैं ही बचाया और साले आप ही छाल मारनी बनी है चलो हाँ चल चल सुबेदार साहब छड़ दे नू आगे से बचाने नू जे मेरी नीर नू हाथ लाया ना मैं साले नू पानी में डाल लेना छड़ दो आगे साले हुण बचाओ छड़ आगे से मैं छड़ दो कटनी आगे से बचाइया हुण मेरी है सुबेदार साहब ओदे मेरी है मेरी है मेरी है मेरी है छड़ दो जड़ दे मेरी है जाफी पेंदे होंगे मेरी अखा सामने नीरू पानी दे विच आए रुड़ गई जिवें सूए दे विच नहाउण लगे ढिले लालच काला कच्छा रुड़दा हुंदा मैनू नाखला एक बारी तेरी भैन ना खुलण दी कोशिश कीती सी देख ला उहदा की हाल होया साले उहदे नाल तां मेरे नाल मेरा मतलब मेरे वर्गे किसे चज दे बंदे नाल व्याही हुंदी जिहड़ी नहर च डुब के मरी आ उसे नहर च किश्ती च बैठ के मेरे नाल उहने चप्पू चलाउणा सी सॉरी चाचा जी बस करो जो होना सी हो गया ना कुछ भी नहीं होया सी अजे तक नाले तेनू वध पता मेरे नालों बैठी आईडिया लाई जांदी आ अपने हाय अल्लाह बस अल्लाह अल्लाह कहंदी अल्लाह नू प्यारी हो गई मेरी भैन हुण मेरे आ टुट ते लकड़ी कौन बनूगा साले तेरे तां 50 बन देणगे मेरी पग दी पूड़ी कौन कराया करू ओ भी खिच के चलो छड्डो मेरी भैन ने आ महीने दा किराया तां भरे होया ओदी जगह ते मैं रह ला फेटे मुँह तेरे जम्मण दे साला मेरे बापू जी सही कह गए सी कि सहुरे घर जवाई ते भैण घर भाई कुत्ता हुंदा साला कहिंदा मैं भैण दी थां ते रह लिया करां तू भैण तां की तू तां साला भैण दी गाल भी डिजर्व नहीं करदा तैनूं तां मैं खुल के इह वी नहीं कह सकदा तेरी भैण नूं साला नीरू लव यू <आगा। laughs>
हाँ बोल पाली। हाँ मिंटू। हाँ रानो मैडम कितने स्कूल क्यों नहीं आंदे? यार तू कदे मेरे बारे में पूछ लिया कर के तू क्यों स्कूल आया? ओ यार दस कितने वो फोन भी नहीं चुकते पे। यार स्कूल हट गए। क्यों? यार मेनू की पता। गुरुद्वारे वालों गए हैं। ले हुन ला फेर। ए जोत जोत में जाता अकल कला पर पूर है या तू सच्चा साहिब सिर्फ सवाल ले जिन की तिशो पार पया काओ नानक करते किया बाता जो कुछ करना। कमाला तुसी फोन क्यों नहीं चुकते मेरा? स्कूल भी बिना दसे चढ़ता तुहानू पता किन्नी फिक्र हो गई सी मैनू। तुसी ठीक है ना? शुक्र है। पता अजीब अजीब ख्याल आ रहे सीगे कितने तुहानू कुछ हो ना गया होवे। इन्नी फिक्र है मेरी। होवे क्यों ना जी मैं मूंह नहीं कहता एदा मतलब ये थोड़ी कि मैं तुहानू पाली परसों मेरी मंगनी है। मंगनी मैं तो समझदा सी कि तुसी मैनू पसंद करदे हो। मैं कदों मना किता? फिर ये मंगनी ये सब कुछ की है? ये रिश्ता पिछले हफ्ते ही मेरी दीदी ने पक्का किता। जिस इंसान नू तुसी जानदे तक नहीं उन्हां मंगनी किदा करवा सकदे हो? वो मेरी दीदी दा देवर है। दोनों फैमिलीज ने मिलके ये रिश्ता पक्का किता। फिर मेरा की होगा? पाली तुसी बहुत वधिया इंसान हो। तुहानू बहुत चंगी कुड़ी मिलेगी। जेड़ी चंगी कुड़ी मिली सी वो तो छड़ के जा रही है। शायद किस्मत नू यही मंजूर सी। पागल हो गया तू? मंगनी हो रही है कोई मजाक नहीं हो रहा? तेरी जिंदगी का मजाक होने दे दी है ना बाद चोंदा फिर अखा च के सुन दे दे ओदा की फायदा। नहीं यार वो जिथे भी मंगनी करवा रही है खुश है ते ओदी खुशी च मेरी खुशी है। देख पाली मंगनी तां रानू दी किते होर हुण होण नहीं देनी चाहे सलियां लत्तां बहाना तोड़नियां पै जाण। गल सुनो मेरी जे मंगनी तड़ाउन की गल भी की ना मैं सौ थोड़े सारे दिन लत्तां तोड़ दूं। ले ली शील्ड हुण दसो करना की है? वो एक आइडिया है भाई जिदे नाल रणू की मंगनी होने लगी है आपां उत्ते इल्जाम ला देने को पहले ही विआह होया। गुड आइडिया यार। परे करूँ कौन? वो तू बनेगा दी घर वाली।
ਓਏ ਦਫਾ ਹੋਏ, ਓਏ ਮੈਂ ਕਰ ਉਤਰ ਮਿੰਦਰ ਬਣਨਾ ਹੈ, ਤੁਸੀਂ ਸੜਿਓ ਮੈਨੂੰ ਘਰ ਵਾਲੀ ਬਣਾ ਕੇ ਘਸਾਤਾ। ਕਿਉਂ ਸੜਿਆ, ਹੁਣ ਯਾਰਾਂ ਲਈ ਇੰਨਾ ਵੀ ਨਹੀਂ ਕਰ ਸਕਦਾ। ਓਏ ਮਸਾਂ ਮੈਂ ਆ ਬੁੜੇ ਤੋਂ ਪਿੱਛਾ ਛੜਾਇਆ, ਜੇ ਮੈਂ ਇੱਕ ਮਹੀਨਾ ਤੁਹਾਡੇ ਨਾਲ ਹੋਰ ਰਹਿ ਗਿਆ ਨਾ, ਕੱਲ ਨੂੰ ਮੈਂ ਮੁੰਡਿਆਂ ਤੇ ਡਰਾਈਆਂ ਮਾਰਦਾ ਫਿਰੂੰ। ਦਫਾ ਜੋ ਸਾਲੇ ਹੋਏ ਨੇ। ਸਾਲਾ ਮਤਲਬ ਹੀ ਦੇਖੋ, ਜਨਾਨੀ ਬਣ ਜਾ ਬਸ। ਯਾਰ ਬੱਬੂ ਬਾਈ, ਤੈਨੂੰ ਹੀ ਕੁਛ ਕਰਨਾ ਪੈਣਾ। ਉਹ ਨਹੀਂ ਨਹੀਂ, ਮੈਥੋਂ ਨਹੀਂ ਇਹਨੇ ਲੋਕਾਂ ਸਾਹਮਣੇ ਬੋਲਣਾ। ਸਾਲਿਆ, ਕੱਲ ਨੂੰ ਜਦ ਹਿੱਟ ਸਿੰਗਰ ਬਣ ਗਿਆ, ਸਟੇਜ 'ਤੇ ਕੀ ਗਾਇਆ ਕਰੇਗਾ? ਬਹਾਨੇ ਜੇ ਨਾ ਬਣਾ, ਚੁੱਪ ਕਰਕੇ ਤੇ ਜਨਾਨੀ ਬਣਨ ਨੂੰ ਤਿਆਰ ਹੋ ਜਾ, ਨਹੀਂ ਸਾਲ ਨੂੰ ਬੰਦਾ ਵੀ ਨਹੀਂ ਰਹਿਣ ਦੇਣਾ। ਉਹ ਬੱਬੂ, ਉਹ ਗਿਆ ਓਏ, ਉੱਠ ਛੇਤੀ ਕਰ, ਤਿਆਰ ਹੋ ਜਾ, ਉੱਠ। ਗਿਆ? ਆਹੋ। ਬੱਬੂ ਓਏ, ਯਾਰ ਮੈਨੂੰ ਤਾਂ ਇਹੀ ਲੱਗਦਾ। ਥੈਂਕ ਯੂ, ਕੰਗ੍ਰੈਚੁਲੇਸ਼ਨ। ਥੈਂਕ ਯੂ। ਸਾਲਿਆ, ਨਰਮੇ ਕਾਲ ਦੇ ਖਿੱਚੀ ਕਰਦਾ, ਕੁਛ ਖਾਤਾ ਲੈਣਾ? ਇਹਨੂੰ ਖਾਣ ਦਿਓ, ਪੀ ਲਈਦੀ ਆ, ਚੱਲ। ਸਤਿ ਸ਼੍ਰੀ ਅਕਾਲ ਜੀ। ਬੈਠੋ ਵੇਟਰ, ਭਾਜੀ ਤੇ ਭਾਬੀ ਲਈ ਕੁਛ ਖਾਣ ਪੀਣ ਨੂੰ ਲਿਆ। ਇਹ ਸਾਰੇ ਕਿੱਥੇ ਚਲੇ ਗਏ? ਜੇ ਪਾਲੀ ਵਾਲੀ ਦਾ ਕਿਤੇ ਹੋਰ ਵਿਆਹ ਹੋ ਗਿਆ ਨਾ, ਇਹ ਸਾਰੀ ਉਮਰ ਲਾਹਣ ਤਾਂ ਪਾਉਣਗੇ ਮੈਨੂੰ। ਰੁਕ 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 ਜਾ, ਚੱਲ ਚੱਲ ਚੱਲ। ਜਿੰਨੀ ਸੇਵਾ ਹੋ ਰਹੀ ਆ, ਮੇਰਾ ਤਾਂ ਜੀ ਕਰਦਾ ਮੰਗਣੀ ਤੜਾਉਣ ਨੂੰ, ਰਹਿਣ ਹੀ ਦਈਏ। ਬਕਵਾਸ ਨਾ ਮਾਰ, ਛੇਤੀ ਡਪਲਾ। ਆਹੀ ਲੱਗਦਾ, ਰੋਕ ਰੋਕ ਰੋ। ਉਹ ਆ ਕੀ ਬਿਠਾਇਆ ਤੇ ਬੰਦਾ ਸੀ, ਵਿੱਚ ਬੁੜੀ ਕਿੱਥੋਂ ਆ ਗਈ? ਟੈਂਪੜੀ ਮੇ ਲੈਣੇ ਨੇ, ਆਪਦੇ ਪੈਸੇ ਫੜ ਤੇ ਤੁਰਦਾ ਬਣ। ਆ ਲੈ ਫੜ। ਕੋਈ ਨਹੀਂ ਜੀ, ਬਸ ਕੀ ਕਰ ਸਕਦਾ। ਨਿਬੜ ਗਈਆਂ ਰਸਮਾਂ ਜੀ? ਕਿੱਥੇ, ਅਜੇ ਤਾਂ ਰਸਮਾਂ ਹੋਣੀਆਂ ਨੇ। ਓ ਬਕਵਾਸ ਕਰ ਰਹੀ ਆ ਤੂੰ? ਮੈਂ ਬਕਵਾਸ ਨਹੀਂ ਕਰ ਰਹੀ, ਮੈਂ ਸੱਚ ਬੋਲ ਰਹੀ ਹਾਂ। ਇਹਦੇ ਨਾਲ ਵਿਆਹੀ ਆ ਤੂੰ? ਦੱਸ ਹੁਣ। ਉਹ ਮੈਨੂੰ ਲੱਗਿਆ ਜੀ ਮੰਗਣੀ ਹੋ ਰਹੀ ਹੈ, ਮੈਂ ਸੱਚੀ ਸੋਰੀ ਹਾਂ ਜੀ। ਇੰਨਾ ਤਾਂ ਬਾਬਾ ਜਿਉਂਦੇ ਜੀ ਬਦਨਾਮ ਨਹੀਂ ਹੋਇਆ ਜਿੰਨਾ ਤੂੰ ਮਰਨ ਤੋਂ ਬਾਤ ਕਰਤਾ। ਅੱਜ ਬਾਬੇ ਤੋਂ ਪਹਿਲਾਂ ਤੈਨੂੰ ਫੂਕਾਂਗੇ। ਸਰਕਾਰ ਦੇ ਸਮਾਨ ਦੇ ਪੈਸੇ ਤਾਂ ਦੇ ਦੋ। ਉਹ ਸਮਾਨ ਦੇ ਪੈਸੇ ਮੈਨੂੰ ਪੱਕਾ ਪਤਾ ਵੀ ਇੱਕ ਦਿਨ ਵੱਡਾ ਐਕਟਰ ਬਣੂ ਤੇ ਦੁਨੀਆ ਇਹਦੇ ਪਿੱਛੇ ਪਿੱਛੇ ਹੋਊ। ਮੇਰਾ ਮੁੰਡਾ ਇਸੇ ਕਰਕੇ ਤਾਂ ਲੋਕੀ ਉਹਦੇ ਪਿੱਛੇ ਭੱਜ ਰਹੇ ਨੇ ਉਹਨੂੰ ਕੁੱਟਣ ਲਈ। ਟਾਪਾ ਤਾਂ ਸਾਲੇ ਤਾਂ ਮੈਂ ਚਾੜੂ, ਸਾਲੇ ਦੇ ਸ਼ਹਿਰ ਮੇਰੇ ਨਾਲ। Oh my
ਔਰ ਰੁਕ ਜਾਓ ਏ ਇਹ ਮੰਗਣੀ ਨਹੀਂ ਹੋ ਸਕਦੀ ਇਹ ਮੁੰਡਾ ਮੇਰੀ ਭੈਣ ਨਾਲ ਵਿਆਹ ਹੋਇਆ ਓਏ ਕੌਣ ਹੋ ਤੁਸੀਂ ਉਹ ਮੇਰੇ ਨਾਲ ਵਿਆਹ ਹੋਇਆ ਜੀ ਸਾਲਿਆ ਪਕੌੜੇ ਕੱਢ ਕੇ ਬੋਲ ਪਾ ਮੈਂ ਨਹੀਂ ਇਹਨਾਂ ਨੂੰ ਜਾਣਦਾ ਨਾ ਮੇਰੇ ਸਿਰ ਦੇ ਸਾਈਆਂ ਇੰਜ ਨਾ ਕਰ ਤੂੰ ਕਿਵੇਂ ਭੁੱਲ ਸਕਦਾ ਉਹ ਪਲ ਜਿਹੜੇ ਮੇਰੇ ਨਾਲ ਬਿਤਾਏ ਸੀ ਕਿਹੜੇ ਪਲ ਕਿਹੜਾ ਵਿਆਹ ਕੀ ਪਕਾਈ ਮਰੀ ਜਾਂਦੀ ਹੈ ਇੰਨਾ ਕਹਿਰ ਨਾ ਗੁਜ਼ਾਰ ਜ਼ਾਲਮਾ ਤੇਰੇ ਸਿਹਰਿਆਂ ਨਾਲ ਵਿਆਹੀ ਹੋਈ ਆ ਮੁੰਡਾ ਤਾਂ ਪਹਿਲੀ ਵਿਆਹ ਹੋਇਆ ਹੋਇਆ ਕੋਈ ਉਧਰ ਕੀ ਪੰਗਾ ਪੈ ਗਿਆ ਕੀ ਕਮੀ ਸੀ ਮੇਰੇ ਵਿੱਚ ਇੱਕ ਢਿੱਡ ਚ ਧਰਨੀ ਤਾਂ ਪੈਂਦੀ ਸੀ ਨਾ ਸਾਲਿਆ ਬਹਾਨਾ ਤਾਂ ਕੋਈ ਚੱਜ ਦਾ ਲਾ ਲੈਂਦਾ ਕੀ ਗੱਲ ਹੋ ਗਈ ਇਹ ਬੰਦਾ ਕਹਿੰਦਾ ਇਹ ਮੁੰਡਾ ਇਹਦੀ ਭੈਣ ਨਾਲ ਵਿਆਹਿਆ ਆ ਹਾਂ ਬਾਈ ਉਹ ਤੇਰੀ ਸੁਪੇਦਾਰ ਜਸ ਤੂੰ ਕਿਹੜੀ ਤੇਰੀ ਭੈਣ ਨੂੰ ਵਿਆਹੀ ਆ ਇਹ ਜਿਹੜੀ ਨਾਲ ਖੜੀ ਹੈ ਪਰ ਇਹ ਤਾਂ ਇਹਦੀ ਘਰ ਵਾਲੀ ਆ ਭੈਣ ਥੋੜਾ ਉਹ ਸੂਬੇਦਾਰ ਸਾਹਿਬ ਤੁਸੀਂ ਸਾਡੇ ਪੰਗੇ 'ਚ ਨਾ ਪਵੋ ਇਹ ਮੇਰੀ ਭੈਣ ਆ ਤੇ ਤਾਂ ਘਰ ਵਾਲਾ ਉਹ ਆ ਕਦੋਂ ਤੇਰੀ ਭੈਣ ਨਾਲ ਵਿਆਹ ਮੈਂ ਹੈਲੋ ਪਾਲੀ ਹਾਂ ਬੋਲ ਮਿੰਟੂ ਮੈਡਮ ਵਾਲਾ ਮੁੰਡਾ ਤਾਂ ਪਹਿਲੇ ਹੀ ਵਿਆਹਿਆ ਹੋਇਆ ਕੀ ਆਹੋ ਇੱਕ ਜਨਾਨੀ ਖੜੀ ਬੋਲ ਰਹੀ ਹੈ ਕਿ ਮੁੰਡਾ ਪਹਿਲਾਂ ਮੇਰੇ ਨਾਲ ਵਿਆਹਿਆ ਹੋਇਆ ਮੰਗਣੀ ਟੁੱਟੀ ਲੈ ਤੇ ਤੇਰਾ ਨੰਬਰ ਲੱਗ ਜੂ ਹਾਂ ਹੈਪੀ ਬਾਜੀ ਹਾਂ ਬਿੱਲੂ ਭਾਜੀ ਉਹ ਜਨਾਨੀ ਹੁਣੇ ਹੁਣੇ ਮੈਰਿਜ ਪੈਲਸ ਬੜੀ ਹੈ ਕਿਹੜੀ ਜਨਾਨੀ ਉਹੀ ਜਨਾਨੀ ਭਾਈ ਜਿਹਨੇ ਤੁਹਾਡੇ ਚਪੇੜੇ ਲਾਏ ਸੀ ਸ਼ਟ ਅਪ ਬਿੱਲੂ ਓਏ ਤੈਨੂੰ ਸ਼ਰਮ ਨਹੀਂ ਆਉਂਦੀ ਪਵਿੱਤਰ ਰਿਸ਼ਤਿਆਂ ਦਾ ਘਾਣ ਕਰਦੇ ਨੂੰ ਸਾਲੇ ਆਪਣੀ ਘਰ ਵਾਲੀ ਨੂੰ ਭੈਣ ਬਣਾਈ ਜਾਂਦਾ ਉਹ ਸੂਬੇਦਾਰ ਸਾਹਿਬ ਤੁਸੀਂ ਸਮਝ ਨਹੀਂ ਰਹੇ ਇਹ ਮੇਰੀ ਭੈਣ ਆ ਤੁਸੀਂ ਅਜੇ ਹੋਸ਼ 'ਚ ਨਿਗੇ ਮੰਨਿਆ ਮੈਂ ਆਪਣੀ ਨੀਰੂ ਦੇ ਮਰਨ ਕਰਕੇ ਥੋੜਾ ਅਪਸੈਟ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਹਿੱਲ ਗਿਆ ਇਹ ਮੰਗਣੀ ਨਹੀਂ ਤੇਰੀ ਸੜਾ ਕਿੱਥੋਂ ਆ ਗਈ ਆਹੋ ਮੇਰਾ ਮਤਲਬ ਆ ਗਿਆ ਮੈਨੂੰ ਕੀ ਪਤਾ ਹੁਣ ਇਹ ਕੌਣ ਹੈ ਇਹ ਮੁੰਡਾ ਮੇਰੇ ਨਾਲ ਵਿਆਹਿਆ ਹੋਇਆ ਹੈ ਨੀਰੂ ਕੌਣ ਹੋ ਤੁਸੀਂ ਮੇਰੇ ਘਰ ਵਾਲਾ ਮੋੜੋ ਹੁਣ ਇਹ ਕੌਣ ਹੈ ਇਹ ਮੇਰੀ ਨੀਰੂ ਆ ਹੁਣੇ ਤੇ ਕਹਿ ਰਹੇ ਸੀ ਮਰੀ ਹੋਈ ਹੈ ਤੈਂ ਉਹਦੀ ਗਤੀ ਕਰਾਉਣੀ ਆ ਨੀਰੂ ਤੂੰ ਬਚ ਗਈ ਸੀ ਕੀ ਤੁਸੀਂ ਨੀਰੂ ਲਈ ਹੈ ਮੈਂ ਜਪਜੀ ਹਾਂ ਤੇ ਇਹ ਮੇਰੇ ਘਰ ਵਾਲਾ ਪ੍ਰਾਹੁਣਾ ਤਾਂ ਪਹਿਲਾਂ ਹੀ ਦੋ ਲਈ ਫਿਰਦਾ ਭੈਣੇ ਉਹ ਕੌਣ ਨੀਰੂ ਤੇ ਕੌਣ ਜਪਜੀ ਪਤਾ ਨੀ ਕਿੱਥੋਂ ਆ ਗਿਆ ਹੁਣੇ ਤੇਰਾ ਵੀ ਘਰ ਵਾਲਾ ਇਹ ਕਿੱਧਰਲਾ ਮਹਾਰਾਜਾ ਪਟਿਆਲਾ ਕਿਹੜਾ ਤਿੰਨ ਮਗਰ ਲਈ ਫਿਰਦਾ ਪਿੰਡ ਵਾਲਿਓ ਜੇ ਮੁੰਡਾ ਤਿੰਨਾਂ ਦੋਨਾਂ ਜਨਾਨੀਆਂ ਵਿੱਚੋਂ ਕੋਈ ਵੀ ਗਲਤ ਨਿਕਲਿਆ ਨਾ ਤਾਂ ਅਸੀਂ ਪਿੰਡ 'ਚੋਂ ਜਾਣ ਨਹੀਂ ਦੇਣਾ ਨਾ ਕਿਵੇਂ ਹੱਥ ਲਾਉਂਗੇ ਮੈਂ ਝੂਠ ਬੋਲਦੀ ਹਾਂ ਇਹ ਮੇਰੇ ਘਰ ਵਾਲਾ ਹੈ ਕਿਆ ਝੂਠ ਬੋਲਦੀ ਹੈ ਜਿਹੜੀ ਤੇਰੇ ਤੋਂ ਪਹਿਲਾਂ ਦੀ ਖੜੀ ਹੈ ਤੁਸੀਂ ਤੂੰ ਕੀ ਲੈਣਾ ਹੀ ਇੱਥੇ ਚਲੀ ਜਾ ਸਾਲਿਓ ਮੈਂ ਤੁਹਾਡੇ ਕਰਕੇ ਭੱਜਿਆ ਫਿਰਦਾ ਹੁਣ ਪਿੰਡ ਵਾਲਿਆਂ ਤੂੰ ਮੈਂ ਕੁੱਟ ਖਾਵਾਂ ਇਹ ਮੇਰੇ ਘਰ ਵਾਲਾ ਹੈ ਤੇਰਾ ਘਰ ਵਾਲਾ ਪਾਲੀ ਆ ਬੰਦੇ ਖਾਣੀ ਹੈ ਉਹਨੂੰ ਛੱਡ ਕੇ ਇਹਨੂੰ ਮਲੱਕਣ ਨੂੰ ਫਿਰਦੀਆਂ ਮੈਂ ਮਰ ਗਿਆ ਮੈਂ ਮਨਾ ਕੀਤਾ ਸੀ ਨਾ ਤੁਹਾਨੂੰ ਤੁਸੀਂ ਫਿਰ ਵੀ ਨਹੀਂ ਟਲੇ ਉਹ ਪਾਲੀ ਚੰਗਾ ਕੀਤਾ ਤੂੰ ਆ ਗਿਆ ਇਹ ਆ ਜੀ ਨੀਰੂ ਦਾ ਸੋ ਕਾਲਡ ਘਰ ਵਾਲਾ ਪਾਲੀ ਤੁਸੀਂ ਵਿਆਹੇ ਹੋਏ ਸੀ ਹੁਣ ਕੀ ਬਿਟਰ ਬਿਟਰ ਝੱਕੀ ਜਾਂਦਾ ਦੱਸ ਕੇ ਨੀਰੂ ਤੇਰੀ ਘਰ ਵਾਲੀ ਆ ਕੀ ਅੰਕਲ ਜੀ ਇੱਧਰ ਵੀ ਜਾ ਸਕਦੀ ਹੈ ਅੱਛਾ ਆ ਜਾਓ ਚਲੋ 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 ਬਾਈ ਚਾਚਾ ਜੀ ਕੀ ਹੋਇਆ ਮੈਨੂੰ ਪੁੱਛ ਲਿਆ ਕੀ ਹੋਇਆ ਮੈਨੂੰ ਕੁਛ ਨਹੀਂ ਹੋਇਆ ਪੁੱਛ ਇਹਨੂੰ ਜਿਹਦਾ ਦਿਮਾਗ ਖਰਾਬ ਹੋਇਆ ਜਸ ਤੂੰ ਇੱਥੇ ਲੋਕੀ ਭੈਣਾਂ ਤੋਂ ਖਹਿੜੇ ਖਿਡਾਉਂਦੇ ਆ ਵੱਡਾ ਦੁੱਲਾ ਭੱਟੀ ਭੈਣ ਬਣਾਉਣ ਲੱਗਿਆ ਨੀਰੂ ਭਾਬੀ ਤੁਸੀਂ ਜਿਉਂਦੇ ਹੋ ਕੀ ਤੁਸੀਂ ਨੀਰੂ ਲਈ ਹੈ ਪੰਜਾਬੀ ਫਿਲਮਾਂ ਘੱਟ ਦੇਖਿਆ ਕਰੋ ਮੈਂ ਜਪਜੀ ਹਾਂ ਜਪਜੀ ਬੜਾ ਹਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਆ ਉਹਨੂੰ ਵੀ ਤਾਂ ਪੰਜਾਬੀ ਫਿਲਮਾਂ ਦੀ ਮਿੱਟੀ ਬਾਜਾ ਮਾਰਦੀ ਆ ਓਏ ਹੋਏ ਤੁਸੀਂ ਆਪਣੇ ਜਪ ਬਾਅਦ 'ਚ ਪਾ ਲਿਓ ਪਹਿਲਾਂ ਮੁੰਡੇ ਨੂੰ ਨਿਬੇੜੋ ਹਾਂ ਤੂੰ ਪਹਿਲਾਂ ਆਇਆ ਸੀ ਤੂੰ ਬੋਲ ਬੋਲਿਆ ਤਾਂ ਹੈ ਉਹ ਮੇਰੀ ਭੈਣ ਨਾਲ ਵਿਆਹ ਹੋਇਆ ਭੈਣ ਉਹ ਵੀ ਤੇਰੀ ਆ ਖੜੀ ਹੈ ਇਹ ਤਾਂ ਬੱਬੂ ਦੀ ਭੈਣ ਹੈ ਇਹ ਮੇਰੀ ਘਰ ਵਾਲੀ ਨਹੀਂ ਮੇਰੀ
ਭੈਣ ਉਹ ਕਿਹੜੀ ਤੇਰੀ ਮਾਂ ਦਾਜ ਤੇਰੀ ਭੈਣ ਲਿਆਈ ਬਾਪੂ ਤੂੰ ਇੱਥੇ ਬਾਪੂ ਜੀ ਮੇਰੀ ਗੱਲ ਤਾਂ ਸੁਣੋ ਆਪਾਂ ਇਹ ਕੁੜੀ ਦਾ ਘਰ ਬਚਾਉਣਾ ਸ਼ਰਮ ਕਰ ਸਾਲੇ ਲੀਡਰਾਂ ਨੂੰ ਕਿੰਨੇ ਕੁ ਬਿਆਨ ਬਦਲੇਗਾ ਕਦੇ ਇਹਨੂੰ ਘਰ ਵਾਲੀ ਬਣਾਉਣਾ ਕਦੇ ਭੈਣ ਤੇ ਕਦੇ ਕੁੜੀ ਜਿੰਨੇ ਕੁ ਜਨਾਨੀਆਂ ਦਾ ਰਿਸ਼ਤਾ ਬਣਦੇ ਹੁੰਦੇ ਆ ਸਾਲੇ ਸਾਰੇ ਢੱਕਣਾ ਤੇ ਉਹ ਤੂੰ ਇਹਦੇ ਆਪਣੇ ਪਿਓ ਨਾਲ ਗੱਲ ਕਰ ਉਹ ਗੱਲ ਸੁਣ ਇਹਦੇ ਨਾਲ ਮੇਰਾ ਮੁੰਡਾ ਵੀ ਸ਼ਹਿਰ ਆਇਆ ਇਹਨੂੰ ਪੁੱਛ ਉਹ ਕਿੱਥੇ ਆ ਉਹ ਅੰਕਲ ਜੀ ਤੁਸੀਂ ਸਬਰ ਰੱਖੋ ਸਾਰੇ ਇੱਥੇ ਹੀ ਮਿਲ ਜਾਣੇ ਆ ਜਨਾਨੀ ਹੁਣ ਤੂੰ ਯਾਰ ਆਪਣਾ ਜੱਬ ਪਾ ਕੇ ਬਹਿ ਜਾ ਵਿੱਚ ਤੂੰ ਹੈ ਕੌਣ ਮੈਂ ਇਹਦੇ ਨਾਲ ਆਇਆ ਤੇ ਤੂੰ ਕੌਣ ਮੈਂ ਇਹਦੇ ਨਾਲ ਆਇਆ ਤੁਸੀਂ ਬੰਦੇ ਹੋ ਕਿ ਭੇਡਾਂ ਜਿਹੜੀਆਂ ਇੱਕ ਦੂਜੇ ਦੇ ਮਗਰ ਲੱਗ ਕੇ ਆਈਆਂ ਤੁਹਾਨੂੰ ਸੱਦਿਆ ਕੀ ਨਹੀਂ ਇੱਥੇ ਸੂਬੇਦਾਰ ਸਾਹਿਬ ਉਹ ਮੇਰੇ ਬਾਪੂ ਜੀ ਨੇ ਉਹ ਤੂੰ ਤਾਂ ਯਾਰ ਚੁੱਪ ਹੀ ਲੈ ਤੇਰਾ ਤਾਂ ਮੈਂ ਸੱਤ ਜਨਮ ਵਿਸ਼ਵਾਸ ਨਾ ਕਰਾਂ ਸਾਲਾ ਜਨਾਨੀ ਵਾਲੇ ਰਿਸ਼ਤੇ ਮੋਗੇ ਹੁਣ ਤੂੰ ਬੰਦਿਆਂ ਨੂੰ ਤੁਰ ਪਿਆ ਮੇਰਾ ਯਕੀਨ ਕਰੋ ਜੀ ਉਹ ਮੇਰੇ ਬਾਪੂ ਜੀ ਨੇ ਦੋਵੇਂ ਨਹੀਂ ਜੀ ਇਹ ਉਹ ਨੀਰੂ ਦੇ ਨੀਰੂ ਦੇ ਪਾਪਾ ਉਹ ਸਾਲਿਓ ਕਿਹਦਾ ਪਿਓ ਬਣਾਈ ਜਾਂਦੇ ਹੋ ਮੈਨੂੰ ਡੈਡੀ ਡੈਡੀ ਜੀ ਫੁੱਟ ਵਿਸ਼ ਕਰਦਾ ਜੀ ਦੇਖਦੇ ਕੀ ਉਹ ਜੱਫੀ ਪਾਓ ਸਾਰਾ ਸਾਹਿਬ ਤਾਂ ਉਹ ਆਸ਼ੀਰਵਾਦ ਹੀ ਕਰੋ ਮਿਲਣ ਲਈ ਲੱਗਦਾ ਆਪਣੀ ਧੀ ਦੇਣ ਲੱਗਿਆ ਮੈਨੂੰ ਮੈਂ ਆਪਣੀ ਧੀ ਦੇਣ ਨਹੀਂ ਲੱਗਿਆ ਜੀ ਅਲਬਤਾ ਤੁਹਾਡੀ ਧੀ ਮੈਂ ਲੈਣ ਲੱਗਿਆ ਉਹ ਕਿਹੜੀ ਤੇਰੀ ਮਾਂ ਨੇ ਧੀ ਜੰਮਤੀ ਮੇਰੀ ਆਓ ਜੰਮਤੀ ਧੀ ਨੀਰੂ ਨੀਰੂ ਹਾਂ ਦੀਦੀ ਮੈਨੂੰ ਚੱਕਰ ਆ ਰਿਹਾ ਉਹ ਨੀਰੂ ਬੋਲ ਹੁਣ ਕੀ ਜੱਪ ਆਇਆ ਮੈਂ ਜੱਪ ਜੀ ਹਾਂ ਨੀਰੂ ਮਰ ਚੁੱਕੀ ਹੈ ਜਿੰਨਾ ਤੂੰ ਮੈਨੂੰ ਸਤਾਇਆ ਅੱਜ ਮੈਂ ਜੱਪ ਜੀ ਵੀ ਮਾਰ ਦੇਣੀ ਹੈ ਜੱਪ ਜੀ ਵੀ ਮਾਰ ਦੇਣੀ ਹੈ ਜੱਪ ਜੀ ਵੀ ਮਾਰ ਆਹੀ ਤਾਂ ਮੇਰਾ ਮੁੰਡਾ ਮਾਰ ਜੀ ਮਾਰ ਜੀ ਮਾਰ ਜੀ ਹਾਂ ਉਹ ਜੱਜਾ ਉਹ ਆ ਜੋ ਓਏ ਆ ਲੁਕੀ ਫਿਰਦੀ ਆ ਖੜ ਜਾ ਪਹਿਲਾਂ ਚਾਚੀ ਫੈਂਟਦੀ ਹੈ ਆਓ ਨਾ ਆਓ ਹੁਣ ਆ ਜਾਓ ਬਾਈ ਗੁੰਡੇ ਲਈ ਫਿਰਦੀ ਹੈ ਨਾਲ ਉਹ ਡਰਿਓ ਨਾ ਅੱਜ ਕੱਲਾ ਕੱਲਾ ਫੈਂਟ ਦੇਣਾ ਸਵੀਟੀ ਸ਼ਰਮਗਾਹ ਤੇ ਤੋਂ ਵੱਧ ਗੁੰਡੇ ਤਾਂ ਉਹ ਲਈ ਫਿਰਦੀ ਹੈ ਤੁਸੀਂ ਸਾਰੇ ਤੇ ਮੰਗਣੀ ਤੁੜਾਉਣਾ ਆਇਓ ਨਾ ਹੋਰ ਇੱਥੇ ਮੈਂ ਫੈਂਸੀ ਡਰੈਸ ਕੰਪੀਟੀਸ਼ਨ ਚ ਆਇਆ ਜਿਨ੍ਹਾਂ ਕੋਲ ਤੁਹਾਡੇ ਵਰਗੇ ਯਾਰ ਹੋਣ ਉਹਨਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਆ ਸੂਬੇਦਾਰ ਵੀ ਆਇਆ ਹੋਇਆ ਜੀ ਅਸਲੀਅਤ ਦਾ ਪਤਾ ਲੱਗਿਆ ਆਪਣੇ 420 ਦਾ ਕੇਸ ਪੈਣਾ ਹੈ ਜੇ ਭੱਜਣ ਤਾਂ ਹੀ ਭੱਜ ਲਓ ਯਾਰ ਐਵੇਂ ਕਿਵੇਂ ਭੱਜ ਲੂਗੇ ਉਹਦੀ ਜ਼ਿੰਦਗੀ ਦਾ ਸਵਾਲ ਆ ਵਿੱਗਾ ਲਾਓ ਚਲੋ ਉੱਤੇ ਲੈ ਤੜਾਲਾ ਮੰਗਣ ਮਾਮਾ ਮੈਂ ਆਇਆ ਵੀਰੂ ਮੈਡਮ ਜੀ ਇਹ ਕੌਣ ਨੇ ਮੈਡਮ ਜੀ ਇਹ ਮੇਰੇ ਦੋਸਤ ਨੇ ਮੇਰੀ ਮੰਗਣੀ ਤੁੜਾਉਣ ਕਿਉਂ ਆਏ ਸੀ ਤੁਸੀਂ ਲੈ ਕੇ ਆਏ ਹੋ ਨਾ ਪਾਲੀ ਜੇ ਸਾਡਾ ਰਿਸ਼ਤਾ ਨਹੀਂ ਹੋ ਸਕਿਆ ਤੇ ਤੁਸੀਂ ਮੇਰੇ ਤੋਂ ਇਸ ਤਰ੍ਹਾਂ ਬਦਲਾ ਲਓਗੇ ਦੀਦੀ ਤੁਸੀਂ ਠੀਕ ਸੀ ਤੁਹਾਡੀ ਗੱਲ ਮੰਨ ਕੇ ਮੈਂ ਕਿੱਥੇ ਹੋਰ ਰਿਸ਼ਤਾ ਕਰ ਲਿਆ ਤੁਹਾਡੇ ਨਾਲ ਵਿਆਹ ਕਰਾਂਗੇ ਤਾਂ ਮੈਂ ਸਾਰੀ ਜ਼ਿੰਦਗੀ ਪਛਤਾਉਂਦੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਨਾ ਲੋਕਾਂ ਨੂੰ ਨਹੀਂ ਜਾਣਦਾ 420 ਆ ਸਾਰੇ ਬਹੁਤ ਵੱਡਾ ਫਰੌਡ ਨਿਕਲਿਆ ਤੂੰ ਦੀਦੀ ਮੈਨੂੰ ਇੱਥੋਂ ਲੈ ਚਲੋ ਪਲੀਜ਼ ਇੱਕ ਮਿੰਟ ਰਾਣੋ ਇਹ ਵਿਆਹ ਨਹੀਂ ਹੋਇਆ ਇਹ ਸੱਚ ਕਹਿ ਰਿਹਾ ਰਾਣੋ ਪਾਲੀ ਨੇ ਤੇਰੇ ਨਾਲ ਕੋਈ ਧੋਖਾ ਨਹੀਂ ਕੀਤਾ ਨਹੀਂ ਮੈਂ ਡਿਪਟੀ ਹਾਂ ਨੀਰੂ ਵੀ ਮੈਂ ਹੀ ਹਾਂ ਤੇ ਜਪਜੀ ਵੀ ਮੈਂ ਹੀ ਹਾਂ ਕੀ ਹੋਇਆ ਪਿੱਛੇ ਹਟ ਜਾ ਹੋਰ ਤੁਸੀਂ ਮੈਨੂੰ ਸਾਰੀਆਂ ਜਨਾਨੀਆਂ ਬਿਓਰ ਕੇ ਲੱਗਦੀਆਂ
ਤੇ ਮੈਂ ਵੀ ਪਿੰਕੀ ਨਹੀਂ ਬੱਬੂ ਆ। ਰਾਣੋ ਤੇਰੀ ਮੰਗਣੀ ਤੁੜਾਉਣ ਦਾ ਪਲਾਨ ਸਾਡਾ ਸੀ। ਤੇਰੀ ਮੰਗਣੀ ਦੀ ਖਬਰ ਸੁਣ ਕੇ ਇਹ ਤਾਂ ਘਰੇ ਦਿਲ ਸੁੱਟੀ ਬੈਠਾ ਸੀ। ਜੇ ਅੱਜ ਅਸੀਂ ਇਹਨੂੰ ਨਾ ਪੁੱਛਦੇ ਤਾਂ ਇਹ ਸਾਨੂੰ ਕਦੇ ਨਾ ਦੱਸਦਾ ਕਿ ਦਿਲ 'ਚ ਕੀ ਦਰਦ ਲੁਕੋਈ ਬੈਠਾ। ਇਹ ਤੈਨੂੰ ਸੱਚਾ ਪਿਆਰ ਕਰਦਾ, ਤਾਂ ਹੀ ਤਾਂ ਸਾਡੇ ਜ਼ਮੀਰ ਜਾਗੇ ਨੇ, ਨਹੀਂ ਤਾਂ ਕਦੇ ਆਪ ਅਸੀਂ 10 ਵਜੇ ਤੋਂ ਪਹਿਲਾਂ ਨਹੀਂ ਜਾਗੇ। ਸਾਰੀ ਗਲਤੀ ਸਾਡੀ ਸੀ, ਇਹਦਾ ਕੋਈ ਕਸੂਰ ਨਹੀਂ ਸੀ। ਇਹਦਾ ਕਸੂਰ ਸਿਰਫ ਇੰਨਾ ਸੀ ਕਿ ਇਹਨੇ ਤੈਨੂੰ ਸੱਚੇ ਦਿਲੋਂ ਪਿਆਰ ਕੀਤਾ ਅਤੇ ਤੈਨੂੰ ਹੀ ਆਪਣਾ ਸਭ ਕੁਝ ਮੰਨਿਆ। ਅੱਜ ਦਾ ਸਭ ਕੁਝ ਇਹ ਤੋਂ ਦੂਰ ਜਾ ਰਿਹਾ। ਰਾਣੋ, ਮੈਂ ਗਲਤ ਸੀ। ਚੰਗਾ ਫਿਊਚਰ ਦੇਣ ਵਾਲੇ ਤਾਂ ਬਹੁਤ ਮੁੰਡੇ ਮਿਲ ਜਾਂਦੇ ਹੈ, ਪਰ ਸੱਚਾ ਪਿਆਰ ਕਰਨ ਵਾਲਾ ਤਾਂ ਕਿਸੇ ਕਿਸੇ ਨੂੰ ਮਿਲਦਾ ਹੈ। ਜਿਹੜਾ ਮੁੰਡਾ ਤੇਰੀ ਖੁਸ਼ੀ ਲਈ ਆਪਣੀ ਸਾਰੀਆਂ ਖੁਸ਼ੀਆਂ ਛੱਡ ਕੇ ਇੱਥੋਂ ਦੂਰ ਜਾ ਰਿਹਾ ਸੀ, ਉਹ ਤੈਨੂੰ ਕਿੰਨਾ ਕੁ ਪਿਆਰ ਕਰਦਾ ਹੋ? ਜਿਹੜੀ ਗਲਤੀ ਮੇਰੇ ਤੋਂ ਹੋਈ ਸੀ ਉਹ ਹੁਣ ਤੂੰ ਸੁਧਾਰ ਲੈ। ਪਾਲੀ ਤਾਂ ਚਲਾ ਗਿਆ ਰਾਣੋ, ਜਾ ਮੇਰੇ ਬੱਚੇ, ਉਹਨੂੰ ਰੋਕ ਲੈ। ਹਾਂ ਰਾਣੋ, ਰੋਕ ਲੈ ਪਾਲੀ ਨੂੰ। ਰਾਣੋ, ਪਾਲੀ, ਇੰਨਾ ਸਭ ਹੋਣ ਤੋਂ ਬਾਅਦ ਵੀ ਤੁਸੀਂ ਜਾ ਰਹੇ ਸੀ? ਮੈਨੂੰ ਪਤਾ ਮੈਂ ਗਲਤ ਹਾਂ, ਨਾ ਹੀ ਮੈਂ ਆਪਣੇ ਦਿਲ ਦੀ ਗੱਲ ਆਪਣੇ ਦੋਸਤਾਂ ਨੂੰ ਦੱਸਦਾ ਤੇ ਨਾ ਹੀ ਸਭ ਕੁਝ ਹੁੰਦਾ। ਜੇ ਨਾ ਦੱਸਦੇ ਤੇ ਸ਼ਾਇਦ ਆਪਾਂ ਹਮੇਸ਼ਾ ਲਈ ਦੂਰ ਹੋ ਜਾਂਦੇ। ਮੈਂ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਰਹਿਣਾ ਚਾਹੁੰਦਾ ਸੀ। ਪਾਲੀ, ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਪਛਾਣ ਹੀ ਨਾ ਸਕੀ। ਮੇਰੇ ਦਿਲ ਵਿੱਚ ਵੀ ਬਹੁਤ ਕੁਝ ਸੀ, ਬਸ ਕਹਿ ਹੀ ਨਾ ਸਕੀ। ਅੱਜ ਤੁਹਾਡੇ ਸੱਚੇ ਪਿਆਰ ਦੇ ਅੱਗੇ ਦੀਦੀ ਦੀ ਜ਼ਿੱਦ ਵੀ ਹਾਰ ਗਈ। ਸੱਚੀ ਮੁੱਚੀ, ਮੈਂ ਵੀ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ। ਲੈ, ਜੇ ਤੁਹਾਡੀ ਦੀਦੀ ਪਹਿਲਾਂ ਮੰਨ ਜਾਂਦੀ ਤਾਂ ਮੰਗਣੀ ਦਾ 1-1.5 ਲੱਖ ਰੁਪਇਆ ਵੱਧ ਜਾਣਾ ਸੀ। ਤੁਸੀਂ ਪਾਗਲ ਹੋ? ਤੁਸੀਂ ਕੀਤਾ ਜੀ। ਸੌਰੀ ਸੂਬੇਦਾਰ ਸਾਹਿਬ, ਅਸੀਂ ਕਿਰਾਏ ਦਾ ਮਕਾਨ ਲੈਣ ਲਈ ਜਨਾਨੀਆਂ ਬਣ ਕੇ ਤੁਹਾਡਾ ਦਿਲ ਦੁਖਾਇਆ। ਇਹਦੇ ਨਾਲ ਤਾਂ ਚੰਗਾ ਮੈਂ ਫੌਜ 'ਚ ਸ਼ਹੀਦ ਹੋ ਜਾਂਦਾ। ਚੱਲ ਜੇ ਉੱਥੇ ਸ਼ਹੀਦ ਨਹੀਂ ਹੋਇਆ ਸੀ ਤੇ ਅੱਜ ਦੀ ਲੜਾਈ 'ਚ ਡਾਂਗ ਖਾ ਕੇ ਮਰ ਜਾਂਦਾ, ਤੇ ਘੱਟੋ ਘੱਟ ਤੇਰੀ ਸੱਚਾਈ ਤਾਂ ਨਾ ਮੇਰੇ ਸਾਹਮਣੇ ਆਉਂਦੀ। ਚਲੋ ਕੋਈ ਨਾ, ਤੁਸੀਂ ਇਹ ਸਮਝੋ ਵੀ ਤੁਹਾਡੀ ਨੀਰੂ ਮਰ ਚੁੱਕੀ ਹੈ, ਹੁਣ ਰਹਿੰਦੀ ਬਾਕੀ ਦੀ ਜ਼ਿੰਦਗੀ ਤੁਸੀਂ ਉਹਦੀਆਂ ਯਾਦਾਂ ਸਹਾਰੇ ਜੀਣਾ। ਸਾਲਿਆ, ਜਿੱਦਾਂ ਦੀਆਂ ਤੇਰੀਆਂ ਗੰਦੀਆਂ ਯਾਦਾਂ ਨੇ, ਮੇਰਾ ਇੱਕ ਦਿਨ ਵੀ ਜੀਣ ਨੂੰ ਜੀ ਨਹੀਂ ਕਰਨਾ। ਉੱਧਰ ਘਰ ਵੜਦਿਆਂ ਨੂੰ ਚਵਾਰਾ ਮੂੰਹ ਚੜਾਓ, ਮੈਨੂੰ ਸਮਝ ਨਹੀਂ ਆਉਂਦੀ ਸੂਬੇਦਾਰ ਕਿਰਪਾਲ ਤੇ ਗਿੱਲ ਜਾਊ ਤੇ ਕਿੱਧਰ ਨੂੰ ਜਾਊ। ਸੂਬੇਦਾਰ ਸਾਹਿਬ, ਦਿਲ ਛੋਟਾ ਨਾ ਕਰੋ, ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸੰਭਾਲ ਨਹੀਂ ਲੈਂਦੇ ਨਾ, ਮੈਂ ਪ੍ਰੋਮਿਸ ਕਰਦਾ ਮੈਂ ਜਨਾਨੀ ਬਣ ਕੇ ਹਰ ਰੋਜ਼ 1 ਘੰਟਾ ਤੁਹਾਡੇ ਨਾਲ ਗੱਲਾਂ ਮਾਰਨ ਆਇਆ ਕਰੂੰ। ਸਾਲਿਆ, ਜੇ ਤੂੰ ਹੁਣ ਜਨਾਨੀ ਬਣ ਕੇ ਮੇਰੇ ਨੇੜੇ ਤੇੜੇ ਵੀ ਫੜ ਗਿਆ ਨਾ, ਮੈਂ ਇਹ ਭੁੱਲ ਜੂੰਗਾ ਵੀ ਤੂੰ ਬੰਦਾ। ਓਏ ਓਏ ਓਏ, ਪੁੱਜ ਹਿਲ ਗਿਆ।